ARPA 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗੇਰੂ। ਲੋਕ ਸਭ ਦੇ ਵਿੱਚ ਹਾਰਦਿਕ ਨਿੱਘਾ ਹਾਰਦਿਕ ਸਵਾਗਤ ਹੈ। 12:25 ਹੋਏ ਨੇ, 18 ਫਰਵਰੀ ਦਾ ਦਿਨ ਹੈ, ਵਰ੍ਹਾ 2021 ਦਾ ਵੀਰਵਾਰ ਹੈ। ਸੱਤ ਫੱਗਣ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸੱਤ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਗੀਤ ਸੰਗੀਤ ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਚ ਕਰਜ਼ਾ ਜੇ ਚੜ ਗਿਆ, ਕਰਜ਼ੇ ਮੁਕਤੀ ਦਾ ਰਾਹ ਕੀ ਹੈ, ਸਰਕਾਰ ਵੱਲੋਂ ਕਿਹੜੇ ਕਿਹੜੇ ਪ੍ਰੋਗਰਾਮ ਨੇ ਜਿਹਦੇ ਵਿੱਚ ਤੁਸੀਂ ਆਪਣੀ ਬਚਤ ਕਰ ਸਕਦੇ ਹੋ। ਦਿਵਾਲਾ ਨਿਕਲ ਤੋਂ ਪਹਿਲਾਂ, ਦਿਵਾਲੀਆਪਣ ਤੋਂ ਪਹਿਲਾਂ, ਬੈਂਕਰਪਸੀ ਤੋਂ ਪਹਿਲਾਂ ਕੀ ਕੀ ਹੋ ਸਕਦਾ, ਤਾਹਰ ਮਲਕੋਣੀ ਸ਼ਾਮਿਲ ਹੋਣਗੇ। ਉਸ ਤੋਂ ਬਾਅਦ ਕੁਝ ਖਬਰਾਂ ਦੇ ਨਾਂ ਤੋਂ ਬਾਅਦ ਮਹਿਮਾਨ ਨਿਵਾਜ਼ੀ ਕੀ ਹੈ, ਜਦ ਤੁਹਾਡੇ ਘਰੇ ਕਿਸੇ ਨੇ ਆਉਣਾ, ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਸ 2-4 ਘੰਟੇ ਦੇ ਸਮੇਂ ਨੂੰ ਵਧੀਆ ਬਣਾ ਸਕਦੀਆਂ, ਤੇ ਆਮ ਆਪਣੇ ਘਰਾਂ ਦੇ ਵਿੱਚ ਹੁੰਦਾ ਕੀ ਹੈ, ਟਿਪੀਕਲ ਮਹਿਮਾਨ ਨਿਵਾਜ਼ੀ ਕੀ ਹੈ, ਉਦੋਂ ਹਟ ਕੇ ਕੀ ਹੋ ਸਕਦਾ। 5 ਵਜੇ ਤੋਂ ਲੈ ਕੇ 10 ਵਜੇ ਦਾ ਜਿਹੜਾ 5 ਘੰਟੇ ਦਾ ਕਰੂਸ਼ਲ ਟਾਈਮ ਹੈ, ਚਾਹ ਤੋਂ ਲੈ ਕੇ ਖੀਰ ਦੀ ਕੌਲੀ ਤੱਕ ਆਖਰੀ ਤੱਕ, ਤੇ ਫਿਰ ਬਰ ਚੜਾਉਣ ਤੱਕ, ਦਰਾਂ ਮੂਹਰੇ ਛੱਡਣ ਤੋਂ ਆਉਣ ਤੋਂ ਬਾਅਦ, ਤੇ ਜਿਹੜੀ ਸੁਣ ਲਓ ਘਰ ਚ ਹੁੰਦੀ ਹੈ, ਉਹ ਕੀ ਹੁੰਦੀ ਹੈ, ਮਹਿਮਾਨ ਨਿਵਾਜ਼ੀ ਕੀ ਹੁੰਦੀ ਹੈ, ਇਹਦਾ ਕੀ ਖਿਆਲ ਰੱਖਣ ਦੀ ਲੋੜ ਹੈ, ਇਹਦੇ ਚ ਫਰਕ ਕੀ ਹੈ, ਯਾਰ ਨੇੜੇ ਦਾ ਹੋਵੇ ਦੂਰ ਦਾ ਹੋਵੇ, ਸਤਿਕਾਰ ਕਿਵੇਂ, ਇਹ ਗੱਲ ਜ਼ਰੂਰ, ਕਿਉਂਕਿ ਅਸੀਂ ਜਦ ਕੋਈ ਨੋਨ ਹੋਵੇ ਨਾ, ਉਸ ਸਮੇਂ ਮਰਿਆਦਾ ਭੁੱਲ ਜਾਂਦੇ ਹਾਂ ਵੀ ਸਾਡੇ ਘਰੇ ਕੋਈ ਆਇਆ, ਫਿਰ ਉਸਨੂੰ ਆਪਣੇ ਤਰੀਕੇ ਨਾਲ ਚੱਲ ਬਹਿ ਜਾ, ਚੱਲ ਉੱਠ ਕਰ, ਚੱਲ ਖਾ ਲਾ, ਚੱਲ ਉੱਠ ਕਰ, ਚੱਲ ਠੀਕ ਆ, ਚੱਲ ਚਲੇ ਜਾਈ, ਇਹ ਨਹੀਂ ਗੱਲ ਹੈ। ਜਦ ਤੁਹਾਡੇ ਕੋਲ ਘਰੇ ਕੋਈ ਆਇਆ, ਖਿਆਲ ਕੀ ਰੱਖਣ ਦੀ ਲੋੜ ਹੈ, ਕਿਸ ਤਰ੍ਹਾਂ ਤੁਸੀਂ ਉਸ ਸਮੇਂ ਨੂੰ ਵਧੀਆ ਬਣਾ ਸਕਦੇ ਹੋ। ਕੋਈ ਕਿਸੇ ਦੇ ਜਾਂਦਾ ਨਹੀਂ, ਜੇ ਕੋਈ ਜਾਵੇ ਤਾਂ ਆਵੇ ਤਾਂ ਉਸਦੀ ਮਹਿਮਾਨ ਨਵਾਜ਼ੀ ਜਿਹੜੀ ਹੈ, ਸਤਿਕਾਰ ਦੇ ਵਿੱਚ ਅਸੀਂ ਕੀ ਕਰ ਸਕਦੇ। ARP Radio.com ਸਿੱਧਾ ਪ੍ਰਸਾਰਣ, ਤੇ 604-729-1224 ਵਟਸਐਪ ਤੇ ਟੈਕਸਟ ਲਈ ਨੰਬਰ ਹੈ। ਜਰ ਮਾੜੀ ਸੰਦ ਨੂੰ ਕਨੇੜਾ, ਮਾੜਾ ਦੰਦ ਨੂੰ ਝੜੀ ਸੀ ਗੋਸ ਫੰਦ ਨੂੰ, ਤਪਸ਼ ਮਾੜੀ ਮੀਮੀ ਨੂੰ, ਚੋਟ ਮਾੜੀ ਵੰਗ ਨੂੰ, ਬੜਿਆਉਣਾ ਮਾੜਾ ਨੰਗ ਨੂੰ, ਸ਼ੱਕਰ ਮਾੜੀ ਖੰਘ ਨੂੰ, ਖਟਿਆਈ ਮਾੜੀ ਫੀਮੀ ਨੂੰ, ਕੁੰਭ ਨਵੇਂ ਥਾਨ ਨੂੰ, ਲਤਾੜ ਮਾੜੀ ਵਾਣ ਨੂੰ, ਫੁੱਲੇ ਚੜਾਉਣਾ ਸਾਨਾ ਨੂੰ, ਸਫ਼ਰ ਮਾੜਾ ਤੀਵੀ ਨੂੰ, ਕੱਚਾ ਧਾਤ ਖਾਧਾ ਬਾਬੂ, ਬੇਹਾ ਪ੍ਰਸਾਦ ਵਾੜਾ ਤੇ ਭਰਾ ਤੇ ਵਾਧਾ ਮਾੜਾ ਲਾਲਚ ਹਕੀਮੀ ਨੂੰ, ਸਿਆਣਿਆਂ ਦੀ ਮੱਤ ਕੰਮ ਆਮ ਦੀ ਉਮਰ ਸਾਰੀ, ਹਾਕਮਾਂ ਦੇ ਕੋਲੇ ਜਾ ਸੁਣਾਈਏ ਗੱਲ ਕੱਬੀ ਨਾ, ਮਾਇਆ ਤੇ ਜ਼ਮੀਨ ਤੇ ਭਰਾਵਾਂ ਦਾ ਨਾ ਜ਼ੋਰ ਹੋਵੇ, ਐਸੇ ਐਵੇਂ ਪਿੰਡ ਵਿੱਚ ਬਈ ਸਦਾਈਏ ਖਾਨ ਖੱਬੀ ਨਾ, ਆਪ ਦੀ ਜਨਾਨੀ ਪਾਸ ਹੱਸੀਏ ਨਾ ਹੋਰ ਨਾਲ, ਖੁੱਲਣੇ ਕੋ ਬਾਲ ਕੋ ਫੜਾਈਏ ਫੀਮੀ ਡੱਬੀ ਨਾ, ਜਾਣਾ ਪ੍ਰਦੇਸ਼ ਦਾ ਮਨ ਦੂਣੇ ਲੈ ਜ਼ਰੂਰ, ਤਾਂ ਤੋਂ ਹਲ ਵਾਹੁੰਦੇ ਬਾਬੂ ਜੀ ਹੜਾਈਏ ਪੱਗ ਛੱਬੀ ਨਾ, ਖੰਘ ਨੂੰ ਮਲੱਠੀ ਤੇ ਜਵੈਣ ਖੋਲੇ ਕਬਜ਼ੀ, ਰਸੌਂਤ ਗੰਦ ਮੈਲ ਤੇ ਕਨੈਣ ਮਾਰੇ ਤਪ ਨੂੰ, ਘੋੜਿਆਂ ਨੂੰ ਸੂਲ ਤੇ ਮਲਮ ਮਾਰੇ ਫੋੜਿਆਂ ਨੂੰ, ਬੱਕਰੀ ਨੂੰ ਝੜੀ ਤੇ ਕਲਹਿਰੀ ਮੋਰ ਸੱਪ ਨੂੰ, ਬਲੀ ਜੋਧੇ ਸੂਰਮੇ ਡਗੇ ਦੇ ਨਾਲ ਮਾਰੇ ਸਾਰੇ, ਬਾਲੀ ਮਾਰਿਆ ਰਾਮ ਨੇ ਰਸਾਲੂ ਸਿਰ ਕੱਪ ਨੂੰ, ਝੂਠ ਮਾਰੇ ਆਪ ਨੂੰ ਤੇ ਸ਼ਾਨ ਮਾਰੇ ਦੂਸਰੇ ਨੂੰ, ਰਜ਼ ਬਲੀ ਮਾਰਦਾ ਖੁਦਾ ਦਾ ਨਾਮ ਗੱਪ ਨੂੰ, ਰਜ਼ ਬਲੀ ਮਾਰਦਾ ਖੁਦਾ ਦਾ ਨਾਮ ਗੱਪ ਨੂੰ, ਬਾਬੂ ਰਜ਼ ਬਲੀ ਸਾਹੋਂ ਕੇ ਆਲੇ ਵੱਜਦੇ ਐ। ਹੇਮਕੁੰਟ ਸਾਹਿਬ ਨੂੰ ਜਾਂਦੇ ਆ, ਜੋਸ਼ੀ ਮੱਠ ਦੇ ਕੋਲ ਜਿਹੜਾ ਐਵਾਲੈਂਚ ਆਇਆ ਸੀ, ਬੰਦਾ 200 ਦੇ ਕਰੀਬ ਹੁਣ ਮਰ ਗਿਆ, ਗੱਲ ਵਿੱਚੇ ਦੱਬ ਗਈ, ਜਿਵੇਂ ਮੂੰਹ ਦੇ ਵਿੱਚ ਉਬਲਿਆ ਹੋਇਆ ਆਂਡਾ ਪਾ ਕੇ ਬੰਦੇ ਤੇ ਬੋਲ ਨਹੀਂ ਨਾ ਹੁੰਦਾ, ਉਮ ਕਰਨ ਲੱਗ ਜਾਂਦਾ, ਹੁਣ ਐ ਸਰਕਾਰ ਬੋਲਦੀ, ਪਹਿਲਾਂ 5 ਸੀ 4 ਸੀ, ਉਹ ਪਤਾ ਸੀ ਵੀ ਜਿੱਥੋਂ ਆ ਕੇ ਰੋੜ ਕੇ ਲੈ ਗਿਆ ਬਣੀਆਂ ਕੌਂਕਰੀਟ ਦੀਆਂ ਕੰਧਾਂ ਹੀ ਕੰਧਾਂ ਸਾਰੀਆਂ, ਤੇ ਹੁਣ ਉੱਥੇ ਕਿੱਥੇ ਕੀ ਲੱਭਣਾ। ਨੈਸ਼ਨਲ ਡਿਜ਼ਾਸਟਰ ਰਿਸਪੋਂਸ ਫੋਰਸ ਉੱਥੇ ਕੰਮ ਕਰ ਰਹੀ ਹੈ। ਇਹ ਜਿਹੜਾ ਹੁਣ ਇਹ ਜਿਹੜੀ ਨੰਦਾ ਦੇਵੀ ਦੀ ਚੋਟੀ, ਵੱਡੀ ਚੋਟੀ ਆ, ਉੱਥੋਂ ਖਿਸਕਦਾ ਇਹ ਆ ਕੇ ਥੱਲੇ 2 ਪਣ ਬਿਜਲੀ ਪਲਾਂਟ ਲਾ ਰਹੇ ਸੀ, ਉੱਥੇ ਆ ਗਿਆ, ਤੇ ਟਨਲ ਜਿਹੜੀਆਂ ਛੱਡੀਆਂ ਹੁੰਦੀਆਂ ਨੇ, ਟਨਲ ਜਿਹੜੀਆਂ ਆਲੇ ਦੁਆਲੇ ਹੁੰਦੀਆਂ ਨੇ, ਕਿਸੇ ਵੀ ਦਰਿਆ ਨੂੰ ਜਾਂ ਬੰਨਦੇ ਆ, ਉਹ ਆਲੇ ਦੁਆਲੇ ਦੀਆਂ ਸੁਰੰਗਾਂ ਚੋਂ ਪਾਣੀ ਕੱਢਦੇ ਆ, ਜਾਂ ਸੁਰੰਗਾਂ ਦੇ ਵਿੱਚੋਂ ਪਾਣੀ ਕੱਢਦੇ ਆ, ਤੇ ਫਿਰ ਗਬਲਾ ਉਹ ਪਾਣੀ ਗੱਬੇ ਕੰਧ ਉਸਾਰਦੇ ਆ, ਕੰਧ ਨਾਲ ਪਾਣੀ ਰੋਕ ਲੈਂਦੇ ਆ, ਰੋਕਣ ਤੋਂ ਬਾਅਦ ਬਿਜਲੀ ਦੇ ਪਿੱਛੋਂ ਕੋਈ ਪਾਣੀ ਚੋਂ ਨੀ ਕੋਈ ਬਿਜਲੀ ਕੱਢਦਾ, ਪਾਣੀ ਨੂੰ ਬਹੁਤ ਜ਼ੋਰ ਦੇ ਨਾਲ ਪੈਨ ਸਟਾਕਸ ਕਹਿੰਦੇ ਨੇ ਉਹਨਾਂ ਨੂੰ, ਵੱਡੀਆਂ
ਪਾਈਪਾਂ ਨੇ ਸਿੱਟ ਕੇ ਜਿਵੇਂ ਹੁਣ ਜਿਵੇਂ ਭਾਖੜਾ ਦਾ ਵਾਟਰ ਹੈਡ ਆ ਬਹੁਤ ਉੱਚਾ, ਉੱਥੋਂ ਫਿਰ ਤਿਰਸੀਆਂ ਲਿਆ ਕੇ ਜਦੋਂ ਡਿੱਗਦੀਆਂ ਨੇ ਇੰਨੇ ਜ਼ੋਰ ਦੇ ਨਾਲ ਪ੍ਰੋਪੈਲਰਾਂ ਤੇ, ਪ੍ਰੋਪੈਲਰ ਥੱਲੇ ਪੱਖੇ ਵੱਡੇ ਵੱਡੇ ਚਲਾਉਂਦੇ ਨੇ, ਉੱਪਰ ਸ਼ਾਫਟਾਂ ਘੁੰਮਦੀਆਂ ਨੇ, ਸ਼ਾਫਟਾਂ ਉੱਪਰ ਜਨਰੇਟਰ ਦੇ ਵਿੱਚ ਵੀ ਜਨਰੇਟਰ ਬਿਜਲੀ ਪੈਦਾ ਕਰਦਾ। ਇਹ ਆ ਵਾਟਰ ਜਿਹੜਾ ਇਲੈਕਟ੍ਰਿਕ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਸਭ ਤੋਂ ਵਧੀਆ ਇਸ ਨੂੰ ਮੰਨਿਆ ਜਾਂਦਾ ਸੀ, ਪਰ ਹੁਣ ਇਸ ਤੋਂ ਵੀ ਅੱਗੇ ਜਿਹੜੇ ਨਿਊਕਲੀਅਰ ਪਾਵਰ ਸਟੇਸ਼ਨ ਆ ਗਏ, ਕਲੀਨ ਐਨਰਜੀ ਦੇ ਵਿੱਚ ਸਨ ਜਿਹੜੀ ਸੂਰਜੀ ਧੁੱਪ ਦੇ ਨਾਲ ਜਿਹੜੀ ਬਿਜਲੀ, ਉਸ ਤੋਂ ਬਾਅਦ ਫਿਰ ਹਵਾ ਨਾਲ ਜਿਹੜੀਆਂ ਪਣ ਬਿਜਲੀ ਵਾਲੇ ਵੱਡੇ ਪਲਾਂਟ ਯੂਰਪ ਦੇ ਵਿੱਚ ਬਹੁਤ ਲੱਗੇ ਨੇ, ਜਿੱਥੇ ਖੁੱਲੇ ਆ ਹਵਾ ਦੇ ਹਵਾਵਾਂ ਦੇ ਵਿੱਚ ਵੱਡੀਆਂ ਉਹ ਟਰਬਾਈਨਾਂ ਲੱਗੀਆਂ ਹੋਈਆਂ ਨੇ। ਸੈਂਟਾਨੈਲਾ ਦੇ ਨੇੜੇ ਕੈਲੀਫੋਰਨੀਆ ਦੇ ਵਿੱਚ ਜਾਂ ਸਲੀਨਸ ਨੂੰ ਮੁੜਦੇ ਆ ਉੱਥੇ ਦੇਖਿਓ ਬਹੁਤ ਖੁੱਲੀਆਂ ਉਹ ਲੱਗੀਆਂ ਹੋਈਆਂ, ਗਰਮ ਹਵਾ ਮਾਰਦੀ ਹੈ, ਝੁਲਸ ਜਾਂਦਾ ਘਾਹ ਜਦ ਪਹਾੜੀਆਂ ਚੋਂ, ਗੋਲਡਨ ਸਟੇਟ ਦੇ ਤਾਂ ਹੋਰ ਹੀ ਕੁਛ ਲੱਗਣ ਲੱਗ ਜਾਂਦਾ। ਪਰ ਸੂਬਾ ਸਿਰੇ ਹੈ, ਇਹੋ ਜਿਹਾ ਸੂਬਾ ਦੁਨੀਆਂ ਦੇ ਵਿੱਚ ਨਹੀਂ ਹੈ। ਅਖਰੋਟ ਵਾਂਗੂ ਖੜਕਦਾ ਸੂਬਾ, ਬੰਦਾ ਬਿਮਾਰ ਨਹੀਂ ਹੁੰਦਾ। ਜਿਹੜੇ ਗੱਠੀਏ ਗੁੱਠੀਏ ਵਾਲੇ ਨੇ ਉੱਥੇ ਰਹਿਣ ਲੱਗ ਜਾਣ, ਜਾ ਕੇ ਬਹਿ ਜਾ, ਨਾਲੇ ਸਾਰਾ ਸਾਲ ਮੋਟਰਸਾਈਕਲ ਚੱਲਦਾ। ਕੈਲੀਫੋਰਨੀਆ ਆਪਣਾ ਕੀ ਬਣਿਆ, ਕੋਵਿਡ ਨੇ ਜ਼ਿੰਦਗੀ ਇਹੋ ਜਿਹੀ ਕਰਤੀ, ਯੂਬਾ ਸਿਟੀ ਨਹੀਂ ਜਾ ਹੋਇਆ, ਯੂਬਾ ਸਿਟੀ ਦੇ ਨਗਰ ਜਿਹੜੇ ਜੋੜ ਮੇਲੇ ਨੇ ਉਹ ਨਹੀਂ ਹੋਏ, ਬਸ ਜ਼ਿੰਦਗੀ ਇਹ ਸਾਂ ਵੀ ਨਹੀਂ ਆਉਣੀ, ਹੁਣ ਆਪਣੇ ਆਪ ਨੂੰ ਢਾਲ ਲਓ, ਇਹ ਹੋਣੀ ਆ ਗੱਲ। ਅੱਛਾ ਫਿਰ ਮੁੜਾ ਗਲੇਸ਼ੀਅਰ ਵੱਲ ਨੂੰ, ਨੰਦਾ ਦੇਵੀ ਜਿਹੜੀ ਬਿਲਕੁਲ ਉੱਪਰਲੇ ਸੈਕਿੰਡ ਹਾਈਐਸਟ ਆ, ਦੂਜੀ ਇਹ ਵੱਡੀ ਚੋਟੀ ਆ, ਜੋਸ਼ੀ ਮੱਠ ਤੋਂ ਉੱਪਰ ਹੈ, ਉੱਪਰੋਂ ਬਰਫ ਜਿਹੜੀ ਢਿੱਗ ਗਿਰ ਗਈ, 150 ਬੰਦਾ ਮਿਸਿੰਗ ਆ, 60 ਬੰਦਿਆਂ ਦੇ ਸਰੀਰ ਮਿਲ ਗਏ ਆ। ਮਤਲਬ ਜੇ ਇਹਨੂੰ ਤੁਸੀਂ ਹੁਣ ਵੀਡੀਓ ਪਾਈਆਂ ਹੋਈਆਂ ਨੇ, ਜਿਹੜਾ ਹਾਲ ਹੋਇਆ ਉੱਥੇ, ਤੁਸੀਂ ਛੱਡ ਇਹ ਗੱਲ, ਹੁਣ ਸਾਇੰਟਿਸਟ ਜੀਓਲੋਜਿਸਟ ਕਹਿੰਦੇ ਨੇ ਹੋਣਾ ਨਹੀਂ ਸੀ ਚਾਹੀਦਾ, ਹੋਣਾ ਕਿਉਂ ਨਹੀਂ ਸੀ ਚਾਹੀਦਾ, ਕਾਹਦੇ ਲਈ ਨਹੀਂ ਸੀ ਹੋਣਾ ਚਾਹੀਦਾ। ਸੰਤੋਸ਼ ਕੁਮਾਰ ਰਾਏ ਜੀ ਨੇ ਇੱਕ ਸਾਇੰਟਿਸਟ ਜਿਹੜੇ ਗਲੇਸ਼ੀਅਰ ਉਸ ਏਰੀਏ ਸਟੱਡੀ ਕਰਦੇ ਨੇ, ਤੇ ਉਹਦਾ ਆਫਿਸ ਆ ਜਿਹੜਾ ਬਾਡੀ ਇੰਸਟੀਟਿਊਟ ਆਫ ਹਿਮਾਲੀਅਨ ਜੀਓਲੋਜੀ, ਤੇ ਉਸਨੇ ਦੱਸਿਆ ਕਿ ਇਹ ਇਸ ਤਰ੍ਹਾਂ ਪ੍ਰਡਿਕਟ, ਕਿਉਂਕਿ ਬਹੁਤ ਦੂਰ ਸੀ ਉਹ ਚੋਟੀ, ਨੰਦਾ ਦੇਵੀ ਤਾਂ ਉੱਥੋਂ ਬਹੁਤ ਅੱਗੇ ਸੀ, ਤੇ ਪਰ ਉਹ ਕਿਵੇਂ ਉੱਪਰੋਂ ਖਿਸਕਿਆ ਹੁਣ ਪਤਾ ਨੀ ਨਾ, ਢਿੱਗਾਂ ਜਿਹੜੀਆਂ ਬਰਫ ਦੀਆਂ ਨੇ ਬਜਾਦ ਇੱਕ ਵਾਰ ਹਿੱਲ ਗਈਆਂ, ਤੇ ਬਸ ਉਹਦੇ ਬਾਅਦ ਕਿਵੇਂ ਉਹਨੇ ਆਉਣਾ, ਤੇ ਬਣਿਆ ਡੈਮ ਹੀ ਚੱਕ ਕੇ ਲੈ ਗਈ ਉਹਦੇ ਤੋਂ ਬਾਅਦ। ਇਸ ਆਪਣੇ ਵੀ ਗਲੇਸ਼ੀਅਰ ਦੇ ਵਿੱਚ ਹਰ ਵਕਤ ਆਪਣੇ ਵੀ ਇੱਥੇ ਬੰਦੇ ਬਹੁਤ ਥੱਲੇ ਆਉਂਦੇ ਆ, ਉਹ ਤਾਂ ਪੰਗੇ ਲੈਣ ਜਾਂਦੇ ਆ, ਖੈਰ ਇਹ ਤਾਂ ਗਰੀਬ ਵਿਚਾਰੇ ਰੋਟੀ ਕਮਾਉਣ ਗਏ, ਸਾਡੇ ਵਾਲੇ ਜਿਹੜੇ ਜਾਂਦੇ ਨੇ ਮੁੜ ਕੇ ਸਰਚ ਐਂਡ ਰੈਸਕਿਊ ਲੱਭਦਾ ਫਿਰਦਾ ਉਹਨਾਂ ਨੂੰ, ਇਹ ਜਿਹੜੇ ਲੋਕ ਨੇ ਇਹ ਤਾਂ ਆਪ ਆਪਣੇ ਵਾਲੇ ਤਾਂ ਪੰਗੇ ਚ ਜਾਂਦੇ ਆ ਨਾ, ਹੈਲੀਕਾਪਟਰ ਤੋਂ ਉੱਪਰ ਛਾਲਾਂ ਮਾਰਦੇ ਨੇ ਪਹਾੜੀਆਂ ਦੇ ਚੋਟੀਆਂ ਤੇ, ਫਿਰ ਬਸ ਜਿਹੜਾ ਨਾਲ ਹੀ ਇਹ ਆਉਂਦਾ, ਜਿਹੜੇ ਜਾਂ ਹਿੱਲ ਜਾਂਦੀਆਂ ਢਿੱਗਾਂ ਤੇ ਬਸ ਫਿਰ ਉਹ ਭੱਜਣ ਨਹੀਂ ਦਿੰਦੀਆਂ। ਹੁਣ ਇਹ ਗਰੀਬ ਲੋਕ ਜਿਹੜੇ ਮਰ ਗਏ 200 ਦੇ ਕਰੀਬ, ਕਿਹਨੇ ਉੱਥੇ ਪੁੱਛਣਾ ਕੀ ਹੋਣਾ ਉੱਥੇ, ਤੇ ਹਰ ਸਾਲ ਜਿਉਂ ਜਿਉਂ ਤੋਂ ਸਾਡੇ ਜਥੇ ਚੱਲਦੇ ਨੇ, ਚਲੋ ਹੇਮਕੁੰਟ ਨੂੰ, ਚਲੋ ਹੇਮਕੁੰਟ ਨੂੰ, ਚਲੋ ਗੱਡੀਆਂ ਭਰ ਲੈਂਦੇ ਨੇ, ਮਤਲਬ ਟਾਟਾ ਸੁਮੋਆਂ ਤੇ ਜੇ ਤੇ ਬੋ, ਕਾਹਦੇ ਚ ਸਕਾਰਪੀਓ ਤੇ ਭੱਜੀਆਂ ਜਾਂਦੀਆਂ, ਤੇ ਰਾਹ ਦੇ ਵਿੱਚ ਢਿੱਗਾਂ ਹਰ ਵਾਰ ਗਿਰਦੀਆਂ ਨੇ, ਤੇ 30-30 ਦਿਨ 25-25 ਦਿਨ ਰੁਕ ਕੇ ਆਉਂਦੇ ਨੇ, ਛਿੱਲ ਲੈ ਜਾਂਦੀ ਆ ਉੱਥੇ, ਛੋਲਿਆਂ ਦਾ ਉਬਾਲਿਆ ਹੋਇਆ ਪਾਣੀ 60 ਰੁਪਈਏ ਦਾ ਦਿੰਦੇ ਨੇ ਇੱਕ ਕੱਪ, ਇਹ ਤਾਂ 60 ਰੁਪਈਏ ਦਾ ਤਾਂ 20 ਸਾਲ ਪਹਿਲਾਂ ਸੀ, ਹੁਣ ਪਤਾ ਨੀ ਕਿੰਨੇ ਦਿੰਦੇ ਨੇ। ਗੋਬਿੰਦ ਘਾਟ ਤੋਂ ਗੋਬਿੰਦ ਧਾਮ ਨੂੰ, ਗੋਬਿੰਦ ਘਾਟ ਤੇ ਗੋਬਿੰਦ ਧਾਮ ਹੇਮਕੁੰਟ ਦੀ ਸਾਰੀ ਮੈਨੇਜਮੈਂਟ ਕਾਨਪੁਰ ਵਾਲੇ ਸਿੱਖਾਂ ਦੇ ਕੋਲ ਹੈ, ਉਹ ਕੰਟਰੋਲ ਰੱਖਦੇ ਨੇ, ਪੱਕੇ ਕਮਰੇ ਰੱਖੇ ਹੋਏ ਨੇ ਉਹਨਾਂ ਦੇ, ਉਹ ਗਰਮੀਆਂ ਦੀਆਂ ਛੁੱਟੀਆਂ ਉੱਥੇ ਹੀ ਕੱਟਦੇ ਨੇ, ਉਹ ਨੀ ਨਿਕਲਦੇ ਉੱਥੋਂ, ਬਾਕੀ ਜਨਤਾ ਪੈ ਜਾਓ ਖੁੱਲਿਆਂ ਹਾਲਾਂ ਚ ਜਿੱਥੇ ਮਰਜ਼ੀ ਪੈਣਾ ਪੈ ਜਾਓ। 12 ਕਿਲੋਮੀਟਰ ਗੋਬਿੰਦ ਧਾਮ ਆ, 7 ਕਿਲੋਮੀਟਰ ਜਾ ਕੇ ਮੱਥਾ ਟੇਕਣਾ ਪੈਂਦਾ ਵਾਪਸ ਆ ਉਲਟਾ ਕੇ ਹੇਮਕੁੰਟ ਤੋਂ, ਤੇ ਚੱਕ ਚੱਕ ਕੇ ਮੋਢਿਆਂ ਤੇ ਲੋਹੇ ਦੇ ਗਾਰਡਰ ਸਿੱਖ ਰੈਜੀਮੈਂਟ ਨੇ ਗੁਰਦੁਆਰਾ ਸਾਹਿਬ ਬਣਾਤਾ ਉੱਥੇ, ਇੱਥੇ ਤਪ ਕੀਤਾ ਸੀ ਦਸਮ ਪਾਤਸ਼ਾਹ ਨੇ, 7 ਚੋਟੀਆਂ ਨੇ, 7 ਚੋਟੀਆਂ ਤੇ ਇੱਕ ਸਿੰਘ ਜਾ ਕੇ ਕੇਸਰੀ ਨਿਸ਼ਾਨ ਚਲਾਉਂਦਾ ਸੀ ਹੇਮਕੁੰਟ ਤੋਂ ਉੱਪਰ, 7 ਸੁਰੰਗ, 7 ਚੋਟੀਆਂ, ਕਈ ਬੰਦੇ
ਉਸ ਨੂੰ ਜਿਹੜੇ ਕਹਿੰਦੇ ਆ ਉਹ ਕਹਿੰਦੇ ਸੱਤ ਚੋਟੀਆਂ ਦਾ ਹਿਮਾਲਾਇਸ ਦੇ ਵਿੱਚ ਜਿੱਥੇ ਮਰਜ਼ੀ ਕੱਢ ਲਓ ਗੱਬੇ ਜਿਹੜਾ ਵਾਦੀ ਹੋ। ਐਨੀਵੇਸ ਇੱਕ ਗੱਲ ਤੇ ਆਈ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਨੇ, ਇਹ ਜਿਹੜੀ ਮਾਣ ਦੀ ਗੱਲ ਹੈ। ਇਹ ਸਾਰੀ ਦੇਵ ਭੂਮੀ ਇਸ ਨੂੰ ਕਿਹਾ ਜਾਂਦਾ, ਸਾਰੇ ਏਰੀਏ ਨੂੰ, ਰਿਸ਼ੀਕੇਸ਼ ਤੋਂ ਉੱਪਰ ਪ੍ਰਯਾਗ ਨੇ ਜਿਹੜੇ ਰੁਦਰ ਪ੍ਰਯਾਗ, ਦੇਵ ਪ੍ਰਯਾਗ, ਅਸ਼ਟ ਪ੍ਰਯਾਗ ਆ ਕੇ ਉੱਪਰੋਂ ਅਲਕ ਨੰਦਾ ਆਉਂਦੀ ਹੈ, ਸਾਰੀ ਜਿਹੜੀ ਉੱਪਰੋਂ ਬਦਰੀਨਾਥ ਤੋਂ ਉੱਪਰੋਂ ਅਲਕ ਨੰਦਾ ਆਉਂਦੀ ਹੈ, ਉਹਦੇ ਵਿੱਚ ਦੂਜੀਆਂ ਰਲ ਕੇ ਆ ਕੇ ਫਿਰ ਗੰਗਾ ਜਿਹੜੀ ਰਿਸ਼ੀਕੇਸ਼ ਬਣਦੀ ਆ ਕੇ ਰੁਦਰ ਪ੍ਰਯਾਗ, ਅਸ਼ਟ ਪ੍ਰਯਾਗ, ਸ੍ਰੀਨਗਰ ਆਉਂਦਾ, ਸ੍ਰੀਨਗਰ ਛੇਵੇਂ ਪਾਤਸ਼ਾਹ ਇੱਥੇ ਵੀ ਗਏ ਨੇ, ਜਿੱਥੇ ਇੱਕ ਨਾਂ ਮੈਂ ਭੁੱਲ ਰਿਹਾ ਜਿਹਦੇ ਨਾਲ ਮੁਲਾਕਾਤ ਹੋਈ ਸੀ ਸਾਹਿਬ ਦੀ, ਸੂਫੀ ਫਕੀਰ ਸੀ। ਸੋ ਜੋਸ਼ੀ ਮੱਠ ਮਿਲਟਰੀ ਦਾ ਬਹੁਤ ਵੱਡਾ ਸਟੇਸ਼ਨ ਆ, ਨਵੇਂ ਬੰਦੇ ਨਵੇਂ ਮੁੰਡੇ ਸਕੂਟਰਾਂ ਮੋਟਰਸਾਈਕਲਾਂ ਤੇ ਮਸਤੀਆਂ ਕਰਦੇ ਸੱਟਾਂ ਲਵਾਉਂਦੇ ਨੇ, ਹਿੱਲੀ ਰੋਡ ਹੈ। ਸੋ ਇਹ ਹੁਣ 200 ਤੋਂ ਵੀ ਗਿਣਤੀ ਵਧਣੀ ਹੈ, ਕਿਉਂਕਿ ਛੱਡਿਆ ਹੀ ਨਹੀਂ ਉਹਨੇ ਉੱਥੇ ਕੋਲ, ਸਾਰਾ ਕੁਝ ਸਾਫ਼ ਕਰ ਦਿੱਤਾ। ਜ਼ਿੰਦਗੀ ਦੇ ਵਿੱਚ ਕਈ ਵਾਰ ਤੰਗੀਆਂ ਹੋ ਜਾਂਦੀਆਂ ਨੇ, ਬੰਦੇ ਕਰਜ਼ੇ 'ਚ ਡੁੱਬ ਜਾਂਦੇ ਨੇ, ਕਰਜ਼ੇ 'ਚ ਡੁੱਬਣ ਤੋਂ ਬਾਅਦ ਇਹ ਗੱਲ ਨਹੀਂ ਵੀ ਉਹਦਾ ਕੋਈ ਇਲਾਜ ਨਹੀਂ ਹੈ, ਉਹਦਾ ਇਲਾਜ ਹੈ ਜਦ ਗਵਰਨਮੈਂਟ ਦੇ ਸਰਟੀਫਾਈਡ ਕ੍ਰੈਡਿਟ ਕੌਂਸਲਰ ਤੁਹਾਡੇ ਨਾਲ ਗੱਲ ਕਰਦੇ ਨੇ, ਦੱਸਦੇ। ਤਾਹਿਰ ਮਲਕ ਤੇ ਅਹਿਮਦ ਮਲਕ, ਮਲਕ ਭਰਾਵਾਂ ਨੂੰ ਤੁਸੀਂ ਸਾਰੇ ਜਾਣਦੇ ਹੋ, ਜਿਹੜੇ ਨਿਊ ਲਾਈਫ ਡੈਟ ਸੋਲੂਸ਼ਨ ਉਹਨਾਂ ਦੀ ਕੰਪਨੀ ਆ, ਦਫ਼ਤਰ ਉਹਨਾਂ ਦੇ ਸਰੀ ਐਬਸਫੋਰਡ, ਕੈਲਗਰੀ, ਐਡਮਿੰਟਨ, ਮਿਸਿਸਾਗਾ, ਟੋਰਾਂਟੋ ਤੇ ਸਕਾਰਬੋ ਦੇ ਵਿੱਚ ਨੇ, 604-909-2277। ਤਾਹਿਰ ਮਲਕ ਜੀ ਮੇਰੇ ਨਾਲ ਨੇ, ਉਹਨਾਂ ਤੋਂ ਕੁਝ ਸਵਾਲ ਪੁੱਛਦੇ। ਸਰ ਸਵਾਗਤ ਜੀ, ਸਤਿ ਸ੍ਰੀ ਅਕਾਲ। ਹਰਜੀਤ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਵੀ ਜੀ, ਔਰ ਤੁਹਾਡੇ ਤਮਾਮ ਲਿਸਨਰਸ ਨੂੰ ਵੀ ਜੀ, ਅਸਲਾਮ ਅਲੈਕੁਮ, ਨਮਸਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਤੇ ਅਸਲਾਮ ਅਲੈਕੁਮ। ਅੱਛਾ ਮਲਕ ਸਾਹਿਬ, ਚਿਰਾਂ ਬਾਅਦ ਗੱਲ ਹੋ ਰਹੀ ਹੈ, ਕੋਵਿਡ ਨੇ ਜ਼ਿੰਦਗੀ ਲੋਕਾਂ ਦੀ ਇੱਧਰ ਉੱਧਰ ਕਰ ਦਿੱਤੀ ਹੈ, ਤੇ ਬਹੁਤ ਲੰਮੇ ਸਮੇਂ ਤੋਂ ਤੁਸੀਂ ਸਰਵ ਕਰ ਰਹੇ ਹੋ, ਪਹਿਲਾਂ ਤਾਂ ਆਪਣੀ ਕੰਪਨੀ ਬਾਰੇ ਦੁਬਾਰਾ ਫੇਰ ਦੱਸੋ ਜੀ ਸੁਣਨ ਵਾਲੇ। ਬਿਲਕੁਲ ਹਰਜੀਤ ਜੀ, ਜਿਵੇਂ ਸਾਡੀ ਕੰਪਨੀ ਦਾ ਨਾਮ ਤੁਸੀਂ ਦੱਸਿਆ ਹੈ, ਨਿਊ ਲਾਈਫ ਡੈਟ ਸੋਲੂਸ਼ਨ ਹੈਗਾ ਹੈ। ਅਸੀਂ ਆਪਣੇ ਉਹਨਾਂ ਭੈਣਾਂ ਵੀਰਾਂ ਦੀ ਮਦਦ ਕਰ ਰਹੇ ਹਾਂ ਜਿਹੜੇ ਕਿ ਕਰਜ਼ੇ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ। ਅਸੀਂ 2004 ਤੋਂ ਜੀ ਮਿਸਾਗਾ ਦੇ ਆਫਿਸ ਤੋਂ ਸਾਡਾ ਕੰਮ ਸਟਾਰਟ ਹੋਇਆ, ਸਾਡੀ ਜ਼ਿੰਦਗੀ ਸਟਾਰਟ ਹੋਈ ਹੈ, ਔਰ ਉਸ ਤੋਂ ਬਾਅਦ ਦੇਖਦੇ ਦੇਖਦੇ ਆਲ ਓਵਰ ਕੈਨੇਡਾ ਸਾਡੇ ਆਫਿਸ ਜਿਹੜੇ ਨੇ ਉਹ ਇਸ ਵੇਲੇ ਸੇਵਾ ਕਰ ਰਹੇ ਨੇ, ਮਦਦ ਕਰ ਰਹੇ ਹਾਂ ਅਸੀਂ। ਸਾਡੇ ਕਿਸੇ ਵੀ ਭੈਣ ਵੀਰ ਦੇ ਸਿਰ ਕੋਈ ਕਰਜ਼ਾ ਚੜਿਆ ਹੋਏ, ਕ੍ਰੈਡਿਟ ਕਾਰਡ ਦਾ, ਲਾਈਨ ਆਫ ਕ੍ਰੈਡਿਟ ਹੋਣ, ਬਿਜ਼ਨਸ ਦੇ ਲੋਨ ਹੋਣ, ਈਵਨ ਰੈਵਨਿਊ ਕੈਨੇਡਾ ਦਾ ਕਰਜ਼ਾ ਹੋਏ, ਸਟੂਡੈਂਟ ਲੋਨ ਹੋਏ, ਭਾਵ ਕਿ ਕੋਈ ਵੀ ਅਨਸਿਕਿਉਰਡ ਕਰਜ਼ਾ ਹੋਏ ਜਿਹਦੇ ਨਾਲ ਉਹਨਾਂ ਨੂੰ ਕੋਈ ਸਮੱਸਿਆ ਆ ਰਹੀ ਹੋਏ, ਦਿੱਕਤ ਆ ਰਹੀ ਹੋਏ, ਸਟ੍ਰੈਸ ਲੈ ਰਹੇ ਹੋਣ, ਤੇ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ, ਤੇ ਅਸੀਂ ਉਹਨਾਂ ਲੋਕਾਂ ਦੇ ਲਈ ਕਾਨੂੰਨੀ ਤੌਰ ਤੇ ਸਹਾਇਤਾ ਕਰਦੇ ਹੋਏ, ਮਦਦ ਕਰਦੇ ਹੋਏ ਉਹਨਾਂ ਦੇ ਕਰਜ਼ੇ ਨੂੰ 75% ਤੱਕ ਮਾਫ਼ ਕਰਾ ਕੇ ਬਾਕੀ ਰਹਿੰਦੀ ਰਕਮ ਦੀਆਂ ਬਿਨਾਂ ਵਿਆਜ ਅਸੀਂ ਕਿਸ਼ਤਾਂ ਬਣਵਾਉਣ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਹਾਂ। ਔਰ ਹਜ਼ਾਰਾਂ ਲੋਕਾਂ ਦੀ ਅਸੀਂ ਆਲਰੇਡੀ ਮਦਦ ਕਰਕੇ ਉਹਨਾਂ ਨੂੰ ਇੱਕ ਸੁਖੀ ਤੇ ਖੁਸ਼ਹਾਲ ਜ਼ਿੰਦਗੀ ਜਿਹੜੀ ਹੈ ਆਲਰੇਡੀ ਦੇ ਚੁੱਕੇ ਹਾਂ, ਤੇ ਇੱਕ ਵਾਰੀ ਫੇਰ ਉਹ ਫਾਈਨੈਂਸ਼ਲੀ ਆਪਣੇ ਆਪ ਨੂੰ ਫਰੀਡਮ ਪਾ ਕੇ ਆਪਣੀ ਜ਼ਿੰਦਗੀ ਸੁਖਾਲੀ ਕਰ ਚੁੱਕੇ ਨੇ। ਅੱਛਾ ਇੱਕ ਦੱਸਿਓ ਜੀ, ਕੋਵਿਡ ਨੇ ਬੜਾ ਕੁਛ ਬਦਲਿਆ, ਸਰਕਾਰਾਂ ਨੇ ਪੈਸੇ ਵੀ ਬਹੁਤ ਦਿੱਤੇ ਨੇ, ਸਰਕਾਰਾਂ ਨੂੰ ਵੀ ਲੋਕਾਂ ਨੇ, ਕੈਨੇਡੀਅਨਸ ਨੇ ਦੇਣੇ ਨੇ, ਜਿਹੜੇ ਸਰਕਾਰ ਨੂੰ ਕੋਈ ਟੈਕਸ ਦੇ ਰੂਪ ਚ, GST ਦੇ ਰੂਪ ਦੇ ਵਿੱਚ ਕੁਝ ਨਾ ਕੁਝ ਕਿਸੇ ਨੇ ਵਾਪਸ ਕਰਨਾ, ਜਿਹੜਾ ਰੈਵਨਿਊ ਕੈਨੇਡਾ ਜਾਂ CRA ਜਿਹਨੂੰ ਕਹਿੰਦੇ ਨੇ, ਉਹ ਕੀ ਕੁਛ ਕਰ ਸਕਦਾ ਜੀ, ਉਹਨਾਂ ਕੋਲ ਕਿੰਨੇ ਕੁ ਹੱਕ ਨੇ? ਹਰਜੀਤ ਜੀ ਬਹੁਤ ਚੰਗਾ ਕੁਐਸਚਨ ਤੁਹਾਡਾ ਹੈਗਾ, ਕਿਉਂਕਿ ਇੱਥੇ ਹੈ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦਾ ਕਹਿ ਲਓ ਕਿ ਡਰ ਪਾਇਆ ਜਾ ਰਿਹਾ ਕਿ ਕੋਵਿਡ ਦੇ ਵਿੱਚ ਬਹੁਤ ਪ੍ਰੋਬਲਮਾਂ ਲੋਕਾਂ ਨੂੰ ਆਈਆਂ ਨੇ, ਲੋਕਾਂ ਦੇ ਬਿਜ਼ਨਸਿਸ ਆਲਰੇਡੀ ਠੱਪ ਹੋ ਚੁੱਕੇ ਨੇ, ਬਿਜ਼ਨਸ ਬੰਦ ਹੋ ਚੁੱਕੇ ਨੇ, ਉਹਨਾਂ ਦੇ ਕਈ ਅਕਾਊਂਟਸ ਜਿਹੜੇ ਨੇ ਓਵਰ ਡਿਊ ਨੇ, ਪੇ ਕਰਨੇ ਨੇ, ਬਟ ਪੇ ਕਰਨ ਦਾ ਕੋਈ ਸਾਧਨ ਨਹੀਂ ਉਹਨਾਂ ਦਾ ਹੈਗਾ। ਤੇ ਰੈਵਨਿਊ ਕੈਨੇਡਾ ਜੀ ਇੱਕ ਕੈਨੇਡਾ ਦਾ ਇੱਕ ਇਹੋ ਜਿਹਾ ਡਿਪਾਰਟਮੈਂਟ ਏ ਜਿਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਲੀਗਲ ਐਕਸ਼ਨ ਅਗਰ ਉਹਨੇ ਲੈਣਾ, ਉਹਨਾਂ ਦੇ ਸਕੋਪ ਦੇ ਵਿੱਚ ਸਾਰੇ ਲੀਗਲ ਐਕਸ਼ਨ ਜਿਹੜੇ ਨੇ ਉਹ ਮੌਜੂਦ ਨੇ, ਔਰ ਕੋਈ ਵੀ ਲੀਗਲ ਐਕਸ਼ਨ ਅਗਰ ਉਹਨਾਂ ਨੇ ਲੈਣਾ ਤੇ ਉਹਨਾਂ ਨੂੰ ਕਿਸੇ ਕੋਰਟ ਦੀ ਜਾਂ ਕਿਸੇ ਤਰ੍ਹਾਂ ਦੀ ਕੋਈ ਇਜਾਜ਼ਤ ਦੀ ਲੋੜ ਨਹੀਂ ਹੁੰਦੀ। ਮਤਲਬ ਅਗਰ ਅੱਜ ਮੈਂ ਕਿਸੇ ਕਰਜ਼ਾ ਰੈਵਨਿਊ ਕੈਨੇਡਾ ਦਾ ਦੇਣਾ, GST ਹੈ, PST ਯਾਨੀ ਕੋਈ ਵੀ ਚੀਜ਼ ਹੈਗੀ ਹੈ, ਬੇਸ਼ੱਕ ਮੇਰੀ ਕੰਪਨੀ ਸੀ, ਡਾਇਰੈਕਟਰ ਸੀ ਮੈਂ ਉਹਦਾ, ਕੰਪਨੀ ਦਾ ਕਰਜ਼ਾ, ਤੇ ਉਹ ਵੀ ਮੇਰੇ ਪਰਸਨਲ ਨਾਮ ਦੇ ਉੱਪਰ ਰੈਵਨਿਊ ਕੈਨੇਡਾ ਕੱਢ ਕੇ ਮੇਰੇ ਘਰ ਦੇ ਉੱਪਰ ਲੀਨ ਪਾ ਸਕਦਾ, ਔਰ ਉਹਨਾਂ ਨੂੰ ਕਿਸੇ ਕੋਰਟ ਆਰਡਰ ਦੀ ਲੋੜ ਨਹੀਂ ਹੈ। ਉਹ ਹੁੰਦਾ ਕੀ ਹੈ ਕਿ ਇੱਥੇ ਲੋਕਾਂ ਨੂੰ, ਕਈਆਂ ਨੂੰ ਪਤਾ ਨਹੀਂ ਹੈ, ਔਰ ਸ਼ਾਇਦ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ ਹੋਏਗਾ ਕਿ ਰੈਵਨਿਊ ਕੈਨੇਡਾ ਦੀ ਲੀਨ ਜਿਹੜੀ ਹੁੰਦੀ ਹੈ ਜੀ ਘਰ ਦੇ ਉੱਪਰ ਪੈ ਜਾਣੀ, ਉਹ ਇਸ ਤਰ੍ਹਾਂ ਹੀ ਹਰਜੀਤ ਜੀ ਜਿਵੇਂ ਕਿ ਤੁਸੀਂ ਘਰ ਦੇ ਉੱਪਰ ਇੱਕ ਮੋਰਗੇਜ ਚੱਕੀ ਹੋਈ, ਉਹ ਫਿਰ ਕਰਜ਼ਾ ਤੁਹਾਡਾ ਭਾਵੇਂ ਤੁਸੀਂ ਬੈਂਕਰਪਸੀ ਕਰ ਲਓ,
ਭਾਵੇਂ ਤੁਸੀਂ ਆਪਣਾ ਪ੍ਰਪੋਜ਼ਲ ਕਰ ਲਓ, ਕਿਸ਼ਤਾਂ ਮਾਫ ਕਰਾ ਲਓ, ਉਹ ਕਰਜ਼ਾ ਰੈਵਨਿਊ ਕੈਨੇਡਾ ਦਾ ਫਿਰ ਮਾਫ ਨਹੀਂ ਹੋਏਗਾ, ਉਹਦੀ ਭਰਵਾਈ ਤੁਹਾਨੂੰ ਪੂਰੀ ਪੂਰੀ ਆਪ ਕਰਨੀ ਪੈਣੀ ਹੈ। ਸੋ ਰੈਵਨਿਊ ਕੈਨੇਡਾ ਦਾ ਸਕੋਪ ਜਿਹੜੀ ਪਾਵਰ ਜੀ ਅਨਲਿਮਿਟਿਡ ਨੇ ਤਨਖਾਹਾਂ ਦੇ ਵਿੱਚੋਂ ਕਟੌਤੀ ਕਰ ਸਕਦੇ ਨੇ, ਵਿੱਚ ਗਾਰਨਿਸ਼ਮੈਂਟ ਜਿਹਨੂੰ ਅਸੀਂ ਕਹਿੰਦੇ ਹਾਂ, ਅਕਾਊਂਟ ਸੀਜ਼ ਜਿਹੜੇ ਹੁੰਦੇ ਨੇ ਉਹਨਾਂ ਨੂੰ ਉਹ ਕਰ ਸਕਦੇ ਨੇ, ਤੇ ਇਹਨੂੰ ਲਾਈਟ ਨਹੀਂ ਲੈਣਾ ਚਾਹੀਦਾ। ਬਹੁਤ ਵਾਰੀ ਅਸੀਂ ਅਣਗਹਿਲੀ ਕਰਦੇ ਹਾਂ ਜਿਹਦੇ ਵਿੱਚ ਅਸੀਂ ਟੈਕਸਿਸ ਫਾਈਲ ਨਹੀਂ ਕਰਦੇ ਕਈ ਕਈ ਸਾਲ ਕਿ ਜੀ ਮੈਂ ਕੰਪਨੀ ਦਾ ਟੈਕਸ ਦੇਣਾ, ਐਵੇਂ ਛੇੜਾਂਗੇ ਤੇ ਐਵੇਂ ਭੁੰਨਾਂ ਦੀ ਖੱਖੜ ਸਿਰੇ ਪਿੱਛੇ ਪੈ ਜਾਏਗੀ ਸਾਡੇ, ਐਵੇਂ ਛੱਡ ਦਿਓ ਇਹਨਾਂ ਨੂੰ। ਰੈਵਨਿਊ ਕੈਨੇਡਾ ਨੇ ਛੱਡਣਾ ਨਹੀਂ, ਭੁੱਲਣਾ ਨਹੀਂ ਹੈ, ਸਾਨੂੰ ਟੈਕਸ ਫਾਈਲ ਵੀ ਕਰਨੇ ਨੇ। ਅਗਰ ਨਹੀਂ ਦੇ ਸਕਦੇ ਤੁਸੀਂ ਉਹਨਾਂ ਨਾਲ ਆਪ ਵੀ ਗੱਲਬਾਤ ਕਰ ਸਕਦੇ ਹੋ, ਅਗਰ ਤੁਹਾਨੂੰ ਲੱਗਦਾ ਕਿ ਨਹੀਂ ਹੋ ਸਕਦੀ ਅਸੀਂ ਮੌਜੂਦ ਹਾਂ ਸਾਡੇ ਕੋਲ ਆ ਸਕਦੇ ਹੋ, ਬਟ ਸਮੇਂ ਸਿਰ ਜਿਹੜਾ ਕੰਮ ਹੁੰਦਾ ਹਰਜੀਤ ਜੀ ਉਹੀ ਚੰਗਾ ਹੁੰਦਾ। ਸਾਡੇ ਮੁਸਲਮਾਨਾਂ ਦੇ ਵਿੱਚ ਕਿਹਾ ਜਾਂਦਾ ਕਿ ਵੇਲੇ ਦੀ ਨਮਾਜ਼ ਹੈ ਤੇ ਕਵੇਲੀ ਦੀ ਟੱਕਰ ਹੈ, ਨਮਾਜ਼ ਟਾਈਮ ਤੇ ਉਹ ਤੋਂ ਬਾਅਦ ਨਮਾਜ਼ ਨਹੀਂ ਰਹੀ, ਉਹ ਟੱਕਰ ਹੈ। ਅੱਛਾ ਮਲਕ ਸਾਹਿਬ, ਬੜੀ ਉਦਾਰਤਾ ਦੇ ਨਾਲ ਸਰਕਾਰ ਨੇ ਪੈਸੇ ਵੰਡੇ, ਉਹਨਾਂ ਦੀ ਚੜ ਮੱਚੀਆਂ ਹੋਈਆਂ ਨੇ, 2000 ਦੇਤਾ ਜੀ, 40,000 ਦੇਤਾ ਜੀ, ਤੇ ਜਦ ਉਹਨਾਂ ਨੇ ਵਾਪਸ ਤੁਹਾਡੇ ਤੋਂ ਲੈਣੇ ਨੇ, ਕੋਈ ਦਾਦ ਫਰਿਆਦ ਹੈ ਜੇ ਤੁਸੀਂ ਕਹੋ ਵੀ ਭਾਈ ਸਮਾਂ ਥੋੜਾ ਬਹੁਤਾ ਦੇ ਦਿਓ, ਹੌਲੀ ਹੌਲੀ ਕਰਕੇ ਦੇਣਾ ਕਿ ਜਦ ਸਾਰਾ ਇਕੱਠਾ ਦੇਣਾ ਪਊ? ਨਹੀਂ ਹਰਜੀਤ ਜੀ, ਦੇਖੋ ਜਿਹੜੇ ਲੋਕਾਂ ਨੇ ਰੈਵਨਿਊ ਕੈਨੇਡਾ ਨਾਲ ਕਦੀ ਵੀ ਗੱਲ ਕੀਤੀ ਹੈ ਉਹਨਾਂ ਨੂੰ ਪਤਾ ਹੈ ਕਿ ਉੱਥੇ ਜਿਹੜੇ ਲੋਕ ਬੈਠੇ ਨੇ ਉਹ ਮਦਦ ਕਰਨ ਲਈ ਬੈਠੇ ਨੇ। ਇਹ ਨਹੀਂ ਹੈ ਕਿ ਉੱਥੇ ਬੰਦਾ ਕੋਈ ਬੈਠਾ ਤੇ ਬੰਦਾ ਡਾਂਟ ਸੋਟਾ ਲੈ ਕੇ ਬੈਠਾ ਜੀ ਉਹਨੇ ਤੁਹਾਨੂੰ ਅੰਦਰ ਕਰ ਛੱਡਣਾ ਤੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈ। ਅਗਰ ਹਾਲਾਤ ਇਹੋ ਜਿਹੇ ਹੈ ਨੇ ਤੁਹਾਡੇ ਕਿ ਤੁਸੀਂ ਨਹੀਂ ਪੂਰੀ ਪੇ ਕਰ ਸਕਦੇ, ਜਾਂ ਜਾਣੇ ਅਣਜਾਣੇ ਦੇ ਵਿੱਚ ਗਲਤੀ ਦੇ ਵਿੱਚ ਤੁਸੀਂ ਬੈਨੀਫਿਟ ਕੋਈ ਲੈ ਲੈਣੇ ਜਿਹੜੇ ਕਿ ਤੁਸੀਂ ਐਲੀਜੀਬਲ ਨਹੀਂ ਸੀ, ਤੁਸੀਂ ਗੱਲਬਾਤ ਕਰਕੇ ਉਹਨਾਂ ਨਾਲ ਪੇਮੈਂਟ ਪਲਾਨ ਆਪ ਵੀ ਬਣਾ ਸਕਦੇ। ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹਨਾਂ ਦੇ ਲਈ ਸਾਡੇ ਕੋਲ ਹੀ ਆਉਣਾ, ਤੁਸੀਂ ਆਪ ਵੀ ਗੱਲ ਕਰ ਸਕਦੇ ਹੋ, ਬਟ ਗੱਲ ਜ਼ਰੂਰ ਕਰੋ। ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਤੁਸੀਂ ਰੈਵਨਿਊ ਕੈਨੇਡਾ ਦੀ ਕਾਲਾਂ ਨੂੰ ਉਹਨਾਂ ਦੇ ਲੈਟਰ ਨੂੰ ਇਗਨੋਰ ਕਰਨਾ ਸ਼ੁਰੂ ਕਰ ਛੱਡਦੇ, ਉਹਨਾਂ ਦੀ ਕੋਈ ਤੁਸੀਂ ਦਾਦ ਰਸੀ ਨਹੀਂ ਕਰਦੇ, ਗੱਲਬਾਤ ਕਰਕੇ ਪੇਮੈਂਟ ਪਲਾਨ ਭਾਵੇਂ ਤੁਸੀਂ$50 ਦੇ ਸਕਦੇ ਹੋ, $100 ਦੇ ਸਕਦੇ ਹੋ, ਗੱਲਬਾਤ ਜ਼ਰੂਰ ਕਰੋ, ਪੇਮੈਂਟਾਂ ਕਰਨੀ ਸ਼ੁਰੂ ਕਰ ਦਿਓ, ਉਹ ਤੁਹਾਨੂੰ ਤੰਗ ਕਰਨ ਲਈ ਨਹੀਂ, ਤੁਹਾਡੀ ਮਦਦ ਕਰਨ ਲਈ ਬੈਠੇ ਹੋਏ। ਅੱਛਾ ਹੁਣ ਕਾਰ ਦੀ ਵੀ ਗੱਲ ਦੱਸੀ ਜੀ, ਕਾਰ ਪੰਜਾਬੀਆਂ ਨੂੰ ਬੜਾ ਸ਼ੌਕ ਹੈ ਕਾਰਾਂ ਦਾ, ਜਦ ਆਉਂਦੇ ਆ 500-700 ਦੀ ਲੈਂਦੇ ਆ, ਫਿਰ ਹੁਣ 4-4, 5-5 lakh ਦੀਆਂ ਕਾਰਾਂ ਨੇ ਆਪਣੇ ਪੰਜਾਬੀਆਂ ਦੇ ਕੋਲ, ਜੇ ਕਾਰ ਦੀਆਂ ਕਿਸ਼ਤਾਂ ਟੁੱਟ ਜਾਣ ਜੀ ਫੇਰ ਕੀ ਹੀਲਾ ਬੰਦੇ ਕੋਲ? ਹਰਜੀਤ ਜੀ, BC ਕੈਨੇਡਾ ਦਾ ਕੱਲਾ ਇੱਕ ਇਹੋ ਜਿਹਾ ਪ੍ਰੋਵਿੰਸ ਹੈਗਾ ਜਿਹਦੇ ਵਿੱਚ ਇੱਕ ਕਾਨੂੰਨ ਹੈ ਜਿਹਨੂੰ ਕਿਹਾ ਜਾਂਦਾ ਸੀਜ਼ ਔਰ ਸੂ ਲਾ, ਕਈ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਹੋਏਗਾ। ਉਹਦਾ ਮਤਲਬ ਕੀ ਹੈ ਕਿ ਅਗਰ ਤੁਸੀਂ ਕੋਈ ਗੱਡੀ, ਪ੍ਰਾਈਵੇਟ ਗੱਡੀ ਜਿਹੜੀ ਪਰਸਨਲ ਹੁੰਦੀ ਹੈ, ਕਮਰਸ਼ੀਅਲ ਟਰੱਕਸ ਦੀ ਮੈਂ ਗੱਲ ਨਹੀਂ ਕਰ ਰਿਹਾ, ਪਰਸਨਲ ਗੱਡੀ ਜਿਹੜੀ ਹੈ, ਅਗਰ ਤੁਸੀਂ ਉਹ ਲੈ ਲਈਏ, ਉਹਦੀ ਕਿਸ਼ਤਾਂ ਨਹੀਂ ਦੇ ਸਕਦੇ, ਕੋਈ ਪ੍ਰੋਬਲਮ ਤੁਹਾਨੂੰ ਆ ਗਈ ਹੈ, ਕੋਈ ਜੋਬ ਦੀ ਜਾਂ ਕੋਵਿਡ ਆ ਗਿਆ, ਨਹੀਂ ਕਿਸ਼ਤਾਂ ਦੇ ਸਕਦੇ, ਤੇ ਬੈਂਕ ਦੇ ਕੋਲ ਦੋ ਆਪਸ਼ਨਸ ਨੇ ਜੋ ਉਹ ਤੁਹਾਡੇ ਸਿਰ ਤੁਹਾਡੇ ਨਾਲ ਕਰ ਸਕਦੇ ਨੇ। ਇੱਕ, ਜਾਂ ਤੇ ਤੁਹਾਨੂੰ ਸੂ ਕਰਨਗੇ, ਤੁਹਾਨੂੰ ਕੋਰਟ ਦੇ ਵਿੱਚ ਲੈ ਕੇ ਜਾਣਗੇ, ਜੀ ਇਸ ਵਿਅਕਤੀ ਨੇ ਮੇਰੇ ਤੋਂ ਗੱਡੀ ਦਾ ਕਰਜ਼ਾ ਲਿਆ, ਹੁਣ ਉਹ ਕਰਜ਼ਾ ਮੈਨੂੰ ਵਾਪਸ ਨਹੀਂ ਕਰ ਰਿਹਾ ਤੇ ਮੈਨੂੰ ਕਰਜ਼ਾ ਵਾਪਸ ਲੈ ਕੇ ਦਿਓ, ਜਾਂ ਉਹ ਤੁਹਾਡੀ ਗੱਡੀ ਚੱਕ ਕੇ ਲੈ ਜਾਣਗੇ। ਇੱਥੇ ਹੁਣ ਦੋਵੇਂ ਕੰਮ ਉਹ ਨਹੀਂ ਕਰ ਸਕਦੇ, ਮਤਲਬ ਕਿ ਅੱਜ ਮੇਰੇ ਕੋਲ ਗੱਡੀ ਹੈ, ਮੈਂ ਉਹਦੀ ਕਿਸ਼ਤਾਂ ਨਹੀਂ ਦੇ ਸਕਦਾ, ਤਾਂ ਬੈਂਕ ਆ ਕੇ ਗੱਡੀ ਮੇਰੀ ਰੀਪੋਜ਼ੈਸ ਕਰੇਗੀ, ਚੁੱਕ ਕੇ ਲੈ ਜਾਏਗੀ, ਟੋ ਕਰਕੇ, ਤੇ ਬਾਅਦ ਵਿੱਚ ਕਹੇਗੀ ਲੋ ਜੀ ਇਹਦੇ ਵਿੱਚ $15,000 ਦਾ ਘਾਟਾ ਪੈ ਗਿਆ, ਹੁਣ ਭਾਈ ਜੀ ਉਹ ਵੀ ਤੁਸੀਂ ਦਿਓ। ਇਹ ਤਾਂ ਇਹੋ ਜਿਹਾ ਕੰਮ ਨਹੀਂ ਹੁੰਦਾ। ਬੈਂਕ ਇੱਕੋ ਕੰਮ ਕਰੇਗਾ, ਜਾਂ ਤੁਹਾਨੂੰ ਸੂ ਕਰੇਗਾ, ਜਾਂ ਤੁਹਾਡੀ ਗੱਡੀ ਚੁੱਕ ਕੇ ਲੈ ਜਾਏਗਾ। ਅਗਰ ਗੱਡੀ ਚੁੱਕ ਕੇ ਲੈ ਗਿਆ, ਫਿਰ ਉਹਦੇ ਵਿੱਚ ਜਿੰਨਾ ਮਰਜ਼ੀ ਘਾਟਾ ਪੈ ਗਿਆ ਬੈਂਕ ਨੂੰ, ਬੈਂਕ ਤੁਹਾਡੇ ਮਗਰ ਨਹੀਂ ਆ ਸਕਦਾ। ਔਰ ਅਗਰ ਉਹਨੇ ਤੁਹਾਨੂੰ ਸੂ ਕਰਤਾ, ਤੇ ਉਹਦਾ ਮਤਲਬ ਕੀ ਹੋਇਆ ਕਿ ਤੁਹਾਡੀ ਗੱਡੀ ਦੇ ਵਿਨ ਨੰਬਰ ਦੇ ਉੱਪਰ ਜਿਹੜੀ ਲੀਨ ਉਹਨਾਂ ਨੇ ਪਾਈ ਹੈ, ਕਾਨੂੰਨੀ ਤੌਰ ਤੇ ਤੁਸੀਂ ਉਹਦੀ ਅਰਜ਼ੀ ਕੋਰਟ ਦੇ ਵਿੱਚ ਦੇ ਕੇ ਉਹ ਵਿਨ ਨੰਬਰ ਦੇ ਉੱਪਰ ਲੀਨ ਰਿਮੂਵ ਕਰਾ ਸਕਦੇ, ਕਿਉਂਕਿ ਅਗੇਨ ਜਦੋਂ ਸੂ ਕਰਤਾ ਉਹਨੇ ਆਪਣਾ ਸੀਜ਼ ਕਰਨ ਦਾ ਰਾਈਟ ਛੱਡਤਾ, ਵਿਦਡਰਾਅ ਕਰਤਾ। ਬੜਾ ਕਾਨੂੰਨੀ ਚੀਜ਼ਾਂ ਨੇ, ਅਗਰ ਤੁਹਾਨੂੰ ਇਹੋ ਜਿਹੀ ਕੋਈ ਸਮੱਸਿਆ ਹੋਏ, ਐਨੀ ਟਾਈਮ ਤੁਸੀਂ ਸਾਡੇ ਨਾਲ ਵੀ ਗੱਲ ਕਰ ਸਕਦੇ ਹੋ, 604-909-2270 ਸਾਡਾ ਨੰਬਰ ਹੈ, ਐਨੀ ਟਾਈਮ ਤੁਹਾਨੂੰ ਰਾਬਤਾ ਕੀਤਾ ਜਾ ਸਕਦਾ ਹੈ ਹਰਜੀਤ ਜੀ। ਅੱਛਾ ਮਲਕ ਸਾਹਿਬ, ਇੱਕ ਹੋਰ ਦੱਸੋ, ਬੈਂਕਰਪਸੀ ਦੀ ਜਦ ਤਿਆਰੀ ਕਰਦੇ ਨੇ ਬੰਦਾ, ਕਈ 5-7, 10,000, 20,000, 50,000 ਪਿੱਛੇ ਦਿਵਾਲੀਆ ਕਰਾਰ ਦੇ ਦਿੰਦੇ ਨੇ ਆਪਣੇ ਆਪ, ਬੈਂਕਰਪਸੀ ਵੇਲੇ ਨਾ ਫਿਰ ਤੇਜ਼ੀ ਕਰਦੇ ਨੇ ਵੀ ਜਿਹੜਾ ਸਮਾਨ ਹੈ ਇਹ ਘਰ ਘਰ ਵਾਲੀ ਦੇ ਨਾਂ ਲਵਾ ਦਿਓ, ਕਾਰਾਂ ਘਰ ਵਾਲੀ ਦੇ ਬੱਚਿਆਂ ਦੇ ਨਾਂ ਲਵਾ ਦਿਓ, ਫਿਰ ਝੱਗਾ ਚੱਕੋ। ਇਹ ਬੈਂਕਰਪਸੀ ਦੇ ਬਾਰੇ ਵੀ ਕੁਛ ਸਮਝਾਓ ਜੀ, ਬੈਂਕਰਪਸੀ ਕਦ ਜ਼ਰੂਰੀ ਹੈ, ਬੈਂਕਰਪਸੀ ਕਿਉਂ ਕਰਨੀ ਚਾਹੀਦੀ ਹੈ, ਬੈਂਕਰਪਸੀ ਦਾ ਜਿਹੜਾ ਪ੍ਰੋਪਰ ਪ੍ਰੋਸੀਜਰ ਕੀ ਹੈ? ਬਿਲਕੁਲ ਰਜੀਤ ਜੀ, ਉਸ ਤੋਂ ਪਹਿਲਾਂ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦਿੰਦਾ ਜੀ। ਲੇਟਲੀ ਇੱਕ ਕੇਸ ਅਸੀਂ ਦੇਖਿਆ ਜਿਹਦੇ ਵਿੱਚ ਉਹ ਭਾਈ ਸਾਹਿਬ ਨੇ ਆਪਣੀ ਬੈਂਕਰਪਸੀ ਸਿਰਫ ਕਰਤੀ $5,000 ਦੇ ਮਗਰ,
ਉਹਨਾਂ ਦੇ ਨਾਮ ਘਰ ਸੀ, ਘਰ ਬੈਂਕ ਲੈ ਗਿਆ, ਘਾਟਾ ਪਿਆ 5,000 ਦਾ, ਉਹਨਾਂ ਨੂੰ ਪਤਾ ਨਹੀਂ ਸੀ ਜਾ ਕੇ ਬੈਂਕਰਪਸੀ ਉਹਨਾਂ ਨੇ ਕਰ। ਸੋ ਆਪਣੇ ਆਪਸ਼ਨ ਸਾਨੂੰ ਸਾਰਿਆਂ ਨੂੰ ਪਤਾ ਹੋਣੇ ਚਾਹੀਦੇ ਨੇ, ਸਾਡੇ ਆਪਸ਼ਨ ਕੀ ਨੇ, ਕਰਜ਼ੇ ਕੀ ਨੇ। ਜਿਹੜੀ ਗੱਲ ਤੁਸੀਂ ਕਰ ਰਹੇ ਹਰਜੀਤ ਜੀ, ਦੇਖੋ ਕੈਨੇਡਾ ਦੇ ਵਿੱਚ ਕਾਨੂੰਨ ਜਿਹੜਾ ਹੈਗਾ ਬਿਲਕੁਲ ਸਾਡੀ ਸਹਾਇਤਾ ਦੇ ਲਈ, ਸਾਡੀ ਜਿਹੜੀ ਹੈਗੀ ਮਦਦ ਕਰਨ ਦੇ ਲਈ ਹੈਗਾ, ਔਰ ਸਾਨੂੰ ਵੀ ਸਿਸਟਮ ਨੂੰ ਯੂਜ਼ ਕਰਨਾ ਚਾਹੀਦਾ, ਅਬਿਊਜ਼ ਨਹੀਂ ਕਰਨਾ ਚਾਹੀਦਾ। ਅਗਰ ਸਾਡੇ ਨਾਮ ਤੇ ਕੋਈ ਗੱਡੀਆਂ ਨੇ, ਕੋਈ ਮਕਾਨ ਨੇ, ਕੋਈ ਬਿਜ਼ਨਸ ਨੇ, ਕੋਈ ਵਪਾਰ ਨੇ, ਅਸੀਂ ਭਾਵੇਂ ਸੋਚ ਕੇ ਜੀ ਬੱਚਿਆਂ ਦੇ ਨਾਮ ਤੇ ਲਾ ਦੋ ਜਾਂ ਘਰ ਵਾਲੀ ਦੇ ਨਾਮ ਤੇ ਲਾ ਦੋ ਤੇ ਉਹ ਬਚ ਜਾਏਗਾ, ਇਹੋ ਜਿਹੀ ਗੱਲ ਨਹੀਂ। ਉਹ ਚੀਜ਼ਾਂ ਨਿਕਲ ਆਉਂਦੀਆਂ ਨੇ। ਘਰ ਅਗਰ ਸਾਡੇ ਕਿਸੇ ਦੇ ਨਾਮ ਤੇ ਹੈਗਾ ਤਾਂ ਲੈਂਡ ਟਾਈਟਲ ਆਫਿਸ ਦੇ ਵਿੱਚ ਜੀ 5 ਮਿੰਟ ਤੇ ਘੱਟ ਟਾਈਮ ਲੱਗਦਾ, ਪਤਾ ਲੱਗ ਜਾਂਦਾ ਬੰਦੇ ਦੇ ਨਾਮ ਤੇ ਪਹਿਲਾਂ ਘਰ ਸੀ ਕਿ ਨਹੀਂ ਸੀ, ਟ੍ਰਾਂਸਫਰ ਕੀਤਾ ਸੀ ਕਿ ਨਹੀਂ ਕੀਤਾ। ਔਰ ਉਹ ਬਾਅਦ ਦੇ ਵਿੱਚ ਜਿਹੜਾ ਹੈਗਾ ਜੀ ਉਹ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੁੰਦੀਆਂ ਨੇ, ਕਿਉਂਕਿ ਉਹ ਕੰਮ ਜਿਹੜਾ ਬੈਂਕਰਪਸੀ ਅਗਰ ਤੁਸੀਂ ਕਰਦੇ ਹੋ ਔਰ ਉਹਦੇ ਤੋਂ ਪਹਿਲਾਂ ਤੁਸੀਂ ਕੋਈ ਟ੍ਰਾਂਜੈਕਸ਼ਨ ਇਹੋ ਜਿਹੀ ਕੀਤੀ ਹੈ, ਫਿਰ ਟ੍ਰਾਂਸਫਰ ਕੀਤੇ ਨੇ, ਤੇ ਉਹਨੂੰ ਬੈਂਕਰਪਸੀ ਫਰੌਡ ਦੇ ਜ਼ਿਮਰੇ ਦੇ ਵਿੱਚ ਲਿਆ ਜਾਂਦਾ ਕਿ ਬੰਦੇ ਨੇ ਫਰੌਡ ਕੀਤਾ ਹੈ, ਧੋਖਾਧੜੀ ਕੀਤੀ। ਤੇ ਅਗਰ ਸਾਡਾ ਕੋਈ ਵੀ ਭੈਣ ਵੀਰ ਅਗਰ ਇਹੋ ਜਿਹੀ ਸਮੱਸਿਆ ਦੇ ਵਿੱਚ ਹੈ ਕਿ ਉਹਨੂੰ ਕੋਈ ਇਹੋ ਜਿਹੀ ਪ੍ਰੋਬਲਮ ਕਰਜ਼ੇ ਦੀ ਹੈ, ਤੇ ਕੋਈ ਐਸੈਟ ਮੂਵ ਕਰਨ ਦੀ ਲੋੜ ਨਹੀਂ ਹੈ। ਗਲਤ ਸਲਾਹ ਦੇ ਵਿੱਚ ਜਾ ਕੇ ਆਪਣੇ ਆਪ ਦੀ ਜ਼ਿੰਦਗੀ ਖਰਾਬ ਨਾ ਕਰਿਓ। ਐਸੈਟ ਜਿਹੜੇ ਤੁਹਾਡੇ ਨਾਮ ਤੇ ਨੇ, ਹੋ ਸਕਦਾ ਉਹ ਉਂਝ ਹੀ ਬਚ ਜਾਣ, ਹੋ ਸਕਦਾ ਉਹਦੇ ਉੱਪਰ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਏ, ਕਿਉਂਕਿ ਕਾਨੂੰਨ ਦੇ ਵਿੱਚ ਕਈ ਲਿਮਿਟੇਸ਼ਨ ਨੇ ਜਿਹੜੇ ਐਸੈਟ ਤੁਹਾਡੇ ਬਚ ਜਾ ਸਕਦੇ ਨੇ, ਜਿਹਨਾਂ ਨੂੰ ਕੋਈ ਬੈਂਕ ਜਾਂ ਕੋਈ ਕੋਰਟ ਕੁਝ ਨਹੀਂ ਕਰ ਸਕਦੀ। ਸੋ ਪਹਿਲਾਂ ਗੱਲਬਾਤ ਕਰ ਲਓ, ਮਸ਼ਵਰਾ ਜ਼ਰੂਰ ਕਰ ਲਓ, ਬਟ ਸੁਣੀ ਸੁਣਾਈ ਗੱਲ ਦੇ ਉੱਪਰ ਇਤਬਾਰ ਕਰਕੇ ਆਪਣਾ ਚੰਗਾ ਸਿੱਧਾ ਕੇਸ ਜਿਹੜਾ ਉਹਨੂੰ ਖਰਾਬ ਨਾ ਕਰਿਆ। ਅੱਛਾ, ਹੋਰ ਨਿੱਜੀ ਲੋਨ ਜਿਹੜੇ ਤਾਹਰ ਜੀ, ਜੇ ਕਿਸੇ ਦੇ ਕੋਲ ਨਿੱਜੀ ਕਿਸੇ ਤੋਂ ਪੈਸੇ ਸ਼ਾਹੂਕਾਰ ਤੋਂ ਫੜ ਲਏ, ਕਿਸੇ ਤੋਂ ਕੁਛ ਫੜ ਲਏ, ਉਹਨਾਂ ਦਾ ਵੀ ਕੋਈ ਤੁਹਾਡੇ ਕੋਲ ਸੋਲੂਸ਼ਨ ਹੈ? ਜੇ ਹੱਥ ਆਧਾਰ ਫੜ ਲਿਆ 50,000 ਤੇ ਉਹ ਚਾਹੇ ਮੋਰਗੇਜ ਰਜਿਸਟਰਡ ਆ ਜਾਂ ਨਹੀਂ, ਉਹਦੀ ਬੰਦ ਖਲਾਸੀ ਕਿਵੇਂ ਹੋਏਗੀ? ਬਿਲਕੁਲ ਰਜੀਤ ਜੀ, ਜਿੱਥੇ ਤੱਕ ਗੱਲ ਹੈਗੀ ਹੈ ਮੋਰਗੇਜ ਦੀ, ਤੇ ਮੋਰਗੇਜ ਆ ਗਈ ਘਰ ਦੇ ਉੱਪਰ, ਉਹ ਹੋ ਗਿਆ ਸਿਕਿਉਰਡ ਐਸੈਟ। ਸਿਕਿਉਰਡ ਡੈਟ ਜਿਹੜਾ ਹੈਗਾ ਜੀ ਉਹਦੀ ਮਾਫੀ ਨਹੀਂ ਹੁੰਦੀ, ਉਹ ਪੇ ਕਰਨੀ ਪੈਂਦੀ ਹੈ। ਜਿਹੜੇ ਅਨਸਿਕਿਉਰਡ ਨੇ, ਜਿਵੇਂ ਕਿਸੇ ਭਾਈ ਬੰਦੀ ਕੋਲੋਂ ਫੜ ਲਏ, ਕਿਸੇ ਬੈਂਕ ਕੋਲੋਂ ਲੈ ਲਏ, ਪੇੜੇ ਲੋਨਸ ਇੱਥੇ ਇੰਨੇ ਹੈਗੇ ਨੇ ਉਹਨਾਂ ਤੋਂ ਲੈ ਲਏ, ਅਗਰ ਉਹਨਾਂ ਦੀ ਕੋਈ ਮਸਲਾ ਹੋਏ ਤੇ ਉਹਦੇ ਵਿੱਚ ਅਸੀਂ ਜ਼ਰੂਰ ਮਦਦ ਕਰ ਸਕਦੇ ਹਾਂ। ਬਟ ਇੱਕ ਗੱਲ ਇੱਥੇ ਮੈਂ ਜ਼ਰੂਰ ਅਜੀਤ ਜੀ ਕਹਿਣਾ ਚਾਹਾਂਗਾ ਸਾਡੇ ਪ੍ਰੋਗਰਾਮ ਦੇ ਥਰੂ, ਕਿ ਅਗਰ ਤੁਹਾਨੂੰ ਕੋਈ ਬੈਂਕ ਜਾਂ ਕੋਈ ਵੀ ਬੰਦਾ ਕੋਰਟ ਲੈ ਕੇ ਜਾਂਦਾ ਹੈ ਤੇ ਆਪਣੇ ਹੱਥ ਪੈਰ ਫੁਲਾ ਕੇ ਬਹਿ ਨਾ ਜਾਓ ਕਿ ਜੀ ਹੁਣ ਕੋਰਟ ਚਲਾ ਗਿਆ ਤੇ ਹੁਣ ਕੁਝ ਨਹੀਂ ਹੁੰਦਾ। ਸਾਡੇ ਕੋਲ 14 ਦਿਨ ਦਾ ਟਾਈਮ ਹੁੰਦਾ, ਤੁਸੀਂ ਆਪਣਾ ਡਿਫੈਂਸ ਫਾਈਲ ਕਰਕੇ ਆਪਣਾ ਪੱਖ ਕੋਰਟ ਦੇ ਵਿੱਚ ਜਾ ਕੇ ਰੱਖ ਸਕਦੇ ਹੋ ਕਿ ਭਾਈ ਇਸ ਤਰ੍ਹਾਂ ਗੱਲ ਨਹੀਂ ਹੈ, ਇਸ ਤਰ੍ਹਾਂ ਗੱਲ ਹੈ, ਮੈਂ ਇੰਨੀ ਪੇਮੈਂਟ ਦੇ ਸਕਦਾ, ਇਸ ਤਰ੍ਹਾਂ ਮੈਂ ਕਰਜ਼ਾ ਵਾਪਸ ਕਰ ਸਕਦਾ। ਬਟ ਸਾਡੀ ਮੈਜੋਰਿਟੀ ਆਫ ਦਾ ਟਾਈਮ ਸਾਡੇ ਭਾਈਚਾਰੇ ਦੇ ਵਿੱਚ ਕੀ ਹੁੰਦਾ ਕਿ ਅਸੀਂ ਕੋਰਟ ਦੇ ਪੇਪਰ ਦੇਖਦੇ ਹਾਂ, ਕਹਿੰਦੇ ਵਕੀਲਾਂ ਨੂੰ ਕਾਹਤੋਂ ਖਰਚਾ ਕਰਨਾ ਯਾਰ, ਜਿੱਤ ਤੇ ਜਾਣਾ ਅਗਲੇ ਬੰਦੇ ਨੇ, ਉਹ ਅਸੀਂ ਕੋਰਟ ਦੇ ਵਿੱਚ ਡਿਫੈਂਸ ਵੀ ਫਾਈਲ ਨਹੀਂ ਕਰਦੇ। ਡਿਫੈਂਸ ਜ਼ਰੂਰ ਫਾਈਲ ਕਰੋ, ਅਗਰ ਪੇਮੈਂਟ ਕਰ ਸਕਦੇ ਹੋ ਪੇਮੈਂਟ ਦੀ ਆਫਰ ਜ਼ਰੂਰ ਦਿਓ, ਤਾਂ ਕਿ ਤੁਹਾਡੇ ਜਿਹੜੀ ਅੱਗੇ ਪ੍ਰੋਬਲਮ ਆ ਵਧਣ ਨਾ, ਕਿਉਂਕਿ ਤੁਹਾਨੂੰ ਪਤਾ ਹੋਏਗਾ ਜੀ ਦੀ ਇੱਥੇ ਜਿਹੜੀ ਪਾਰਟੀ ਕੋਰਟ ਦੇ ਵਿੱਚ ਜਾਂਦੀ ਏ ਔਰ ਉਹ ਜਿੱਤ ਜਾਂਦੀ ਏ, ਹਾਰਨ ਵਾਲੀ ਪਾਰਟੀ ਨੂੰ ਜਿੱਤਣ ਵਾਲੀ ਪਾਰਟੀ ਦੇ ਵੀ ਕੋਰਟ ਕੋਸਟ ਜਿਹੜੀ ਹੁੰਦੀ ਹੈ, ਵਕੀਲਾਂ ਦਾ ਖਰਚਾ, ਉਹ ਵੀ ਭਰਨਾ ਪੈਂਦਾ। ਅਗਰ ਮੈਨੂੰ ਤੁਸੀਂ ਕੋਰਟ ਲੈ ਕੇ ਗਏ ਔਰ ਮੈਂ ਹਾਰ ਗਿਆ, ਤੇ ਤੁਹਾਡੇ ਵਕੀਲਾਂ ਦਾ ਖਰਚਾ ਵੀ ਮੈਨੂੰ ਪੇ ਕਰਨਾ ਪਏਗਾ। ਸੋ ਆਪਣੇ ਕਰਜ਼ਾ ਹੋਰ ਵਧਾਉਣ ਦੀ ਬਜਾਏ ਕੋਰਟ ਦੇ ਵਿੱਚ ਜ਼ਰੂਰ ਡਿਫੈਂਸ ਫਾਈਲ ਕਰੋ, ਗੱਲਬਾਤ ਕਰਕੇ ਤੁਸੀਂ ਪੇਪਰ ਜ਼ਰੂਰ ਉੱਥੇ ਸਬਮਿਟ ਕਰੋ, 14 ਦਿਨ ਦਾ ਟਾਈਮ ਹੈਗਾ ਤੁਹਾਡੇ ਕੋਲ, ਆਪਣੇ ਕਿਸੇ ਵਕੀਲ ਨਾਲ ਮਸ਼ਵਰਾ ਕਰ ਲਓ, ਅਗਰ ਨਹੀਂ ਤੇ ਕੋਰਟ ਜਾ ਕੇ ਡਿਫੈਂਸ ਫਾਈਲ ਕਰ ਲਓ, ਜਿਹੜੀ ਕੋਈ ਵੱਡੀ ਗੱਲ ਨਹੀਂ, ਤੁਸੀਂ ਆਰਾਮ ਨਾਲ ਕਰ ਸਕਦੇ। ਮਲਕ ਸਾਹਿਬ ਹੋਲਡ ਕਰਿਓ, ਤੁਹਾਡੇ ਨਾਲ ਮੈਂ ਗੱਲਬਾਤ ਕਰਦਾ ਤੇ ਬ੍ਰੇਕਿੰਗ ਨਿਊਜ਼ ਦੇ ਦੇਵਾਂ ਜੀ। ਮੰਗਲ ਤੇ ਨਾਸਾ ਦਾ ਜਿਹੜਾ ਰੋਵਰ ਉਤਰਨ ਜਾ ਰਿਹਾ ਆਖਰੀ ਸਮੇਂ ਦੇ ਵਿੱਚ, ਉਹਨੂੰ ਨਾਲ ਲਾਈਵ ਵੇਖ ਰਹੇ ਹਾਂ, ਵਿਦ ਇਨ ਮਿੰਟ ਉਹਨੇ ਲੈਂਡ ਕਰ ਦੇਣਾ ਮਾਰਸ ਤੇ, ਜਿਹੜਾ ਪ੍ਰਿਜ਼ਰਵੈਂਸ ਰੋਵਰ ਜਿਹੜਾ ਨਾਸਾ ਨੇ ਭੇਜਿਆ। ਅੱਛਾ, ਅਖੀਰ ਦੇ ਵਿੱਚ ਇਹਨੂੰ ਸਮ ਅਪ ਕਰੀਏ ਜੀ, ਕੋਈ ਵੀ ਮੁਸ਼ਕਲ ਹੋ ਜਾਵੇ, ਕਿਸੇ ਤਰੀਕੇ ਨਾਲ ਅਸੀਂ ਫਸ ਜਾਈਏ, ਕਰਜ਼ੇ ਚਲੇ ਜਾਈਏ, ਉਹਦਾ ਬਹੁਤ ਸੋਲਿਊਸ਼ਨ ਹੈ ਤੁਹਾਡੇ ਕੋਲ, ਉਹਦਾ ਕਰਜ਼ਾ ਮਾਫੀ ਦੀ ਸੋਲਿਊਸ਼ਨ ਹੈ, ਉਹਦੀ ਆਸਾਨ ਕਿਸ਼ਤਾਂ ਦੀ ਸੋਲਿਊਸ਼ਨ ਹੈ, ਚਾਹੇ ਉਹ ਸਿਕਿਉਰਡ ਕਰਜ਼ਾ ਹੈ, ਸੁਰੱਖਿਅਤ ਹੈ ਚਾਹੇ ਅਸੁਰੱਖਿਅਤ ਹੈ, ਸਿਕਿਉਰਡ ਡੈਟ ਹੈ, ਅਨਸਿਕਿਉਰਡ ਡੈਟ ਹੈ, ਘਰ ਤੇ ਡੈਟ ਹੈ, ਕਾਰ ਤੇ ਡੈਟ ਹੈ, ਰੈਵਨਿਊ ਕੈਨੇਡਾ ਦੇ ਕੁਛ ਪੈਸੇ ਦੇਣੇ ਨੇ, ਅਖੀਰ ਚ ਇਸ ਨੂੰ ਸਮ ਅਪ ਕਰਿਓ ਜੀ, ਬਈ ਤੁਸੀਂ ਕਿਵੇਂ ਕਿਵੇਂ ਉਸ ਤਰੀਕ ਦਾ ਉਸ ਇਹ ਜੇ ਇਨਸਾਨ ਦਾ ਫਾਇਦਾ ਕਰ ਸਕਦੇ। ਬਿਲਕੁਲ ਹਰਜੀਤ ਜੀ, ਸਭ ਤੋਂ ਮੇਨ ਗੱਲ ਜਿਹੜੀ ਸਾਡੇ ਸਾਰਿਆਂ ਦੇ ਲਈ ਹੁੰਦੀ ਹੈ, ਕੌਨਫੀਡੈਂਸ਼ੀਅਲਿਟੀ ਦੀ ਹੁੰਦੀ ਹੈ, ਰਾਜ਼ਦਾਰੀ ਦੀ ਹੁੰਦੀ ਹੈ, ਤੇ ਇਸ ਚੀਜ਼ ਦੀ ਅਸੀਂ ਗਰੰਟੀ ਲੈਂਦੇ ਹਾਂ ਕਿ ਸਾਡੇ ਕਿਸੇ ਵੀ ਭੈਣ ਵੀਰ ਨੂੰ ਕੋਈ ਕ੍ਰੈਡਿਟ ਸੰਬੰਧੀ, ਕਰਜ਼ੇ ਸੰਬੰਧੀ ਕੋਈ ਮੁਸ਼ਕਲ ਹੋਏ,
ਕੋਈ ਉਹਨਾਂ ਦੀ ਕ੍ਰੈਡਿਟ ਕਾਰਡ ਭਰ ਗਏ ਨੇ, ਕੋਈ ਲੋਨ ਆ ਗਏ ਨੇ, ਰੈਵਨਿਊ ਕੈਨੇਡਾ ਦੇ ਆ ਗਏ ਨੇ, ਜਾਂ ਕਿਸੇ ਤਰ੍ਹਾਂ ਦਾ ਕੋਈ ਅਨਸਿਕਿਉਰਡ ਕਰਜ਼ਾ ਹੈਗਾ ਜਿਹਦੀ ਉਹਦੀ ਭਰਵਾਈ ਕਰਨੀ ਉਹਨਾਂ ਲਈ ਔਖਾ ਹੋ ਰਿਹਾ, ਤੇ ਉਹ ਸਾਡੇ ਨਾਲ ਐਨੀ ਟਾਈਮ ਰਾਬਤਾ ਕਰ ਸਕਦੇ ਨੇ। ਗੱਲਬਾਤ ਜਿਹੜੀ ਇਹ ਬਿਲਕੁਲ ਜੀ ਗੁਪਤ ਹੁੰਦੀ ਹੈ, ਜਿਵੇਂ ਮੈਂ ਦੱਸਿਆ ਸਲਾਹ ਮਸ਼ਵਰਾ ਬਿਲਕੁਲ ਮੁਫ਼ਤ ਹੁੰਦਾ, ਔਰ ਤੁਹਾਨੂੰ ਮਸ਼ਵਰਾ ਇਹੋ ਜਿਹਾ ਅਸੀਂ ਦਾਂਗੇ ਜਿਹੜਾ ਕਿ ਅਸੀਂ ਆਪ ਆਪਣੇ ਲਈ ਪਸੰਦ ਕਰੀਏ, ਤੇ ਬਿਲਕੁਲ ਕੰਫੀਡੈਂਸ ਦੇ ਵਿੱਚ ਆ ਕੇ ਤੁਸੀਂ ਜ਼ਰੂਰ ਸਾਡੇ ਨਾਲ ਗੱਲਬਾਤ ਕਰੋ। ਈਵਨਿੰਗ ਔਰ ਵੀਕਐਂਡ ਅਪਾਇੰਟਮੈਂਟਸ ਵੀ ਸਾਡੀਆਂ ਜਿਹੜੀਆਂ ਹੈਗੀਆਂ ਨੇ ਅਵੇਲੇਬਲ ਨੇ। ਸਰੀ ਦੇ ਵਿੱਚ ਸਕਾਟ ਰੋਡ ਤੇ 92 ਐਵਨਿਊ ਦੇ ਬਿਲਕੁਲ ਖੁੰਝੇ ਤੇ ਸਾਡਾ ਆਫਿਸ ਜੀ, ਪਿਛਲੇ 17 ਸਾਲਾਂ ਤੋਂ ਅਸੀਂ ਇੱਥੇ ਬੈਠੇ ਹਾਂ। ਐਨੀ ਟਾਈਮ ਤੁਸੀਂ ਆ ਸਕਦੇ ਹੋ, ਸਾਡਾ ਨੰਬਰ ਸੇਵ ਕਰ ਲਓ 604-909-2277 604-909-2277 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ, ਤੇ ਤੁਹਾਡੇ ਤੋਂ ਤੁਹਾਡੇ ਕਰਜ਼ੇ ਸੰਬੰਧੀ ਮੁਸ਼ਕਲਾਂ ਦਾ ਹੱਲ ਸਿਰਫ ਇੱਕ ਫੋਨ ਕਾਲ ਤੇ ਮੌਜੂਦ ਹੈ। ਤੇ ਹਜੀਤ ਜੀ ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ ਸ਼ੁਕਰੀਆ ਐਜ਼ ਆਲਵੇਜ਼, ਔਰ ਕਮਿਊਨਿਟੀ ਦੀ ਇਸੇ ਤਰ੍ਹਾਂ ਜਿਵੇਂ ਤੁਸੀਂ ਆਵਾਜ਼ ਬਣੇ ਹੋ, ਰੱਬ ਕਰੇ ਤਾਂ ਤੁਸੀਂ ਇਸੇ ਤਰ੍ਹਾਂ ਆਵਾਜ਼ ਬਣਦੇ ਰਹੋ ਤੇ ਕਮਿਊਨਿਟੀ ਦੇ ਮੁੱਦੇ ਵੀ ਉੱਤੇ ਚੁੱਕਦੇ ਰਹੋ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਮਲਿਕ ਸਾਹਿਬ, ਤੇ ਰੱਬ ਖੈਰ ਕਰੇ ਆਪਾਂ ਸਾਰੇ ਰਲ ਕੇ ਇਸ ਕਮਿਊਨਿਟੀ ਨੂੰ, ਭਾਈਚਾਰੇ ਨੂੰ, ਇਸ ਸੰਸਾਰ ਨੂੰ ਵਧੀਆ ਬਣਾ ਸਕੇ। ਰੱਬ ਰਾਖਾ ਜੀ, ਧੰਨਵਾਦ। ਬਿਲਕੁਲ ਜੀ, ਰੱਬ ਰਾਖਾ ਜੀ, ਥੈਂਕ ਯੂ ਜੀ। ਤਾਹਿਰ ਮਲਿਕ ਜੀ ਗੱਲਬਾਤ ਕਰ ਰਹੇ ਸਨ ਕਰਜ਼ੇ। ਇੱਕ ਮੈਂ ਹੋਰ ਇਹਦੇ ਚ ਦੱਸਾਂ ਤੁਹਾਨੂੰ, ਜ਼ਿੰਦਗੀ ਆਪਣੀ ਜ਼ਿੰਦਗੀ ਦੀ ਉਹ ਗੱਲ ਕਰਨੀ ਤੁਹਾਨੂੰ ਹਰ ਵਕਤ ਵਧੀਆ ਲੱਗਦੀ ਹੁੰਦੀ ਹੈ, ਤੇ ਲੁਕਾਉਣ ਦੀ ਕੋਈ ਕਹਾਣੀ ਨਹੀਂ। ਜਦ ਤੁਸੀਂ ਕਰਜ਼ੇ ਚ ਜਾਂਦੇ ਹੋ, ਓਬੀਅਸਲੀ ਕਰਜ਼ੇ ਚ ਤੁਸੀਂ ਜਾਣਾ ਹੈ, ਤੇ ਕਰਜ਼ੇ ਵਿੱਚ ਜਾਣਾ ਤਾਂ ਕਰਜ਼ਾ ਤਾਂ ਕਰਜ਼ਾ, ਤੇ ਤੁਹਾਨੂੰ ਉਹਦੇ ਵਿੱਚ ਤੁਹਾਡੀ ਕਮਾਈ ਤੋਂ ਜਦ ਕਿਸ਼ਤਾਂ ਵੱਧ ਜਾਂਦੀਆਂ ਨੇ, ਫਿਰ ਮਾਨਸਿਕ ਸਿਹਤ ਤੁਹਾਡੀ ਡਾਊਨ ਹੁੰਦੀ ਹੈ। ਦਿਮਾਗ ਚ ਇੱਕ ਰੱਖਿਓ ਗੱਲ, ਜਿਹੜਾ ਉਹ ਕਰਜ਼ਾ ਚੱਕਿਆ ਚਾਹੇ ਘਰ ਦੇ ਵਾਧੇ ਲਈ, ਚਾਹੇ ਕੁਛ ਕੁਦਰਤ ਨੇ ਕੁਛ ਇਹੋ ਜਿਹਾ ਕੰਮ ਕਰ ਦਿੱਤਾ ਤੁਹਾਡੇ ਹੱਥੋਂ ਗੱਲ ਨਿਕਲ ਗਈ, ਇਹ ਠੀਕ ਰੱਖਿਓ ਵੀ ਬੱਸ ਹੈ, ਬੱਸ ਚਲਾ ਰਹੇ ਹੋ, ਪਿੱਛੇ ਟੱਬਰ ਬੈਠਾ ਤੁਹਾਡੇ ਵਾਲੀ ਕਾਰ ਚ ਜਾਂ ਬੱਸ ਦੇ ਵਿੱਚ। ਜੇ ਤੁਸੀਂ ਡਾਊਨ ਹੋ ਗਏ, ਤੁਸੀਂ ਮਾਨਸਿਕ ਸਥਿਤੀ ਚਲੇ ਗਏ, ਤਾਂ ਟੱਬਰ ਗਿਆ ਤੁਹਾਡਾ। ਇਸ ਦੇਸ਼ ਚ ਆਏ ਸੀ ਅਟੈਚੀ 2 ਲੈ ਕੇ, ਜ਼ਿੰਦਗੀ ਸ਼ੁਰੂ ਕੀਤੀ, ਜ਼ਿੰਦਗੀ ਵਧੀਆ ਕਰਨ ਲਈ ਸਟੈਪ ਕੀਤੇ, ਰਿਸਕ ਤੋਂ ਬਿਨਾਂ ਹੁੰਦਾ ਕੁਛ ਨੀ। ਰਿਸਕ ਟੇਕਰ ਜਿਹੜੇ ਨੇ ਉਹੀ ਤਰੱਕੀਆਂ ਕਰਦੇ, ਜਿਹੜੇ ਬੈਠ ਕੇ ਨਾ ਝਾਕਦੇ ਆ ਦੂਜੇ ਵੱਲ ਵੀ ਉਹਨੇ ਕੀ ਕਰ ਲਿਆ, ਜਾਂ ਹੌਕੇ ਲੈਂਦੇ ਆ, ਜਾਂ ਸਾੜੇ ਚ ਜਾਂਦੇ ਆ। ਜਦ ਤੁਸੀਂ ਕਿਸੇ ਨੂੰ ਵਾਧਾ ਵੇਖ ਕੇ ਖੁਸ਼ ਹੋਵੋਗੇ, ਰੱਬ ਦਿੰਦਾ ਹੀ ਤਾਂ ਤੁਹਾਨੂੰ। ਜੇ ਬਹਿ ਕੇ ਲੱਕ ਤੇ ਹੱਥ ਧਰ ਕੇ ਵੇਖੀ ਜਾਣਾ ਇਹ ਤਾਂ ਐ ਹੋ ਗਿਆ, ਉਹ ਆ ਹੋਜੂ, ਬੈਠ ਕੇ ਨਹੀਂ ਗੱਲਾਂ ਹੁੰਦੀਆਂ। ਰਿਸਕ ਜਦ ਲੈਣਾ ਕੁਛ ਗਲਤ ਵੀ ਹੋਣਾ, ਖੇਲੋਗੇ ਤਾਂ ਗੋਡੇ ਛਿੱਲੇ ਜਾਣਗੇ, ਰਜਾਈ ਚ ਪਾਉਗੇ ਗੋਡਾ ਫੇਰ ਨਹੀਂ ਛਿੱਲਿਆ ਜਾਂਦਾ। ਜੇ ਚੀਜ਼ ਹੋ ਗਈ ਉਹ ਚ ਘਬਰਾਉਣ ਦੀ ਨੀ ਲੋੜ ਹੈ ਵੀ ਹੁਣ ਪੱਟੇ ਗਏ, ਹੁਣ ਰਹਿ ਗਏ ਜੀ, ਹੁਣ ਕੁਛ। ਤੁਸੀਂ ਇੱਕ ਮਨ ਚ ਸੋਚਿਓ ਵੀ ਜੇ ਕਿਤੇ $5-7 lakh ਦਾ ਘਾਟਾ ਪਿਆ ਜਾਂ ਮਿਲੀਅਨ ਦਾ ਪਿਆ, ਕਈਆਂ ਦਾ ਬਹੁਤ ਪਿਆ, ਪਰ ਉਹ ਇੱਥੋਂ ਹੀ ਕਮਾਏ ਸੀ। ਜਿੱਦਣ ਆਏ ਸੀ ਤਾਂ $100-200 ਜੇਬ ਚ ਸੀ, ਉੱਥੇ ਵਾਲੇ ਉੱਥੇ ਪਏ ਨੇ, ਇੱਥੇ ਇੱਕ ਟ੍ਰਾਇਲ ਦਿੱਤਾ, ਤੇ ਉਹਦੇ ਚ ਜੇ ਨਹੀਂ ਸਕਸੈਸ ਹੋਏ ਉਹ ਜ਼ਿੰਦਗੀ ਦਾ ਅੰਤ ਨਹੀਂ ਹੈ ਵੀ ਹੁਣ ਮਰ ਗਏ ਜੀ, ਹੁਣ ਪਰ ਗਏ ਜੀ, ਹੁਣ ਡਿਪਰੈਸ਼ਨ ਜੀ, ਹੁਣ ਪੈਨਿਕ ਅਟੈਕ ਜੀ, ਹੁਣ ਨਸ਼ੇ ਜੀ, ਨੋ, ਇਹ ਨਹੀਂ ਕਹਾਣੀ। ਗੱਲ ਗੁੱਲੀ ਦਣ ਪੈ ਗਈ ਤਾਂ ਜਿੱਤੇ ਹੋਏ ਹੋ ਸਿਕੰਦਰ ਹੋ, ਗੁੱਲੀ ਦਣ ਨਾ ਪਈ ਹਾਰੇ ਨੀ ਸਮਝਣਾ ਆਪਣਿਆ। ਇਹ ਨੀ ਕਹਾਣੀ ਹੈ ਵੀ ਜੀ ਬਸ ਹੁਣ ਤਾਂ ਅੰਤ ਹੋ ਗਿਆ, ਇਹ ਨੀ ਗੱਲ ਹੈ। ਉਹਦੀ ਉਹਦੇ ਉਹਦੇ ਬਹੁਤ ਜ਼ਿਆਦਾ ਤੁਹਾਡੇ ਕੋਲ ਹੀਲੇ ਨੇ, ਇਹ ਵਧੀਆ ਦੋਸਤ ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ ਫਿਰ ਤੁਹਾਨੂੰ ਮੱਤ ਦਿੰਦੇ ਆ ਉਸ ਸਮੇਂ ਵੀ ਆਹ ਕਰ ਲੈ, ਆਹ ਕਰ ਲੈ। ਅੱਛਾ, ਹਰ ਜਗ੍ਹਾ ਢਿੱਡ ਖੋਲ ਕੇ ਵੀ ਫਾਇਦਾ ਨਹੀਂ, ਲੋਕ ਹੱਸਦੇ ਆ ਫਿਰ ਤੁਹਾਡੇ, ਇਹ ਵੀ ਨਾ ਕਰੋ। ਗੱਲ ਉੱਥੇ ਕਰੋ ਜਿੱਥੇ ਤੁਹਾਡੀ ਗੱਲ ਦਾ ਮਾਣ ਹੋਵੇ, ਨਹੀਂ ਤਾਂ ਗੱਲ ਨਾ ਕਰੋ ਬਿਲਕੁਲ। ਤੇ ਜਦ ਇਹ ਦੇਖਿਆ ਵੀ ਠੀਕ ਹੈ, ਆਪਣੇ ਆਪ ਨੂੰ ਕਾਇਮ ਰੱਖੋ, ਮਤਲਬ ਜਦ ਤੁਸੀਂ ਆਪਣੇ ਆਪ ਨੂੰ ਕਾਇਮ ਨਹੀਂ ਰੱਖਣਾ, ਫਿਰ ਤੁਸੀਂ ਜੇ ਡਾਊਨ ਹੋ ਗਏ ਫਿਰ ਗੱਲ ਗਈ, ਫਿਰ ਕੀ ਕਰੋਗੇ ਤੁਸੀਂ, ਕੱਖ ਨਹੀਂ ਕਰ ਸਕਦੇ। ਸੋ ਇਸਦੇ ਲਈ ਆਪਣੀ ਸਿਹਤ ਉਸ ਸਮੇਂ ਸਹੀ ਰੱਖਣੀ ਆ, ਮਾਨਸਿਕ ਸਿਹਤ ਵਧੀਆ ਰੱਖਣੀ ਆ, ਐਕਸਰਸਾਈਜ਼ ਕਰਨੀ ਆ, ਵਧੀਆ ਖਾਣਾ, ਤੇ ਲਿਖ ਲਿਓ ਜ਼ਿੰਦਗੀ ਦੇ ਵਿੱਚ ਜਿੱਥੋਂ ਜਿਵੇਂ ਲੋਨ ਚੜ੍ਹਿਆ ਉਸ ਤਰ੍ਹਾਂ ਹੀ ਲੋਨ ਉੱਤਰ ਜਾਣਾ, ਇਹ ਵੀ ਯਾਦ ਰੱਖ ਲਿਓ। ਜੇ ਤੁਸੀਂ ਕਹੋਗੇ ਨਾ ਵੀ ਲੋਨ ਚੜ੍ਹ ਗਏ ਤੇ ਲੋਨ ਉੱਤਰਨੇ ਨਹੀਂ, ਨਹੀਂ ਨਹੀਂ ਨਹੀਂ, ਉੱਤਰ ਵੀ ਜਾਣੇ ਆ, ਕਾਇਮ ਰਹਿਣ ਦੀ ਲੋੜ ਹੈ। ਮਤਲਬ ਸਭ ਕੁਛ ਤੁਹਾਡੇ ਹਿਸਾਬ ਨਾਲ ਨਹੀਂ ਹੁੰਦਾ, ਮਤਲਬ
इस गल ते ख्याल रखना भी लूज करनू की है, लूज करनू गल ए है भी भाई जी टैची भर के लिया सी नोटा दा ते सारा बेच के आ गए ते हुण किवें जाइए ना पिछे ना बाह अगे ते सो इस दे लई चढ़दी कला च रहण दी लोड़ है। ओ कहिंदे कोई ना फिर शतीर तां पाए हुए ने बापू दे उत्थे तां रहांगे जाके जिथे तुम लटके उत्थे हम लटके जवाकां नूं समझाओ ਬਈ ਆਹ ਗੱਲ ਹੋ ਗਈ ਮਿੱਤਰਾ ਬਈ ਤੁਹਾਡੀ ਮਰਜ਼ੀ ਆ ਪੁੱਤ ਜਿਉਣਾ ਤਾਂ ਦੇਖ ਲਓ ਇੱਥੇ ਤੁਸੀਂ ਰਹਿ ਲਓ ਨਹੀਂ ਸੂਤ ਆਉਂਦੀ ਤਾਂ ਪਿੱਛੇ ਜਾ ਵੜਦੇ ਆ ਇਹਦਾ ਇਹ ਨੀ ਮਤਲਬ ਗਲ ਦੇ ਵਿੱਚ ਫਾਹਾ ਲੈ ਲੈਣਾ ਗੋਲੀ ਮਾਰ ਲੈਣੀ ਆ ਨਸ਼ਿਆਂ ਨੂੰ ਲੱਗ ਜਾਣਾ ਜਾਂ ਦੂਜਿਆਂ ਨੂੰ ਵੇਖ ਕੇ ਸੜਨਾ ਇਹ ਤਾਂ ਗੱਲੇ ਛੱਡੋ ਤਰੱਕੀਆਂ ਜ਼ਿੰਦਗੀ ਚ ਹੁੰਦੀਆਂ ਜਾਂ ਤੁਸੀਂ ਰਿਸਕ ਲੈਣੇ ਨੇ ਔਰ ਇੱਕ ਦਿਨ ਮੈਂ ਅੱਗੇ ਵੀ ਕਿਹਾ ਜੀ ਤੁਹਾਨੂੰ ਫੇਰ ਕਹਿਣਾ ਬਹੁਤ ਜ਼ਿਆਦਾ ਡਿਵੈਲਪਮੈਂਟ ਮਹਿੰਗੀ ਹੈ ਵਧੀਆ ਪਾਰਟਨਰ ਚੂਜ਼ ਕਰਕੇ ਵਧੀਆ ਪੇਪਰ ਵਰਕ ਕਰਕੇ ਐਡਵਾਂਸ ਹੋਇਓ ਜ਼ਿੰਦਗੀ ਦੇ ਵਿੱਚ ਕਦੇ ਗਲਤ ਦੀਦੀ ਨੂੰ ਕਿਸੇ ਨੂੰ ਨਾਲ ਲਾ ਲਓਗੇ ਸੱਤਾਂ ਅੱਠਾਂ ਨੂੰ ਨਾਲ ਦੇ ਨੂੰ ਡਬੋਲੂ ਜਿਹਨਾਂ ਨੇ ਨਹਿਰ ਤੇ ਪਿੰਡ ਨੇ ਉਹਨਾਂ ਨੂੰ ਪਤਾ ਜਾਂ ਡੁੱਬਦੇ ਨੂੰ ਬਚਾਈਦਾ ਨਾ ਜਾ ਕੇ ਪਹਿਲਾਂ ਜਦ ਕੋਲੇ ਇਹਨਾਂ ਦੇ ਥੱਪੜ ਛੱਡਣੇ ਪੈਂਦੇ ਮੂੰਹ ਤੇ ਵੀ ਉਹ ਜੱਫੀ ਨਾ ਪਾਵੇ ਤੁਹਾਨੂੰ ਕਿਉਂਕਿ ਜਦ ਡੁੱਬਦਾ ਜੱਫੀ ਪਾਉਂਦਾ ਗੱਲ ਨੂੰ ਨਾਲ ਇਹ ਤੁਹਾਨੂੰ ਡਬੋਂਦਾ ਔਰ ਡਿਵੈਲਪਮੈਂਟ ਆ ਜਿਹੜੀ ਉਹਦੀ ਫੀਜ਼ੇਬਲ ਕਰੋ ਉਹਨੂੰ ਜ਼ਮੀਨ ਕਿਹੋ ਜਿਹੀ ਆ ਉਹ ਚ ਕਈ ਆ ਕਿੱਥੇ ਨੂੰ ਆ ਕਿੰਨਾ ਸਮਾਂ ਟੈਂਟੇਟਿਵਲੀ ਸਿਟੀ ਤੁਹਾਨੂੰ ਟਾਈਮ ਦਿੰਦੀ ਹੈ ਵੀ ਭਾਈ ਇੰਨੇ ਕੁ ਸਾਲ ਦੀ ਵੇਟ ਹੈ ਇੱਧਰ ਨੂੰ ਜਾ ਰਹੀ ਆ ਆਹ ਪੇਸ ਤੇ ਜਾ ਰਹੀ ਹੈ ਕਈ ਵਾਰ ਜਮਾ ਹੀ ਦੰਦਾਂ ਚ ਜੀਭ ਹੁੰਦੀ ਹੈ ਹੱਥ ਚੱਲਣ ਵਾਲਾ ਅਨਾਰ ਕੋਈ ਸਾਰੇ ਸਾੜ ਕੇ ਬਹਿ ਜਾਂਦਾ ਔਰ ਇਹਦਾ ਪੂਰੀ ਜੁਆਇੰਟ ਵੈਂਚਰ ਪੂਰਾ ਜਦ ਤੁਸੀਂ ਮਿਲੀਅਨ ਆਫ ਡਾਲਰ ਖਰਚਣੇ ਨੇ ਵਕੀਲ ਨੂੰ ਦੇ ਦਿਓ ਪੰਜ ਸੱਤ ਹਜ਼ਾਰ ਲਿਖਾ ਲਓ ਪੂਰਾ ਸਾਰਾ ਕੁਛ ਤੇ ਭਾਈ ਵਰਸਟ ਕੇਸ ਸਿਨੈਰੀਓ ਚ ਕੀ ਹੋ ਜੇ ਕੋਈ ਥਿਬਦਾ ਤਾਂ ਕੀ ਹੋ ਜੇ ਕੋਈ ਆਹ ਕੀ ਕਰਦਾ ਤਾਂ ਕੀ ਹੋ ਨਹੀਂ ਜੇ ਆਪਾਂ ਨੂੰ ਪਤਾ ਵੀ ਆਪਣੀ ਵਿੱਤ ਤੋਂ ਬਾਹਰ ਦੀ ਗੱਲ ਆ ਫਿਰ ਓਨਾ ਕਰ ਲਓ ਜਿੰਨਾ ਇਕੱਲੇ ਕਰ ਸਕਦੇ ਹੋ ਚਾਹੇ ਕੌਂਡੋ ਹੀ ਲੈ ਲਓ ਪੈਸੇ ਤਾਂ ਜਦੇ ਹੀ ਬਣਨੇ ਆ ਜਦ ਤੁਸੀਂ ਕੰਡਿਆਂ ਦੇ ਉੱਪਰ ਦੀ ਨੰਗੇ ਪੈਰੀ ਤੁਰਨਾ ਮਿੱਤਰਾ ਜੇ ਦਿਹਾੜੀ ਜੋਤੇ ਨਾਲ ਤਾਂ ਤੁਹਾਡੀ ਰੋਟੀ ਚੱਲਦੀ ਹੈ ਜੇ ਤੁਸੀਂ ਜ਼ਿੰਦਗੀ ਤਰੱਕੀ ਕਰਨੀ ਆ ਕੋਈ ਬਿਜ਼ਨਸ ਲਾ ਲਓ ਕੁਛ ਵੀ ਲਾ ਲਓ ਹੁਣ ਕੋਵਿਡ ਦਾ ਪਤਾ ਸੀ ਕਿਸੇ ਨੇ ਪਿਛਲੇ ਸਾਲ ਜਨਵਰੀ ਚ ਸ਼ੁਰੂ ਕੀਤਾ ਬਿਜ਼ਨਸ ਕਈ ਖਤਮ ਕਰ ਗਏ ਲੱਖਾਂ ਹੀ ਡਾਲਰ ਖਤਮ ਹੋ ਗਿਆ ਕੋਵਿਡ ਨਿਕਲ ਗਿਆ ਉਹਨਾਂ ਨੂੰ ਇਹਦੇ ਖਾਤੇ ਪਾਉਣ ਉਹ ਇਸ ਤਰ੍ਹਾਂ ਹੀ ਕਿਉਂਕਿ ਭਾਈਚਾਰੇ ਦਾ ਕੰਮ ਬਹੁਤ ਵੱਡਾ ਡਿਵੈਲਪਮੈਂਟ ਦਾ ਡਿਵੈਲਪਮੈਂਟ ਦਾ ਵੀ ਇਹੀ ਹੈ ਕਈ ਵਾਰ ਸਿਰੇ ਤੇ ਗਈ ਗੱਲ ਖੇਡ ਖਰਾਬ ਹੋ ਜਾਂਦੀ ਹੈ ਸੜਕ ਪਰਲੇ ਪਾਸੇ ਵੱਟ ਤੇ ਬੈਠੇ ਤੁਸੀਂ ਦੇਖਦੇ ਹੋ ਵੀ ਯਾਰ ਆਹ ਦੋ ਦੋ ਢਾਈ ਢਾਈ ਲੱਖ ਦੇ ਕੀਲੇ ਸਾਡੇ ਪੰਦਰਾਂ ਪੰਦਰਾਂ ਅਠਾਰਾਂ ਅਠਾਰਾਂ ਲੱਖ ਦੇ ਵਿਕਦੇ ਆ ਦੋ ਦੋ ਤਿੰਨ ਤਿੰਨ ਸਾਲਾਂ ਚ ਕਿਉਂਕਿ ਕੋਈ ਨਾ ਕੋਈ ਗੀਦੀ ਇਹੋ ਜਿਹਾ ਵਿੱਚ ਆ ਜਾਣਾ ਜਿਹਨੇ ਤੁਹਾਨੂੰ ਲੱਕੋਂ ਫੜ ਕੇ ਸਿੱਟ ਲੈਣਾ ਬਸ ਇੱਥੇ ਕਾਨੂੰਨ ਇੱਥੇ ਕਾਗਜ਼ ਪੱਤਰ ਜਿਹੜੇ ਨੇ ਫਿਰ ਉਹ ਜੇ ਕਾਨੂੰਨ ਦੇ ਚੱਕਰ ਚ ਆ ਗਏ ਵਕੀਲਾਂ ਦੇ ਚੱਕਰ ਚ ਆ ਗਏ ਉਹਨਾਂ ਨੇ ਲੈ ਕੇ ਪਿੱਛੋਂ ਪ੍ਰੈਸੀਡੈਂਟ ਜਿਹੜੇ ਸੈੱਟ ਹੋਏ ਨੇ ਚੱਕ ਚੱਕ ਕੇ ਉਹਨਾਂ ਨੇ ਦਿਖਾ ਕੇ ਪਾ ਲੈਣਾ ਨਾਗਵਾਲ ਪੈ ਗਿਆ ਤੇ ਫਿਰ ਹੀ ਚੱਲੋ ਗੇੜੇ ਇੱਕ ਤਾਂ ਤੁਸੀਂ ਵੈਸੇ ਤੰਗ ਬਈ ਤੁਹਾਡਾ ਕੰਮ ਖਰਾਬ ਹੋ ਗਿਆ ਇੱਕ ਵਕੀਲਾਂ ਦੇ ਗੇੜੇ ਬੰਦਾ ਟੁੱਟਦਾ ਇਹ ਇਹ ਜ਼ਰੂਰ ਖਿਆਲ ਰੱਖਣਾ ਵੀ ਕੁਛ ਵੀ ਤੁਸੀਂ ਕਰਨਾ ਕੁਛ ਵੀ ਤੁਸੀਂ ਤੁਰਨਾ ਘੱਟ ਕਰ ਲਓ ਘੱਟ ਤੁਰ ਲਓ ਕਿਸੇ ਦੇ ਬਿਹਾਫ ਤੇ ਕੋਈ ਗਲਤ ਕੰਮ ਨਾ ਕਹੋ ਵੀ ਜੋ ਕਹਿਣ ਲਈ ਇੰਨਾ ਕੁ ਮੇਰਾ ਕਰ ਲਾ ਵਿੱਚੇ ਹੋਰ ਕਰ ਲਓ ਜਿੰਨਾ ਤੁਸੀਂ ਅਫੋਰਡ ਕਰਦੇ ਹੋ ਉਨਾ ਕਰ ਇੱਕ ਤੁਹਾਡੀ ਸੱਟ ਆ ਜਿਹੜੀ ਤੁਹਾਨੂੰ ਸਿਰੇ ਲੈ ਜਾਂਦੀ ਹੈ ਇੱਕ ਸੱਟ ਆ ਜਿਹੜੀ ਮੁੜ ਕੇ ਤੁਹਾਨੂੰ ਜਿਉਣ ਜੋਗਾ ਨਹੀਂ ਛੱਡ ਪਾਰਟਨਰਸ਼ਿਪ ਅੱਜ ਕੱਲ ਜਿਹੜੇ ਤੁਹਾਡੇ ਝਗੜੇ ਨੇ ਪਾਰਟਨਰਸ਼ਿਪ ਦੇ ਸਭ ਤੋਂ ਵੱਡੇ ਝਗੜੇ ਨੇ ਕਿਉਂਕਿ ਮਹਿੰਗਾ ਹੋ ਗਿਆ ਰਲ ਕੇ ਲੋਕ ਲੈਂਦੇ ਆ ਰਲ ਕੇ ਲੋਕ ਮੁੜ ਕੇ ਲਿਟੀਗੇਸ਼ਨਾਂ ਦੇ ਚੱਕਰ ਚ ਦੀਵਾਨੀ ਮੁਕੱਦਮੇ ਚ ਤੁਸੀਂ ਤੁਰੇ ਫਿਰਦੇ ਹੋ ਪਹਿਲਾਂ ਹੀ ਜਿਹੜਾ ਜੁਆਇੰਟ ਵੈਂਚਰ ਦੇ ਵਿੱਚ ਲਿਖਾ ਲਓ ਮਤਾਂ ਜਿੰਨੀਆਂ ਲਿਖਣੀਆਂ ਕਰੋਗੇ ਮਿੱਤਰੋ ਸਾਈਨ ਤੇ ਇੰਨਾ ਤੁਹਾਡਾ ਹਿੱਸਾ ਆਹ ਕਰ ਸਕਦੇ ਹੋ ਆਹ ਨਹੀਂ ਕਰ ਸਕਦੇ ਆਹ ਨਹੀਂ ਹੋ ਸਕਦਾ ਆਹ ਕਰ ਸਕਦੇ ਹੋ ਤੇ ਇੱਕ ਸਾਇਲੈਂਟ ਪਾਰਟਨਰ ਬਹੁਤ ਆਪਣੇ ਮਨ ਚ ਹੁੰਦਾ ਵੀ ਚੱਲ ਬੈਠੇ ਕਹਿੰਦਾ ਚੱਲ ਤੂੰ ਨਾਉਂ ਕਰਾ ਲਾ ਉਹ ਨਹੀਂ ਕਰੋ ਨਾਲ ਲਿਆਓ ਸਾਈਨ ਕਰਾਓ ਤੇ ਜਦ ਗੂਠੇ ਲੱਗਦੇ ਆ ਬੈਂਕਾਂ ਚ ਲੋਨਾਂ ਦੇ ਨਾਲ ਦਓ ਗਰਦਨ ਘੁਮਾ ਕੇ ਵਿੱਚ ਫਸਾਓ ਵੀ ਜਿਹੜਾ ਸੇਕ ਆਵੇ ਤਾਂ ਬਰਾਬਰ ਆਵੇ ਜਦ ਸੇਕ ਨਹੀਂ ਕਿਸੇ ਨੂੰ ਆਉਣਾ ਅਗਲਾ ਪਰਾਂ ਜਾ ਕੇ ਤਾੜੀ ਮਾਰ ਦਾ ਬੱਸ ਵੇ ਸੀਪੀਐਲ ਦਾ ਸ਼ਬਦ ਇੱਕ ਹੈ ਡਾਲਰ ਹਜ਼ਾਰ ਲੱਗਦਾ ਵਕੀਲ ਦੇ ਉਹਦੇ ਭੇਜਿਆ ਤੇ ਖੜਕ ਜਾਂਦੀਆਂ ਟੱਲੀਆਂ ਵਿੱਚੇ ਬੈਂਕ ਲੋਨ ਤੇ ਜੇ ਤੇ ਬੋ ਖਤਮ ਕਹਾਣੀ ਪਰ ਕੋਈ ਨਾ ਕੋਈ ਇਹਦੇ ਵਿੱਚ ਕਿਉਂਕਿ ਹਰ ਇੱਕ ਦਾ ਆਪਣਾ ਦੀਦ ਹੈ ਹਰ ਇੱਕ ਤੇ ਝੱਲ ਹੁੰਦਾ ਕਈਆਂ ਤੇ ਨਹੀਂ ਝੱਲ ਹੁੰਦਾ
ਕਈ ਬੀਬੀਆਂ ਦੇ ਚਲਾਏ ਚੱਲਦੇ ਨੇ ਮੇਰੀ ਘਰ ਵਾਲੀ, ਫਿਰ ਪਤਾ ਕੀ ਜਦੋਂ ਭੱਜਣਗੇ ਮੇਰੀ ਘਰ ਵਾਲੀ ਰੌਲਾ ਪਾਉਂਦੀ, ਬੁੜੀਆਂ ਦੇ ਸਿਰ ਤੇ ਫਿਰ ਸਿਰਦੇ ਨੇ ਗੱਲ ਅਖੀਰ ਚ। ਇਹ ਇਹ ਜ਼ਰੂਰ, ਪਰ ਜੇ ਕੁਛ ਹੋ ਵੀ ਗਿਆ ਫਿਰ ਆਪਣੇ ਆਪ ਨੂੰ ਕਾਇਮ ਰੱਖੋ। ਜੇ ਆਪਣੀ ਸਿਹਤ ਖਰਾਬ ਹੋ ਗਈ ਕੁਛ ਨੀ, ਔਰ ਇਸ ਬਿਜ਼ਨਸ ਦੇ ਵਿੱਚ ਵਾਧਿਆਂ ਦੇ ਮੋਢੇ ਤੇ ਤਮਗੇ ਹੈ ਨੀ, ਘਾਟਿਆਂ ਦਾ ਦਲ ਦੇ ਵਿੱਚ ਫਿਰ ਹਾਰ ਨੇ। ਜਿੱਦਣ ਦੋ ਦੋ ਲੱਖ ਵਾਲੀ ਚੀਜ਼ ਦੋ ਦੋ ਮਿਲੀਅਨ ਦੀ ਵਿਕਣੀ ਆ, ਉਦਣ ਕਿਸੇ ਨੇ ਨੀ ਤੁਹਾਡੇ ਲਈ ਹੱਕ ਚ ਕਹਿਣਾ ਵੀ ਆ ਜੀ ਬਹੁਤ ਪੈਸੇ ਬਣਾ ਤੇ। ਜਿੱਦਣ ਦੋ ਵਾਲੀ ਡੇਢ ਚ ਰਹਿ ਗਈ ਉਦਣ ਗਰਦ ਬਹੁਤ ਉੱਗਣੀ, ਪਰ ਫਰਕ ਕੋਈ ਨੀ ਇਹ ਚੀਜ਼ਾਂ ਦਾ। ਜਦ ਤੁਸੀਂ ਆਪਣੀ ਜਗ੍ਹਾ ਸਹੀ ਹੋ, ਤੁਸੀਂ ਗਲਤ ਕੀਤਾ ਤਾਂ ਤੁਹਾਨੂੰ ਕੋਈ ਰੋਸ ਚਾਹੀਦਾ, ਤੁਸੀਂ ਠੀਕ ਕੀਤਾ ਕੁਛ ਨੀ। ਕਈਆਂ ਦਾ 2% ਹੁੰਦਾ 2% ਪ੍ਰੋਜੈਕਟ ਚ, ਪਰ ਉਹ ਤੁਹਾਡੀ ਜ਼ਿੰਦਗੀ ਨੂੰ ਵੇਖ ਕੇ 2% ਰੱਖਣਾ, ਮੇਰੇ 2% ਤੋਂ ਸਾਰਾ ਕੁਝ ਬਣਾਈ ਬੈਠਾ। 2% ਦੇ ਸ਼ੇਅਰ ਵਾਲੇ ਬੰਦੇ ਤੁਹਾਡੇ ਵੱਲ ਉਂਗਲ ਕਰ ਦਿੰਦੇ ਨੇ ਕਰ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਫੇਰ ਵੀ ਕਾਇਮ ਰਹੋ। ਹੋ ਗਿਆ ਸਹੀ, ਫੇਰ ਕੀ ਕਹਾਣੀ ਆ ਇਹਦੇ ਚ? ਕੀ ਬੰਦਿਆਂ ਦੇ ਹੁੰਦੀਆਂ ਭੀੜਾਂ ਸੰਘੀੜਾਂ, ਜਾਨ ਤੋਂ ਤਾਂ ਨੀ ਉੱਪਰ, ਗੋਲੀ ਤਾਂ ਨੀ ਵੱਜੀ, ਕੋਈ ਮੁਕਾਬਲਾ ਤਾਂ ਨੀ ਹੋਇਆ, ਕੋਈ ਲੱਤਾਂ ਤਾਂ ਨੀ ਬਰਾਬਰ ਕੀਤੀਆਂ, ਪੈਸੇ ਕਮਾਉਣ ਆਏ ਸੀ ਨਹੀਂ ਕਮਾਏ, ਫੇਰ ਕੀ ਹੋ ਗਿਆ? ਜਾਨ ਤਾਂ ਤੁਰੀ ਫਿਰਦੀ ਆ, ਚੜ੍ਹਦੀ ਕਲਾ ਚ ਰਹਿਣ ਦੀ ਲੋੜ ਆ। ਜਿਹੜਾ ਰੋਵਰ ਮੰਗਲ ਤੇ ਉਤਰਿਆ ਉਹਦੀ ਗੱਲਬਾਤ ਮੈਂ ਕੱਲ ਨੂੰ ਤੁਹਾਨੂੰ ਕਰਨੀ ਚਾਹੁੰਦਾ, ਸ਼ੁੱਕਰਵਾਰ ਦਾ ਦਿਨ ਮੇਰਾ ਪਿੰਡ ਮੇਰੇ ਖੇਤ ਚ ਉਹਦੀ ਗੱਲਾਂ ਬਾਤਾਂ ਕਰਾਂ ਕਿ ਉਹਦੇ ਵਿੱਚ ਜਿਹੜਾ ਹੈਲੀਕਾਪਟਰ ਵਿੱਚ ਛੋਟਾ ਜਿਹਾ ਗਿਆ ਉਹਨੂੰ ਚਲਾਉਣ ਵਾਲੇ ਬਣਾਉਣ ਵਾਲੇ ਬੋਬ ਬੈਲਾਰਾਮ ਜਿਹੜੇ ਨੇ ਉਹ ਆਪਣੇ ਭਾਰਤ ਦੇ IIT ਮਦਰਾਸ ਦੇ ਅਲਮਨਾਈ ਨੇ, ਉੱਥੋਂ ਪੜ੍ਹ ਕੇ ਆਏ ਨੇ, ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ IIT ਮਦਰਾਸ, ਬਹੁਤ ਵੱਡਾ ਨਾਂ ਹੈ। ਕੱਲ ਨੂੰ ਤੁਹਾਨੂੰ ਮੈਂ ਉਸਦੇ ਬਾਰੇ ਜਾਣਕਾਰੀ ਦੇਵਾਂਗਾ ਕਿ ਇਹਨੇ ਕਰਨਾ ਕੀ ਹੈ, ਜਾ ਕੇ ਰੋਵਰ ਉੱਥੇ ਕੀ ਕਰੂਗਾ, ਕਿਵੇਂ 20 ਕਰੋੜ ਕਿਲੋਮੀਟਰ ਦੂਰ ਉਤਰਿਆ ਜਾ ਕੇ। ਹੁਣ ਗੱਲਾਂ ਬਾਤਾਂ ਕਰੀਏ ਮਹਿਮਾਨ ਨਵਾਜ਼ੀ ਦੀ। ਅੱਛਾ, ਇਹਨੂੰ ਪਹਿਲਾਂ ਪਲੀਜ਼ ਸਮਝਿਓ, ਚਾਹੇ ਤੁਹਾਡਾ ਕੋਈ ਦੋਸਤ ਆ, ਚਾਹੇ ਰਿਸ਼ਤੇਦਾਰ ਆ, ਚਾਹੇ ਕੋਈ ਭਾਈ ਆ, ਨੇੜੇ ਦਾ ਰਿਲੇਸ਼ਨ ਆ, ਦੂਰ ਦਾ ਰਿਲੇਸ਼ਨ, ਜਦ ਤੁਹਾਡੇ ਘਰੇ ਕਿਸੇ ਨੇ ਆਉਣਾ ਮਤਲਬ ਇਹ ਉਹ ਤੁਹਾਡਾ ਗੈਸਟ ਹੈ, ਉਹ ਤੁਹਾਡਾ ਮਾਣ ਹੈ, ਉਹ ਆਪਣੇ ਜ਼ਿੰਦਗੀ ਦੇ ਸਮਾਂ ਤੁਹਾਡੇ ਲਈ ਲੈ ਕੇ ਆ ਰਿਹਾ, ਤੇ ਤੁਸੀਂ ਆਪਣੇ ਵੱਲੋਂ ਮਹਿਮਾਨ ਨਵਾਜ਼ ਜਿਹੜੇ ਨੇ, ਮਹਿਮਾਨ ਨਵਾਜ਼ੀ ਆ ਜਿਹੜੀ ਉਹ ਪੂਰਾ ਮਾਣ ਦੇ ਨਾਲ ਕਰਨੀ ਹੈ। ਮੇਜ਼ਬਾਨ ਤੇ ਹੋਸਟ ਇੱਕੋ ਹੀ ਸ਼ਬਦ ਆ, ਹੋਸਟ ਅੰਗਰੇਜ਼ੀ ਦਾ, ਮੇਜ਼ਬਾਨ ਦੋ ਵਾਰ ਕਈ ਵਾਰ ਬਜਾਤਾ ਪੜ੍ਹੇ ਲਿਖੇ ਕੇ ਸਤਿ ਸ਼੍ਰੀ ਅਕਾਲ ਮੇਜ਼ਬਾਨ ਜੀ, ਹੋਸਟ ਜੀ ਕਹਿ ਦਿੰਦਾ। ਸੋ ਇਹ ਜਦ ਉਹਨੇ ਤੁਹਾਡੇ ਘਰੇ ਆਉਣਾ, ਸ਼ੁਰੂ ਚ ਮੈਂ ਦੱਸ ਦਵਾਂ, ਇੱਕ ਸ਼ੁਰੂ ਸ਼ੁਰੂ ਦੇ ਵਿੱਚ ਦੱਸ ਦਵਾਂ ਇੱਕ ਤਾਂ ਉਹਦੇ ਚ ਜਿਹੜਾ ਅੱਛਾ ਮਹਿਮਾਨ ਨਵਾਜ਼ੀ ਨਵਾਜ਼ੀ ਦੇ ਵਿੱਚ ਇਲਾਕੇ ਦਾ ਬਹੁਤ ਵੱਡਾ ਫਰਕ ਹੈ ਇਹ ਮੰਨਣਾ ਤੋਂ। ਹੁਣ ਐਵੇਂ ਐ ਨਾ ਕਹਿ ਦਿਓ ਬਈ ਆਪਣੇ ਇਲਾਕੇ ਨੂੰ ਭੰਡ ਰਿਹਾ ਦੂਜੇ ਇਲਾਕੇ ਨੂੰ, ਨਹੀਂ, ਇਲਾਕਾ ਆਪਣਾ ਕੋਈ ਨੀ, ਆਪਾਂ ਪੰਜਾਬੀ ਆ ਸਾਰੇ, ਇੱਕੋ ਹੀ ਪੰਜਾਬ ਦੇ ਵਿੱਚ ਆ ਅਸੀਂ, ਇੱਕੋ ਹੀ ਖੂਨ ਆ ਸਾਡਾ, ਇੱਕੋ ਹੀ ਆ ਅਸੀਂ ਸਾਰੇ, ਇਲਾਕੇ ਦਾ ਬਹੁਤ ਵੱਡਾ ਫਰਕ ਹੈ। ਮਹਿਮਾਨ ਨਿਵਾਜ਼ੀ ਲਈ ਇਲਾਕੇ ਦੀ ਗੱਲ ਬਹੁਤ ਵੱਡੀ। ਨੰਬਰ ਦੋ, ਸਤਿਕਾਰ ਕਰਨ ਲਈ ਮੇਜ਼ਬਾਨੀ ਲਈ ਪੈਸਾ ਵੱਧ ਹੋਣਾ ਜ਼ਰੂਰਤ ਨਹੀਂ। ਮਿੱਤਰੋ ਇਹ ਗੱਲ ਸੁਣ ਲਿਓ ਗੱਲ, ਕਿਉਂਕਿ ਉਹ ਤਾਂ 5-4 ਘੰਟੇ ਚ 25-30-50-100 ਡਾਲਰ ਦੀ ਉਹ ਗੱਲ ਹੈ। ਉਹਦੇ ਲਈ ਤੁਹਾਡੇ 10 ਬੈਡਰੂਮ ਦਾ ਘਰ ਜ਼ਰੂਰੀ ਨਹੀਂ, ਉਹਦੇ ਲਈ ਮਹਿੰਗੇ ਕਾਊਚ ਤੇ ਮਹਿੰਗੇ ਸੋਫਿਆਂ ਦੀ ਲੋੜ ਨਹੀਂ, ਉਹਦੇ ਲਈ ਜਿਹੜੀ ਅਲਮਾਰੀ ਖੜਾਈ ਹੁੰਦੀ ਆ ਦਿਖਾਉਣ ਲਈ, ਜਿਹਦੇ ਵਿੱਚੋਂ ਭਾਂਡੇ ਕਦੇ ਵੀ ਨਹੀਂ ਕੱਢਦੇ ਆਪਾਂ ਡਾਇਨਿੰਗ ਰੂਮ ਵਾਲੀ, ਜਾਂ ਉਹ ਡਾਇਨਿੰਗ ਰੂਮ ਜਿਹਨਾਂ ਤੇ ਆਪਾਂ ਦੋਲੇ ਪਾਏ ਹੋਏ ਨੇ ਉਹਨਾਂ ਦੇ ਉੱਪਰ ਕੁਰਸੀਆਂ ਤੇ ਬਹਿਣ ਦੀ ਲੋੜ ਨਹੀਂ, ਉਹ ਤਾਂ ਥੱਲੇ ਵੀ ਰੱਗ ਤੇ ਜਿਵੇਂ ਸ਼ੁਰੂ ਚ ਆਉਂਦੇ ਹੁੰਦੇ ਸੀ ਨਾ ਬੇਸਮੈਂਟ 2 ਬੈਡਰੂਮ ਦਾ, ਉਹਦਾ ਅਰਗਾ ਸਵਾਦ ਹੀ ਨਹੀਂ ਜ਼ਿੰਦਗੀ, ਜਿਹੜਾ ਕੁਛ ਮਰਜ਼ੀ ਬਣਾ ਲਓ ਮਿੱਤਰੋ, ਜਿਹੜਾ ਬੇਸਮੈਂਟ ਦਾ ਸਵਾਦ ਸੀ, ਸੋਫਾ ਕੰਮ ਬੈੱਡ ਖਿੱਚ ਕੇ ਆਇਆ ਗਿਆ ਉੱਥੇ ਪੈਂਦਾ, ਬੰਦੇ ਅੰਦਰ ਪੈਂਦੇ, 5 ਬੰਦਿਆਂ ਨੂੰ ਇੱਕ ਵਾਸ਼ਰੂਮ ਹੁੰਦਾ ਤੇ ਕੋਈ ਇੱਕ ਦੂਜੇ ਦੇ ਮੱਥੇ ਨਾ ਲੱਗਦਾ, ਟਾਈਮ ਬੰਨ ਲੈਂਦੇ ਅਗਲੇ 4:30 ਵਜੇ, ਉਹਦੇ ਬਾਅਦ 4:45, ਉਹਦੇ ਬਾਅਦ 5:05 ਤੇ ਸਪਰੇ ਕਿਵੇਂ ਕਰਨਾ, ਸਾਫ਼ ਕਿਵੇਂ ਕਰਨਾ, ਹੁਣ
ਸਾਡੇ ਕੋਲ 7-7 8-8 ਨੇ 10-10 ਨੇ ਬਾਲ ਸਾਰਿਆਂ ਤੇ ਖਿੜੇ ਰਹਿੰਦੇ ਸੋ ਇਹਦੇ ਲਈ ਨਾ ਪੈਸਾ ਨਾ ਜਗ੍ਹਾ ਨਾ ਕੁਛ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਦਿਲ ਚਾਹੀਦਾ ਵੀ ਹਾਂ ਮੈਂ ਅੱਜ ਸਰਵ ਕਰਦਾ ਔਰ ਉਦੋਂ ਅੱਗੇ ਜਿਹੜੇ ਘਰ ਦੇ ਵਿੱਚ ਸਰਦਾਰ ਨਹੀਂ ਵਧੀਆ ਮੇਜ਼ਬਾਨ ਨਹੀਂ ਹੈ ਉਹ ਘਰ ਦੇ ਵਿੱਚੋਂ ਤੁਸੀਂ ਸਤਿਕਾਰ ਦੇ ਹੀ ਨਹੀਂ ਸਕਦੇ ਇਹ ਗੱਲ ਮੰਨ ਲਓ ਲੈ ਆਉਂਗੇ ਬਾਹਰੋਂ ਲੈ ਆਉਂਗੇ ਸਰਵ ਉਹਨੇ ਕਰਨਾ ਹੁਣ ਤਾਂ ਜ਼ਿਆਦਾਤਰ ਖਾਣਾ ਬਾਹਰੋਂ ਹੀ ਲੈ ਕੇ ਆਉਂਦੇ ਉਹ ਕਹਿੰਦੇ ਨਾ ਹੀ ਛੱਡੋ ਕਿਹੜਾ ਮੈਂ ਇੱਥੇ ਕੜਛੀਆਂ ਮਾਂਜੂ ਲੈ ਆਓ ਭਾਂਡੇ ਵੀ ਬਾਹਰੋਂ ਹੀ ਲੈ ਆਉਂਦੇ ਨੇ ਉਹ ਬੁੱਲ ਬੱਡ ਚਮਚੇ ਵੀ ਬਾਹਰੋਂ ਹੀ ਲੈ ਆਉਂਦੇ ਜਿਹੜਾ ਮੂੰਹ ਦੇ ਵਿੱਚ ਅਗਰ ਸੇਵੀਆਂ ਦਾ ਪਾਉਂਦਾ ਸੇਵੀਆਂ ਅੰਦਰ ਚਲੇ ਜਾਂਦੀਆਂ ਨੇ ਖੂਨ ਨਾਲ ਚਮਚੇ ਨੂੰ ਲੱਗ ਜਾਂਦਾ ਤਿੱਖੇ ਉਹਦੇ ਚਮਚੇ ਦੇ ਇੰਨੇ ਆਲੇ ਦੁਆਲੇ ਕੰਢੇ ਹੁੰਦੇ ਨੇ ਸਰ ਚਮਚੇ ਤਿੱਖੇ ਹੀ ਹੁੰਦੇ ਨੇ ਸੋ ਇਹ ਉਦਣ ਤੁਹਾਡਾ ਘਰ ਦਾ ਬੈਸਟ ਟੂ ਬੈਸਟ ਜਿਹੜਾ ਬੈਸਟ ਟੂ ਬੈਸਟ ਤੁਹਾਡੀ ਭਾਂਡੇ ਬੈਸਟ ਟੂ ਬੈਸਟ ਤੁਹਾਡੀ ਕਟਲਰੀ ਬੈਸਟ ਟੂ ਬੈਸਟ ਤੁਹਾਡੇ ਖਾਣੇ ਜਿਹਦੇ ਤੁਹਾਡਾ ਵੀ ਆਪਣਾ ਬੰਦੇ ਵੀ ਇਨਵੋਲਵ ਨੇ ਇਸਤਰੀਆਂ ਵੀ ਬੱਚੇ ਕਿੰਨਾ ਬੈਸਟ ਕਰ ਸਕਦੇ ਇੱਕ ਤਾਂ ਸਮਝ ਲਿਓ ਇੱਕ ਤਾਂ ਸਕੇ ਭਾਈ ਭੈਣ ਭਾਈ ਨੇ ਉਹ ਤਾਂ ਚੱਲ ਆ ਗਏ ਉੱਤਰ ਗਏ ਬੀਬੀ ਨੂੰ ਲੈਣ ਆ ਗਏ ਆ ਗਿਆ ਬਹਿ ਜਾ ਚਾਹ ਵੀ ਉਹ ਨੀ ਜਿਹੜੇ ਮਹਿਮਾਨ ਨੇ ਮਹਿਮਾਨ ਸਾਲ ਚ ਇੱਕ ਜਾਂ ਦੋ ਵਾਰ ਆਉਣੇ ਨੇ ਇੱਕ ਦੋ ਵਾਰ ਤੁਸੀਂ ਜਾਣਾ ਤੇ ਜਾਣਾ ਤੁਸੀਂ ਉੱਥੇ ਹੀ ਆ ਪਲੀਜ਼ ਹੁਣ ਆਪਾਂ ਨਾ ਫਾਰਮੈਲਿਟੀਆਂ ਚੋਂ ਬਾਹਰ ਨਿਕਲ ਜੀ ਵੀ ਮੁੰਡਾ ਆ ਗਿਆ ਹੁਣ ਮਾਮੇ ਦਾ ਹੁਣ ਭੂਆ ਦਾ ਮੁੰਡਾ ਆ ਗਿਆ ਉਹਦੀ ਘਰ ਵਾਲੀ ਆ ਗਈ ਉੱਥੇ ਫੁੱਲ ਲੈ ਕੇ ਵੀ ਏਅਰਪੋਰਟ ਤੇ ਜਾਣਾ ਪੈਣਾ ਜਿਹਦੇ ਆਪਣੇ ਕਦੇ ਵਿਚਾਰੇ ਨੇ ਗੁਲਾਬ ਘਰ ਵਾਲੀ ਨੂੰ ਨੀ ਫੜਾਇਆ ਉਹਦੇ ਹੱਥ ਦੇ ਵਿੱਚ ਸੁੱਬ ਬੰਨ ਕੇ ਫੜਾ ਦਿੰਦੇ ਨੇ ਫੁੱਲ ਉਹ ਖੜਾ ਹੁੰਦਾ ਆ ਫੜੋ ਜੀ ਉਹ ਫੜੋ ਜੀ ਦੋਨੇ ਹੱਥਾਂ ਨਾਲ ਐ ਫੜਾਉਂਦਾ ਜਿਵੇਂ ਦੇਗ ਲੈਣੀ ਹੁੰਦੀ ਹੁਣ ਉਹਨੂੰ ਵਿਚਾਰੇ ਨੂੰ ਮੇਰੇ ਅਰਗੇ ਨੂੰ ਜਿਹਨੇ ਫੁੱਲ ਜ਼ਿੰਦਗੀ ਚ ਘਰ ਵਾਲੀ ਨੂੰ ਦਿੱਤੇ ਉੱਥੇ ਏਅਰਪੋਰਟ ਤੇ ਜਾ ਕੇ ਕੀ ਕਰੂੰਗਾ ਮੈਂ ਸੋ ਮੇਰੇ ਕਹਿਣ ਦਾ ਮਤਲਬ ਅਸੀਂ ਫਾਰਮੈਲਿਟੀ ਨਹੀਂ ਕਰਨੀ ਸਤਿਕਾਰ ਦੇਣਾ ਸਤਿਕਾਰ ਦੇ ਵਿੱਚ ਹਫਲ ਨਾ ਨੀ ਵੀ ਆਹ ਵੀ ਕਰਦੇ ਹੁਣ ਇੱਧਰ ਵੀ ਕਰਦੇ ਭੱਜ ਲਾ ਹੋਏ ਬਹਿ ਜਾ ਹੋਏ ਕਰ ਲਾ ਹੋਏ ਸਮੇਂ ਸਿਰ ਸੱਦ ਕੇ ਬੰਦੇ ਨੂੰ ਇਹ ਜ਼ਰੂਰ ਵੇਖੋ ਵੀ ਹੁਣ ਸਮਾਂ ਕੀ ਆ ਮੰਨ ਲਓ 4 ਵਜੇ ਕੋਈ ਆ ਗਿਆ 4 ਤੋਂ 10 ਵਜੇ ਦਾ ਟਾਈਮ ਆ ਜਿਹਨੂੰ ਸਰਦਿਆਂ ਨੂੰ ਕਹੇ ਮਿੱਤਰਾ ਟਾਈਮ ਨਾਲ ਹੀ ਆਉਣਾ ਮੇਰੇ ਕੋਲ ਹਾਂ ਇਹ ਨੀ ਆ ਤੂੰ 4 ਵਜੇ ਕਹਿ ਕੇ 6:30 ਵਜੇ ਆਵੇਂ ਆਏ ਨੀ ਫਿਰ ਲੇਟ ਹੋ ਗਏ ਲੋੜ ਨੀ ਆਇਆ ਤੇ ਬਾਰਡਰ ਤੇ ਫੜ ਲਏ ਤੇ ਇਹ ਤੇ ਉਹ ਗੱਲਾਂ ਨੀ ਹੈ ਸੱਦੋ ਉਦਣ ਕਿਉਂਕਿ ਤੁਹਾਡੀਆਂ ਚੀਜ਼ਾਂ ਤੁਹਾਡਾ ਰੈਡੀ ਕੀਤਾ ਪਰਿਵਾਰ ਜਦ ਇੱਕ ਵਾਰੀ ਦਿਲੋਂ ਬੁੱਝ ਗਿਆ ਨਾ ਉਹ ਨਾ ਚਾਹੁੰਦੇ ਹੋਏ ਵੀ ਉਹਨੇ ਸੇਵਾ ਦੇ ਵਿੱਚ ਕਸਰ ਛੱਡ ਦੇਣੀ ਕਿਉਂਕਿ ਉਹਦਾ ਦਿਲ ਰਾਜੀ ਨੀ ਹੈ ਜਦ ਕਹਿਤਾ ਜਦ ਟਾਈਮ ਸੈੱਟ ਕਰ ਲਿਆ ਵੀ 6:30 6 ਤੋਂ 6:30 ਦਾ ਟਾਈਮ ਦੇ ਦੋ ਚਲੋ ਇਹ ਉਹ ਵੀ ਨੀ ਹੈ ਕੋਈ ਬਟਨ ਨੱਪਤਾ ਉਹਨੇ ਕੁ ਟਾਈਮ ਹੁਣ 6:30 ਕੋਈ ਆਉਂਦਾ ਹੈ ਉਸ ਸਮੇਂ ਤੁਹਾਡੇ ਕੋਲ ਕੀ ਹੈ ਕੀ ਕਰਨਾ ਚਾਹੁੰਦੇ ਹੋ ਤੁਸੀਂ ਉਸ ਸਮੇਂ ਕੀ ਕਰਨਾ ਥੋੜੇ ਜਿਹੇ ਕਾਲਰਾਂ ਦਾ ਵੇਟ ਕਰਾਂ ਜੀ ਮੈਨੂੰ ਕਰ ਲੈਂਦੇ ਹੋ ਗੱਲ ਮਨਪ੍ਰੀਤ ਸਿੰਘ ਜੀ ਫਿਰ ਤੁਸੀਂ ਫੋਨ ਕਰਿਓ ਜਾਂ ਹੋਲਡ ਕਰ ਲਿਓ ਅੱਛਾ ਫਿਰ ਉਸ ਸਮੇਂ ਤੁਹਾਡੇ ਕੋਲ ਕੀ ਆ ਵੀ 6:30 ਤੋਂ ਹੁਣ 10:30 ਦਾ ਟਾਈਮ ਆ 4 ਘੰਟੇ ਇਹ ਚ ਕੀ ਕਰਾਂ ਮੈਂ ਇਹ ਨੀ ਹੈ ਵੀ ਮੇਰੇ ਲਿਆਂਦੇ ਹੋਏ ਜਿਹੜੇ ਪਕੌੜੇ ਨੇ ਉਹ ਮਤਲਬ ਪਲਾਸਟਿਕ ਨੂੰ ਵਧਣ ਲੱਗ ਗਏ ਪਨੀਰ ਦੇ ਤੇ ਉਹ ਮੈਂ ਠੋਕਣੇ ਨੇ ਇਹਨਾਂ ਦੇ ਮੂਹਰੇ ਓਵਨ ਚ ਠੰਡੇ ਹੋਏ ਤੱਤੇ ਹੋਏ ਆਉਂਦਿਆਂ ਨੂੰ ਜੂਸ ਹੋਏ ਉਹਦੇ ਬਾਅਦ ਚਾਹ ਹੋਏ ਵਿੱਚੇ ਪਕੌੜੇ ਹੋਏ ਵਿੱਚੇ ਗੁਲਾਬ ਜਾਮਣਾ ਹੋਏ ਜਦ ਨੂੰ 8:30 ਵੱਜ ਕੇ ਕਹਿੰਦੇ ਆ ਜਾਓ ਰੋਟੀ ਨੂੰ ਮੈਂ ਰੋਟੀ ਜੋਗੇ ਹੋ ਤਾਂ ਜਾਈਏ ਰੋਟੀ ਵਾਲੇ ਜਿਹੜੇ ਹੋਣ ਕਰਨ ਉਹ ਥੱਲੇ ਲਿਜਾ ਰਹੇ ਨੇ ਉਹ ਖਟਿਆਈ ਦੇ ਨਾਲ ਦਾਰੂ ਮਿਲਾ ਦੇਣੀ ਹੈ ਇੱਧਰ ਬੀਬੀਆਂ ਨੇ ਖੱਟਾ ਜੂਸ ਪੀ ਕੇ ਚਾਹ ਪੀ ਕੇ ਇਹਨਾਂ ਨੇ ਗੋਲ ਗੱਪਿਆਂ ਨੂੰ ਪੈ ਜਾਣਾ 9:30 ਵਜੇ ਨੂੰ ਤਰਥੱਲੀ ਢਿੱਡ ਚ ਮੱਚ ਜਾਣੀ ਹੈ ਗਰ ਗਰ ਹੋਣੀ ਆ ਫਿਰ ਕਈ ਬੈਠੀਆਂ ਕਈ ਜਾਣੀਆਂ ਬੱਖੀ ਦੱਬ ਕੇ ਲੱਗਦਾ ਗੈਸ ਵੱਧ ਗਈ ਮੇਰੇ ਬੰਦੇ ਅੰਦਰ ਥੱਲੇ ਘਾਰ ਲੈਣ ਗਏ ਤੇਜ਼ਾਬ ਵੱਧ ਗਿਆ ਉਹਨੇ ਪਹਿਲਾਂ ਗੋਲੀਆਂ ਲਿਆਓ ਪਹਿਲਾਂ 2-2 ਗੋਲੀਆਂ ਖਾਈ ਉਹਦੇ ਬਾਅਦ ਚੱਕ ਲਾ ਰੋਟੀ ਚੱਕ ਲਾ ਬੱਕਰਾ ਗਰਮ ਹੋ ਗਿਆ ਬੱਕਰਾ ਠੰਡਾ ਹੋ ਗਿਆ ਮਟਰ ਪਨੀਰ ਰੁਲ ਗਿਆ ਹੋਏ ਲਿਆ ਹੋਏ ਤੇ ਉਧਰੋਂ ਨਾਨ ਜਿਹੜੇ ਨੇ ਮੈਦੇ ਵਾਲੇ ਉਹ ਵਧ ਕੇ ਖਿੱਚ ਲਾਇਆ ਤੇ ਨਾਲ ਹੀ ਰਸ ਮਲਾਈ ਲਿਆ 11 ਵਜੇ ਨੂੰ ਬੰਦੇ ਨੂੰ ਪੈਕ ਕਰਕੇ ਟਿਫਨ ਵਾਂਗੂ ਗਏ ਜੰਗਾ ਬਾਈ ਜੀ ਸਤਿ ਸ੍ਰੀ ਅਕਾਲ ਉਧਰੋਂ ਭਾਂਡੇ ਖੜਕਦੇ ਹੁੰਦੇ ਨੇ ਅੰਦਰ ਵੜਦੇ ਘਰ ਵਾਲੀ ਕਹਿੰਦੀ ਆ ਇਹਨਾਂ ਨੂੰ ਕਾਹਨੂੰ ਜਮਦੂਤਾਂ ਨੂੰ ਛੱਡਣਾ ਤੀ ਇੱਥੇ 5 ਵਜੇ ਕਹਿ ਕੇ 6:30 ਆਏ ਨੇ ਹੁਣ ਫਰਕ ਹੈ ਵੀ ਕਿਹਨੇ ਸੱਦਣਾ ਕਿਹਦੇ ਕਹਿਤੇ ਆਏ ਨੇ ਸਵਾਦ ਮਰਨ ਵਾਲਾ ਜਾਣ ਤੋਂ ਗਿਆ ਖਾਣ ਵਾਲੇ ਨੂੰ ਸਵਾਦ ਨਾ ਆਇਆ ਸਮਾਂ ਵੇਖ ਲਓ ਕੋਈ ਰਿਚੁਅਲ ਨਾ ਕਰੋ ਉਹਨੂੰ ਕਹਿੰਦਾ ਮਿੱਤਰਾ ਯਾਰ ਹੁਣ 6:30 ਵੱਜ ਗਏ ਹੁਣ ਆਪਣਾ ਚਾਹ ਚੂਹ ਦਾ ਸਮਾਂ ਤਾਂ ਹੈ ਨੀ ਕੋਈ ਵਧੀਆ ਫਰੂਟ ਜੂਸ ਵਗੈਰਾ ਪੀ ਲਓ
ਜਾਂ ਕੋਈ ਥੋੜਾ ਜਿਹਾ ਫਰੂਟ ਖਾ ਲਓ, ਉਹਦੇ ਬਾਅਦ ਫਿਰ ਸਮਾਂ ਤੁਹਾਡਾ ਸਪੈਂਡ। ਦੇਖੋ ਇਹੋ ਜਿਹਾ ਤੁਸੀਂ ਕੁਝ ਨਹੀਂ ਕਰ ਰਹੇ ਉਹਨਾਂ ਲਈ ਜਿਹੜਾ ਉਹ ਨਿੱਜੀ ਜ਼ਿੰਦਗੀ ਚ ਕਰਦੇ ਨੇ। ਹਰ ਇੱਕ ਚੀਜ਼ਾਂ ਟਿਪਸ ਦੇ ਨੇ, ਲੋਕ ਖਾਂਦੇ ਨੇ ਪੀਂਦੇ ਨੇ, ਕੁਛ ਖਾਸ ਨਹੀਂ ਹੈ ਜਿਹੜਾ ਤੁਸੀਂ ਕਰ। ਫਿਰ ਉਹ ਸਮਾਂ ਜਿਹੜਾ ਤੁਹਾਡਾ ਵਧੀਆ ਬਤੀਤ ਕਰਨਾ, ਤੁਸੀਂ ਬਹਿ ਗਏ ਪਹਿਲਾਂ ਤਾਂ ਇਕੱਠਾ ਪਰਿਵਾਰ ਹੀ ਬਹਿਣਾ ਚਾਹੀਦਾ ਘੰਟਾ ਖੰਡ। ਇਹ ਨੀ ਬੰਦੇ ਤੁਸੀਂ ਇੱਧਰ ਆ ਜਾਓ, ਸਾਡੇ ਮਾਲ ਵਿੱਚ ਇਹ ਬਹੁਤ ਕਹਿੰਦੇ ਤੁਸੀਂ ਇੱਧਰ ਆ ਜਾਓ, ਬੁੜੀਆਂ ਉੱਧਰ ਬਹਿ ਜਾਓ, ਬੁੜੀਆਂ ਤੁਸੀਂ ਉੱਧਰ ਬੁੜੀਆਂ ਬਹਿ ਜਾਓ ਤੇ ਅਸੀਂ ਇੱਧਰ ਬਹਿਣਾ, ਬੁੜੀਆਂ ਇੱਧਰ ਬਹਿ ਜਾਓ, ਬੰਦਾ ਉਈਓ ਖਲਾਰਾ ਪਾਈ ਫਿਰ ਤੇ ਬੁੜੀਆਂ। ਉਹ ਲੇਡੀਜ਼ ਕਿਉਂ ਨੀ ਬਹਿ ਸਕਦੀਆਂ? ਗੱਲਾਂ ਇਕੱਠੇ ਨੀ ਤੁਸੀਂ ਲਿਵਿੰਗ ਰੂਮ ਚ ਕਰ ਸਕਦੇ? ਜਿੱਥੇ ਦੋ ਬਹਿਣ ਤੁਹਾਡੇ ਘਰੋਂ ਤਾਂ ਸਮਾਨ ਚੱਕਦੀ ਉਹ ਫਿਰਦੀ ਆ, ਆ ਗਈ ਲੈ ਗਈ, ਜਵਾਕ ਪਾਣੀ ਛੱਡ ਗਏ, ਜੂਸ ਛੱਡ ਗਏ, ਵਿੱਚੇ ਬੰਦਾ ਦੇਖਦਾ ਵੀ ਘਰ ਵਾਲੀ ਤਿੰਗੜ ਹੋਈ ਆ, ਮੈਂ ਲਿਆਵਾਂ ਮੈਂ ਲਿਆਉਣਾ ਮੈਂ ਲਿਆਉਣਾ, ਉਹ ਕਹਿੰਦਾ ਨਾ ਨਾ ਬਹਿ ਜਾ। ਘਰ ਵਾਲੀ ਮੇਰੇ ਕਹਿੰਦੀ ਆ ਮੇਰੇ ਹੁੰਦੇ ਬੰਦਾ ਕੀ ਸਰਵ ਕਰੇ, ਪਰ ਇਹੋ ਜਿਹਾ ਕੁਛ ਨੀ ਨਾ। ਜੇ ਤੁਸੀਂ ਸੁਹਾਵਣਾ ਨਹੀਂ ਬਣਾਉਣਾ ਉਹਨੂੰ, ਫਿਰ ਉਹਨੂੰ ਕਿਵੇਂ ਬਣਾਉਣਾ? ਪਹਿਲੀ ਤਾਂ ਗੱਲ ਤੁਹਾਡੀ ਗੈਦਰਿੰਗ ਜ਼ਰੂਰ ਘੰਟੇ ਦੀ ਚਾਹੀਦੀ ਆ, ਲੇਡੀਜ਼ ਬੱਚੇ ਤੁਸੀਂ ਜਿਹੜਾ ਪਰਿਵਾਰ ਆ ਯਾਰ ਇਕੱਠੇ ਬਹਿ ਕੇ ਘੰਟਾ ਗੱਲਾਂ ਤਾਂ ਕਰ ਲਓ। ਖਾਣ ਥੋੜਾ ਆਇਆ ਤੁਹਾਨੂੰ ਮਿਲਣਾ ਆ, ਉਹਦਾ ਨਵੇੜ ਕੇ ਤੇ ਗਲਾਸ ਚੱਕਰ, ਚੱਲ ਵੀ ਆਪਾਂ ਬੇਸਮੈਂਟ ਨੂੰ ਚੱਲੀਏ, ਚੱਲ ਤੈਨੂੰ ਦਿਖਾਵਾਂ ਤੇ ਬੇਸਮੈਂਟ। ਕਈ ਘਰ ਦਾ ਟੂਰ ਵੀ ਸ਼ੁਰੂ ਕਰ ਦੇਣੇ ਉਸ ਸਮੇਂ, ਆਹ ਸਾਡਾ ਵਾਸ਼ਰੂਮ ਆ, ਤਾਂ ਦੱਸ ਮੈਨੂੰ ਕਿਹੜਾ ਰੋਜ਼ ਗਾਰਡਨ ਤੂੰ ਦਿਖਾਉਣ ਲੱਗਿਆ ਵਾਸ਼ਰੂਮ, ਆਹ ਸਾਡੀ ਵਾਕ ਇਨ ਕਲੋਜ਼ਟ ਆ, ਉਹਦੇ ਚ ਚਾਰ ਖਾਨੇ ਜਿਹੜੇ ਲਮਕਦੇ ਨੇ ਭਾਰਤ ਵਾਲੇ ਲਿਆਂਦੇ, ਆਹ ਦੇ ਪੱਗਾਂ ਮੇਰੀਆਂ। ਤੇ ਉਹਦੇ ਬਾਅਦ ਟਿਪੀਕਲ ਜਿਹੜਾ ਸਿਨੈਰੀਓ ਆ ਉਹ ਇਹੀ ਆ। ਅੱਛਾ ਫੇਰ ਉਹ ਚੱਲ ਆਪਾਂ ਥੱਲੇ ਨੂੰ ਚੱਲੀਏ, ਚੱਲ ਉੱਪਰ ਨੂੰ ਚੱਲੀਏ, ਬਸ ਬੁੜੀਆਂ ਲੇਡੀਜ਼ ਨੂੰ ਇੱਕ ਬੰਦੇ ਨੂੰ ਇਕੱਠੀਆਂ ਕਰਨਾ, ਬੰਦਿਆਂ ਨੇ ਇਕੱਠੀਆਂ ਅੱਗੇ ਮੱਗੇ ਕੱਢਣੇ ਨੇ ਉਹਨਾਂ ਨੇ, ਬਸ ਫੇਰ ਜਦ ਪੰਜ ਪੰਜ ਚਾਰ ਚਾਰ ਲੱਗ ਗਏ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤੁਰਦੇ ਆ, ਜਾਂ ਬਾਦਲ ਤੋਂ ਤੁਰਨਗੇ ਜਾਂ ਅਮਰਿੰਦਰ। ਤੁਸੀਂ ਯਾਰ ਗੱਲਾਂ ਆਪਣੀਆਂ ਕਰਨਾ ਹੈ, ਆਪਣੀ ਚਾਈਲਡਹੁੱਡ ਦੀਆਂ, ਜੇ ਤੁਹਾਡੇ ਕਿਹੜੇ ਸਮੇਂ ਦਾ ਦੋਸਤ ਆ, ਉਹ ਕਾਲਜ ਦਾ ਦੋਸਤ ਹੈ, ਕਾਲਜ ਦੀਆਂ ਹੱਸੋ ਖੇਡੋ, ਜੇ ਰਿਸ਼ਤੇਦਾਰੀ ਆ ਤਾਂ ਪੁਰਾਣੇ ਮਾਮੇ ਬਾਪੂ ਫੁੱਫੜਾਂ ਦੀਆਂ ਗੱਲਾਂ ਤੋਰ ਲਓ, ਕੁਛ ਬਜ਼ੁਰਗਾਂ ਦੀਆਂ ਤੋਰ ਲਓ, ਜਵਾਕਾਂ ਨੂੰ ਇੰਟਰਟੇਨ ਕਰਨ ਦਿਓ। ਯਾਰ ਤੁਸੀਂ ਨਾ, ਆਪਾਂ ਤਾਂ ਉਸ ਗੈਦਰਿੰਗ ਦੇ ਵਿੱਚ ਕਲੇਸ਼ ਲੈ ਲੈਂਦੇ ਹਾਂ ਮਹੀਨੇ ਦਾ, ਮਹੀਨਾ ਭਾਂਡੇ ਖੜਕਦੇ ਰਹਿੰਦੇ ਆ ਘਰ ਦੇ ਵਿੱਚ ਜੇ ਸੈੱਟ ਨਾ ਬੈਠੇ ਗੱਲ। ਕਈ ਦਾਰੂ ਪੀ ਕੇ ਗਲਤ ਬੋਲ ਦਿੰਦੇ ਨੇ ਘਰ ਵਾਲੀ ਨੂੰ, ਗਲਤ ਬੰਦਿਆਂ ਦੇ ਸਾਹਮਣੇ ਬੋਲ ਦੇਣ, ਉਹ ਇਹਨੂੰ ਕਿੱਥੇ ਪਤਾ, ਇਹਦਾ ਮੈਂ ਲਿਆਂਦਾ ਸਾਰਾ ਕੁਛ, ਜਵਾਰ ਪੱਡੇ ਦਿਓ ਲੈ ਕੇ ਆਇਆ ਸਾਰਾ ਕੁਛ, ਪੀਜ਼ਾ ਬਾਈ ਦਿਓ ਲਿਆਂਦਾ, ਸੰਘੇ ਉਹਨਾਂ ਦਿਓ ਬੈਜੀ ਹੱਟ ਪੀਜ਼ੇ ਤੋਂ, ਇਹ ਇਹਨੂੰ ਨਹੀਂ ਪਤਾ ਹੈ ਇਹ ਤਾਂ, ਇਹਨੂੰ ਪੁੱਛ ਦਿਨ ਏਅਰਪੋਰਟ ਤੇ ਉਤਰੀ ਸੀ ਕਿਵੇਂ ਤੁਰੀ ਆਉਂਦੀ ਸੀ, ਦੇਖ ਜਿਵੇਂ ਆਪ ਜਾਣੀ ਸਾਂਚੇ ਚ ਪਾ ਕੇ ਤੁਰਿਆ ਹੁੰਦਾ ਜਿਸ ਦਿਨ ਪਹਿਲਾਂ ਘੱਗਰੀ ਵੀਜ਼ੇ ਤੇ ਆਇਆ ਹੋਊ ਭਾਈ ਭੈਣਾਂ ਨਾਲ, ਫਿਰ ਉਹ ਇਉਂ ਕਹਿਣ ਕਹਿਣ ਦਾ ਮਤਲਬ ਇਹ ਹੈ। ਫਿਰ ਜਦ ਤੁਸੀਂ ਬਹਿਣਾ ਜਦ ਤੁਸੀਂ ਖਾਣਾ, ਲੱਖ ਤੁਹਾਡਾ ਦੋਸਤ ਹੈ, ਲੱਖ ਤੁਹਾਡਾ ਮਿੱਤਰ ਹੈ, ਤੁਸੀਂ ਕੁਛ ਸਰਵ ਕਰਨ ਲੱਗੇ ਹੋ, ਟੇਬਲ ਤੇ ਬੈਠੇ ਹੋ ਤੇ ਉਹ ਬੰਦੇ ਨਾਲ ਦੇ ਬੈਠੇ ਤੇ ਚੱਕੀ ਕੌਲੀ ਪਾ ਕੇ ਦਹੀਂ ਦੇ ਦੋ ਕੜਛੀਆਂ ਤੇ ਦਾਲ ਦੀਆਂ ਤੇ ਚੱਕ ਕੇ ਰੋਕੇ ਲੈ ਵੀ ਖਾ ਲਓ, ਉਹ ਤੁਹਾਡੇ ਸਾਹਮਣੇ ਬੈਠੇ ਨੇ ਬੰਦੇ, ਯਾਰ ਤੁਹਾਡਾ ਕੋਈ ਫਰਜ਼ ਹੈ ਉਹਨਾਂ ਨੂੰ, ਤੁਸੀਂ ਉਹਨਾਂ ਦੇ ਕੋਲ ਉਹਨਾਂ ਨੂੰ ਦਓ ਜਿਹੜਾ ਖਾਣ ਦਾ, ਲਓ ਬਾਈ ਜੀ ਆਹ ਲੈ ਲਓ ਥੋੜਾ ਜਿਹਾ, ਆਹ ਲੈ ਲਓ ਸਾਰਾ, ਤੁਸੀਂ ਵੀ ਖਾਓ, ਖਾਂਦੇ 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 ਖਾਂਦੇ, ਇਹ ਨੀ ਹੈ ਵੀ ਚੱਕ ਕੇ ਰੋਟੀ ਲੈ, ਤੁਸੀਂ ਤਾਂ ਇੱਥੇ ਟੇਬਲ ਤੇ ਬੈਠੋ, ਮੈਂ ਤਾਂ ਯਾਰ ਸੋਫੇ ਤੇ ਖਾਂਦਾ ਹੁੰਦਾ, ਮੈਂ ਤਾਂ ਪੱਟਾਂ ਤੇ ਥਾਲੀ ਰੱਖ ਕੇ ਖਾਂਦਾ, ਤੁਹਾਡੇ ਸਾਹਮਣੇ ਬੰਦਾ ਬੈਠਾ ਯਾਰ ਰੋਟੀ ਖਾਂਦਾ ਤੇ ਤੁਸੀਂ ਅੱਬਲਾ ਤਾਂ ਡਾਇਨਿੰਗ ਟੇਬਲ, ਜੇ ਤੁਹਾਡੇ ਕੋਲ ਪੰਜ ਚਾਰ ਬੰਦੇ ਇਕੱਠੇ ਬਹਿ ਕੇ ਪਰਿਵਾਰ ਰੋਟੀ ਖਾਓ, ਤੁਹਾਡੀ ਵਾਈਫ ਹੋਵੇ ਜਿੱਥੇ ਤੁਸੀਂ ਗਏ ਹੋ ਉਹਦਾ ਪਰਿਵਾਰ ਹੋਵੇ, ਯਾਰ ਬੈਠੋ ਤੁਸੀਂ। ਤੇ ਜਵਾਕਾਂ ਨੂੰ ਵੀ ਕਹੋ ਵੀ ਭਾਈ ਆ ਲੀਟਰ ਦੀ ਦੋ ਦੋ ਲੀਟਰ ਦੀਆਂ ਪੀ ਕੇ ਉਹ ਨਾਲ ਚੱਕ ਕੇ ਚਿਪਸ ਦੇ ਬੈਗ ਹੋ ਗਿਆ ਰੋਟੀਆਂ ਨਹਾਉਣਾ ਵੀ ਅੱਡਾ ਵੀ ਆ ਟੂ ਫੁੱਲ। ਮੇਰੇ ਕਹਿਣ ਦਾ ਮਤਲਬ ਇੱਕ ਹੋਰ ਬਹੁਤ ਮੈਂ ਸਭ ਤੋਂ ਵੱਡੀ ਕਮੀ ਵੇਖੀ ਆ, ਜਿੱਥੇ ਤੁਹਾਡੀ ਦੋਸਤੀ ਆ ਨਾ, ਜਿੱਥੇ ਪਿਆਰ ਆ, ਜਿੱਥੇ ਰਿਸ਼ਤੇਦਾਰੀ ਆ, ਜਿੱਥੇ ਉੱਥੇ ਨਾ ਤੁਸੀਂ ਬੰਦੇ ਨੂੰ ਤੁਹਾਡੇ ਘਰੇ ਆਏ ਬੰਦੇ ਨੂੰ ਸਰਵ ਨਹੀਂ ਕਰਦੇ ਵੀ ਚੱਲ ਇਹ ਤਾਂ ਇਕੱਠੇ ਹੀ ਹੱਸਦਾ ਭਾਈ ਇਕੱਠੇ ਟਰੱਕ ਚਲਾਉਂਦੇ, ਨਹੀਂ ਟਰੱਕ ਨਹੀਂ ਚਲਾਉਂਦੇ, ਤੁਹਾਡੇ ਘਰੇ ਰੋਟੀ ਖਾਣ ਆਇਆ ਬੰਦਾ, ਜਿਵੇਂ ਟਰੱਕ ਤੇ ਖਾਂਦੇ ਹੋ ਉਸ ਤਰ੍ਹਾਂ ਨਹੀਂ ਘਰੇ ਖਾਣੀ, ਤੁਸੀਂ ਐਟਲੀਸਟ ਸਰਵ ਕਰੋ ਯਾਰ ਉਹਨੂੰ ਕੁਛ, ਉਹਨੂੰ ਉਹਨੂੰ ਲੈ ਬਾਈ ਆਹ ਦੇਖ ਲੈ ਬਾਈ ਆ, ਉਸ ਸਮੇਂ ਤੁਸੀਂ ਮੇਜ਼ਬਾਨ। ਅਕਸਰ ਬੰਦੇ ਗਲਤੀ ਕਰਦੇ ਆ, ਇਹ ਲੇਡੀਜ਼ ਨਹੀਂ ਕਰਦੇ, ਲੇਡੀਜ਼ ਲੇਡੀਜ਼ ਨੂੰ ਖੜਾ ਕੇ ਰੋਟੀ ਖਾਣ, ਪਰ ਬੰਦੇ ਐਡੀ ਪੁੱਠੀ ਗੱਲ ਕਰਦੇ ਆ ਆਪ ਪਾ ਕੇ ਦੋਨੇ ਤਿੰਨੇ ਕੌਲੀਆਂ 'ਚ ਰੋਟੀ ਹੱਥ 'ਚ ਫੜ ਕੇ ਵੀ ਚੰਗਾ ਖਾ ਫਿਰ ਛੱਕ ਫਿਰ ਸਵੇਰੇ ਤੁਰਨਾ ਵੀ ਹੈ, ਇਹ ਨਹੀਂ ਗੱਲ। ਮਹਿਮਾਨ ਨਵਾਜ਼ੀ ਬਹੁਤ ਜ਼ਰੂਰੀ ਆ, ਜੇ ਤੁਹਾਡੇ ਰੋਟੀ ਨਹੀਂ ਖਾਣ ਆਇਆ ਸਮਝੋ, ਤੁਹਾਡੀ ਦਾਰੂ ਨਹੀਂ ਪੀਣ ਆਇਆ ਬੰਦਾ, ਥੋੜਾ ਸ਼ਰਬਤ ਨਹੀਂ ਤੁਹਾਡਾ ਪੀਣ ਆਇਆ, ਤੁਸੀਂ ਜ਼ਿੰਦਗੀ ਦੇ ਚਾਰ ਘੰਟੇ ਜਿਹੜੇ ਅਸਲ ਤੁਹਾਡੀ ਜ਼ਿੰਦਗੀ ਦੇ ਘਰ ਦੀ ਆਪਣਾ ਸਮਾਂ ਛੱਡ ਕੇ ਕਿਸੇ ਨੂੰ ਦੇ ਰਹੇ ਹੋ। ਅੱਛਾ ਇਹ ਵੀ ਨਾ ਕਰਿਓ
ਤੇ ਕਿਸੇ ਆਉਣ ਕਰਕੇ ਤੁਸੀਂ ਘਰ ਦੀ ਰੂਟੀਨ ਖਰਾਬ ਕਰ ਲਈ, ਨਾ ਤੁਸੀਂ ਹੱਸੇ ਨਾ ਕੋਈ ਖੇਡੇ, ਸਿੱਧੇ ਜੇ ਤੁਰਨ ਲੱਗ ਗਏ, ਟੇਢੇ ਨੀ ਤੁਰੇ, ਪਰਨਾ ਪਰਨ ਦੀ ਜਗ੍ਹਾ ਪੱਗ ਬੰਨੀ ਬੈਠੇ ਹੋ, ਕੁੜਤਾ ਪਜਾਮਾ ਪਾਈ ਬੈਠੇ ਹੋ, ਜਿਵੇਂ ਤੁਸੀਂ ਰਹਿੰਦੇ ਹੋ ਟਰੈਕ ਸੂਟ ਚ ਪਰਨਾ ਬੰਨਿਆ ਉਸ ਤਰ੍ਹਾਂ ਰਹਿ ਲਓ। ਉਹ ਪੱਗ ਮੁੜ ਕੇ ਸੈੱਟ ਨੀ ਆਉਂਦੀ ਸੋਫੇ ਤੇ ਬੈਠੇ, ਗਰਦਨ ਨੂੰ ਮੂਹਰੇ ਹੁੰਦੀ ਆ, ਗਰਦਨ ਥੱਕ ਜਾਂਦੀ ਆ, ਮੁੜ ਕੇ ਪੱਗ ਲਾਏਗਾ ਮਸਾਂ ਗਏ ਨੇ ਯਾਰ, ਇੱਕ ਵੱਜ ਗਿਆ, ਚਲੋ ਪਾਓ। ਕਹਿੰਦਾ ਪੈਣਾ ਕਿੱਥੇ ਆ, ਢਿੱਡ ਤਾਂ ਗੁੜ ਗੁੜ ਕਰਦਾ, ਨੀਂਦ ਨੀ ਆਉਂਦੀ, ਕਿਉਂਕਿ ਇਕੱਠਾ ਚਾਰ ਘੰਟੇ ਚ ਸੈਵਨ ਕੋਰਸ ਜਿਹੜਾ ਡਿਨਰ ਜਿਹੜਾ ਚਾਹ ਤੋਂ ਲੈ ਕੇ ਰਸ ਮਲਾਈ ਤੱਕ, ਉਹ ਚਾਰ ਘੰਟਿਆਂ ਚ ਸੱਤ ਚੀਜ਼ਾਂ ਸੈੱਟ ਕਰਨੀਆਂ। ਧੱਕਾ ਫਿਰ ਜਿਹੜਾ ਅੰਦਰ ਜਿਹੜਾ ਗੱਲ ਕਥਾ ਕਰਦੇ ਨੇ ਥੱਲੇ, ਉਹ ਫਵਾਲਾ ਹੁਣ ਤੂੰ ਐਂ ਕਿਉਂ ਕਰਦਾ ਹੈ, ਤੂੰ ਤਿਵਕਾ ਪਾ ਦਾ ਲੈ, ਸਾਡੇ ਭਾਈ ਬੰਦ ਰਹੇ ਉਹ ਕਹਿਣਗੇ ਗਲਾਸੀ ਤਾਜ਼ੀ ਤਾਂ ਕਰ ਲੈ, ਉਹ ਤਾਜ਼ੀ ਕਰਾਉਂਦੇ। ਹੁਣ ਉੱਥੇ ਕੋਈ ਪੀਣ ਵਾਲਾ, ਕੋਈ ਨਹੀਂ ਪੀਣ ਵਾਲਾ, ਕੋਈ ਘੱਟ ਪੀਣ ਵਾਲਾ, ਕੋਈ ਵੱਧ ਪੀਣ ਵਾਲਾ, ਫਾਈਨੈਸਟ ਜਿਹੜੀ ਚੀਜ਼ ਤੁਸੀਂ ਸਰਵ ਕਰਨੀ ਆ ਉਹ ਤੁਹਾਡਾ ਪਿਆਰ ਹੈ, ਹੋਰ ਕੁਛ ਨੀ ਹੈ। ਇਹ ਘਰ ਦੇ ਵਿੱਚ ਸਲਾਹ ਕਰਕੇ ਕੋਈ ਬੰਦਾ ਆਉਣਾ ਚਾਹੀਦਾ ਵੀ ਹਾਂ ਵੀ ਫਲਾਣੇ ਨੂੰ ਆਪਾਂ ਸੱਦ ਰਹੇ ਹਾਂ, ਆਹ ਆਹ ਆਹ, ਇਹ ਆਪਾਂ ਮੱਥੇ ਵੱਟ ਨੀ ਪਾਉਣਾ, ਚਾਰ ਘੰਟੇ ਕਿਸ ਨੇ ਆਉਣਾ, ਚਾਲੀ ਦਿਨ ਨੀ ਰਹਿਣਾ, ਤੇ ਵਧੀਆ ਸਤਿਕਾਰ ਕਰਨਾ, ਤੇ ਉਹਨਾਂ ਦੇ ਜਾਣ ਤੋਂ ਬਾਅਦ ਪੋਸਟਮਾਰਟਮ ਨੀ ਕਰਨਾ, ਚਾਰ ਦਿਨ ਸੂਟ ਕਿਹੋ ਜਿਹਾ ਪਾਇਆ ਸੀ, ਸੂਟ ਦਿਖਾਉਂਦੀ ਸੀ ਮੈਨੂੰ, ਬੁੜੀਆਂ ਤਾਂ ਇੱਥੋਂ ਚਿੰਬੜ ਜਾਂਦੀਆਂ, ਮੇਰੀ ਬਾਖਰ ਕਲੋਜ਼ ਚ ਵੜ ਗਈ, ਮੇਰੇ ਸੂਟ ਦੇਖਣ ਲੱਗ ਗਈ, ਕਹਿੰਦੀ ਭੈਣ ਜੀ ਆਹ ਤੂੰ ਕਰਦੇ ਲਿਆਈ ਹੋਈ ਹੈ, ਇਹ ਤਾਂ ਨਵਾਂ ਸਟਾਈਲ ਨੀ ਹੈ। ਦੂਜਾ ਕਹੀ ਜਾਊ ਮੈਥੋਂ ਆਹ ਮੰਗਿਆ, ਦਾਰੂ ਆਹ ਕਹੀ ਸੀ, ਆਹ ਨੀ ਪਲਾਈ, ਜਦ ਮੈਂ ਇਹਦੇ ਗਿਆ ਸੀ ਇਹਨੇ ਘਰ ਦੀ ਕੱਢੀ ਪਲਾਤੀ ਸੀ ਮੈਨੂੰ, ਮੇਰਾ ਸ਼ੂਗਰ ਵੱਧ ਗਿਆ, ਉਦਣ ਦੇ ਪੈਰ ਸੁੱਜੀ ਜਾਂਦੇ। ਇਹਦਾ ਫਿਲਮ ਬਣਾਉਣ ਵਾਲੀ ਆ, ਮੈਂ ਫਿਲਮ ਬਣਾਉਣੀ ਹੈ ਇਹਦੇ ਤੇ ਮਹਿਮਾਨ ਨਵਾਜ਼ੀ ਤੇ, ਇਹ ਕਰਨ ਸੈਟਕਾ। ਵਪਾਰਕ ਸਟੇਸ਼ਨ ਤੋਂ ਬਾਅਦ ਤੁਹਾਡੀਆਂ ਕਾਲ ਨਾਲ ਨਾਲ ਗੱਲ ਵੀ ਕਰਦੇ। ਅੱਛਾ, ਮਹਿਮਾਨ ਨਵਾਜ਼ੀ ਦੀ ਇੱਕ ਗੱਲ ਮੈਂ ਮਾਨ ਦੇਣਾ ਚਾਹੁੰਦਾ, ਜਿਹੜੇ ਲਹਿੰਦੇ ਪੰਜਾਬ ਦੇ ਪਰਿਵਾਰ ਦੇ ਘਰੇ ਖਾਣਾ ਖਾ ਕੇ ਵੇਖਿਓ, ਜਿਹੜੇ ਸਾਡੇ ਪਾਕਿਸਤਾਨ ਵਾਲੇ ਪੰਜਾਬ ਦੇ ਭਾਈ ਨੇ ਕਦੇ ਘਰ ਜਾ ਕੇ ਵੇਖਿਓ, ਫਿਰ ਪਤਾ ਲੱਗੂ ਵੀ ਮਾਣ ਕੀ ਹੈ। ਅਰਬ ਦੇਸ਼ਾਂ ਦੇ ਵਿੱਚ ਪੰਜ ਸੱਤ ਸਾਲ ਮੈਂ ਲਾ ਕੇ ਆਇਆ, ਉੱਥੇ ਵੀ ਮਤਲਬ ਉਹ ਇਸਤਰੀਆਂ ਨੂੰ ਤੁਹਾਡੇ ਮੱਥੇ ਨਹੀਂ ਲਾਉਂਦੇ, ਪਰ ਜੇ ਤੁਸੀਂ ਉਹਨਾਂ ਦੇ ਵਧੀਆ ਮਹਿਮਾਨ ਹੋ ਫਿਰ ਇਸਤਰੀਆਂ ਵੀ ਆ ਕੇ ਮਗਲਸ ਕਹਿੰਦੇ ਨੇ ਉਹਨੂੰ, ਫੈਮਿਲੀ ਰੂਮ ਨੂੰ ਮਗਲਸ, ਮਜਲਸ ਦਾ ਸ਼ਬਦ ਹੈ ਮਗਲਸ, ਉੱਥੇ ਬਹਿ ਕੇ ਫਿਰ ਕਾਹਵਾ ਪੀਂਦੇ ਨੇ ਉਹ ਇਕੱਠੇ, ਲੱਤਾਂ ਪਿੱਛੇ ਨੂੰ ਲਿਜਾ ਕੇ ਵੀਰ ਆਸਣ ਬੈਠ ਕੇ ਸਾਰੇ ਇਕੱਠੇ। ਆ ਜਿਹੜਾ ਮਾਸਕ ਇੱਥੇ ਲਾਈ ਫਿਰਦੇ ਆ, ਪੱਕਾ ਹੀ ਬੀਬੀਆਂ ਲਾ ਕੇ ਰੱਖਦੀਆਂ। ਤੇ ਪੰਜਾਬ ਦੇ ਵਿੱਚ ਵੀ ਦੁਆਬੇ ਨੂੰ ਬਹੁਤ ਮਾਣ ਜਾਂਦਾ ਮਹਿਮਾਨ ਨਿਵਾਸੀ। ਹੁਣ ਗੁੱਸੇ ਨਾ ਹੋਇਓ ਵੀ ਮੈਂ ਮਾਲਵੇ ਮਲਵਈ ਆ ਤੇ ਮਾਝੇ ਨੂੰ, ਇਹ ਨੀ ਗੱਲ। ਕੁਛ ਖਿੱਤੇ ਦੇ ਵਿੱਚ ਰਸ ਹੈ, ਕੁਛ ਖਿੱਤੇ ਚ ਪਿਆਰ ਹੈ, ਕੁਛ ਖਿੱਤੇ ਚ ਮਿਠਾਸ ਹੈ, ਲੋਕਾਂ ਦਾ ਰਹਿਣਾ ਬਹਿਣਾ ਇਸ ਤਰ੍ਹਾਂ ਬਹੁਤ ਫਰਕ ਹੈ। ਅਨਕੰਡੀਸ਼ਨਲ ਜਿਹੜਾ ਬਿਨਾਂ ਕਿਸੇ ਸ਼ਰਤ ਤੋਂ ਪਿਆਰ ਹੈ ਉਹਦਾ ਮੁੱਲ ਨੀ ਹੈ, ਇਹ ਮੰਨਣਾ ਪਊ। ਇਉਂ ਨੀ ਹੈ ਬਈ ਮਾਝੇ ਤੇ ਮਾਲਵੇ ਵਾਲੇ ਕਰਦੇ ਨੀ, ਅਸੀਂ ਵੀ ਮਲਾਈ ਦੇ ਵਿੱਚ ਬੰਦਾ ਡਬੋਣਿਆ ਪਰ ਸਾਨੂੰ ਮਲਾਈ ਚ ਡਬੋਣਾ ਨੀ ਆਉਂਦਾ ਸਵਾਦ। ਉਹ ਕਹਿੰਦਾ ਬਿਠਾਲਾ ਕੜਾਹੇ ਜਿਹੇ ਚੱਕ ਕੇ ਤੇ ਗਰਦਨ ਚ ਪਾ ਦੇ, ਦੋ ਚੱਕ ਕੇ ਬੁੱਕ ਸਿਰ ਚ ਪਾਵਾਂਗੇ ਬਾਈ ਤੇਰੇ ਜੇ ਨਹੀਂ ਪੀਂਦਾ, ਸਾਡੇ ਉਹ ਕਹਿੰਦੇ ਨੇ ਉੱਫੜ ਜਾ, ਪੰਜ ਦਿਨ ਪੀ ਕੇ ਛੇਵੇਂ ਦਿਨ ਤੁਰਦਾ ਜਾ ਕੇ ਦਰਾ ਮੂਹਰੇ ਖੜੂ ਨਾ, ਭਾਜੀ ਭੂਜੀ ਚੱਕ ਕੇ ਭੂਆ ਤੁਰੀ ਫਿਰੂ। ਉਹ ਲਿਆ ਭਾਜੀ ਚੱਕ ਕੇ, ਉਹ ਕਹਿੰਦੀ ਜੀ ਚੱਲਦੇ ਆ ਹੁਣ, ਖੜਾ ਇੱਥੇ ਚੱਲਦੇ ਆ ਤੁਰਦੇ ਆ, ਉਹ ਡਰਾਈਵ ਸਟਾਰਟ ਆ ਤੁਰ। ਮੈਂ ਭਾਜੀ ਦਾ ਲਿਆ, ਨਾਲੇ ਭਾਜੀ ਨੂੰ ਮਿਲਿਆ ਰਹਿਣ ਦੇ, ਭਾਜੀ ਨੂੰ ਇਹਨਾਂ ਨੂੰ ਕਰਿਆੜਾਂ ਦੇ, ਪੰਜ ਸਾਲ ਪੰਜ ਦਿਨ ਹੋ ਗਏ ਭੁੱਖੇ ਮਰ ਗਏ, ਦਾਰੂ ਨੀ ਪੁੱਛੀ, ਨਾਲੇ ਝੂਲੂ ਬੋਤੇ ਵਾਂਗੂ ਦਰਾਂ ਮੂਹਰੇ ਖੜਾ ਪੰਜ ਦਿਨ। ਹੁਣ ਨਵੇਂ ਪ੍ਰਾਹੁਣੇ ਆ ਗਏ ਇਹਨਾਂ ਦੇ, ਅਸੀਂ ਪੁਰਾਣੇ ਹੋ ਗਏ, ਤਾਂ ਮਿਲਣੀ ਮੁਲਣੀ ਵਾਲੇ ਹੋ ਗਏ, ਸਾਨੂੰ ਇਹ ਕਿਤੇ ਪੁੱਛਦੇ ਨੇ। ਨਾਲੇ ਪੰਜ ਦਿਨ ਗਰਦਨ ਡਬੋ ਕੇ ਰੱਖਦੇ ਨੇ, ਔਲੂ ਭਰ ਕੇ ਦਾਰੂ ਦਾ ਵਿੱਚੇ ਸਿੱਟੀ ਰੱਖਦੇ ਨੇ, ਫੇਰ ਵੀ ਉਹ ਕਿੱਥੇ ਮਲੰਗਾਂ ਦੇ ਮੈਂ ਵਿਆਹ ਕਰਾਂ। ਸਾਫਾ ਗੱਲ ਚ ਹਰੀ ਪੱਗ ਜਿਹੜੀ ਆ ਪਿੱਪੜਾਂ ਤੇ ਹੁੰਦੀ ਆ, ਨਾਲੇ ਚੱਕੀ ਜਾਓ ਦੋਨੇ ਹੱਥਾਂ ਨਾਲ ਉੱਪਰ ਨੂੰ, ਚੌੜੇ ਜੇ ਹੱਥ ਨਾਲ ਲਾਏ ਗਏ, ਇਹਨਾਂ ਨੇ ਪੁੱਠੇ ਹੱਥ ਨਾਲ ਵੀ ਕਈ ਚੱਕਦੇ ਨੇ ਪੱਗ ਉੱਪਰ, ਪੁੱਠਾ ਹੱਥ ਲਾਉਂਦੇ ਨੇ ਜੀ, ਤੇ ਉਹ ਏਕ ਓਂਕਾਰ ਲਿਖਿਆ ਉਹਨਾਂ ਨਾਲ, ਕਹਿੰਦਾ ਇਹਨਾਂ ਦਾ ਨਹੀਂ ਫਾਇਦਾ ਕੋਈ, ਗਾਹਾਂ ਨੂੰ ਮੈਂ ਨੀ ਆਉਂਦਾ, ਤੂੰ ਹੀ ਆ ਜਾ ਕਰ, ਮਿਲਣੇ ਨੂੰ ਲਿਆਏ ਸੀ ਮੈਨੂੰ ਤਾਂ, ਮੇਰਾ ਮਿਲਣੀ ਜੇ ਹੋ ਜਾਂਦੀ ਮੈਨੂੰ ਕਿਹਨੇ ਪੁੱਛਣਾ ਸੀ। ਆ ਪਾਈ ਆ ਮੁੰਦੀ ਇੱਕ ਚੀਚੀ ਦੇ ਵਿੱਚ ਬੜੀ ਪਈ ਆ, ਪਿੱਤਲ ਪਾ ਦਾ ਮਲੰਗਾਂ ਨੇ, ਪਿੱਤਲ ਤਰਾਂ ਮੂਹਰੇ ਖੜਾ ਕਹੀ ਜਾਂਦੇ, ਡਰਾਈਵ ਸਟਾਰ ਖੜਾ ਬੈਠ। ਉਹ ਕਹਿੰਦੀ ਚੱਲਦਿਆਂ ਮੈਂ ਲਿਆ ਵਾ ਭਾ ਵੀਰ ਨੂੰ ਮਿਲਿਆ ਵਾ, ਵੀਰ ਉਹਨਾਂ ਬਾਹਾਂ ਆਕੜੀਆਂ ਨੇ,
ਕਈ ਵਾਰ ਨਾ ਪਿਆਰ ਕਰਨਾ ਪਿਆਰ ਐਕਸਪ੍ਰੈਸ ਕਰਨਾ ਨੀ ਆਉਂਦਾ, ਕਈ ਵਾਰ ਨਾ ਬੰਦੇ ਨੂੰ ਦੱਸਣਾ ਨੀ ਆਉਂਦਾ ਵੀ ਮੈਂ ਅਸੀਂ ਪਿਆਰ ਕਿਵੇਂ ਕਰਦੇ। ਖਿੱਤੇ ਦਾ ਬਹੁਤ ਫਰਕ ਹੈ, ਤੁਸੀਂ ਇੱਥੇ ਆਪਣੇ ਦੋਸਤ ਨੇ ਬਹੁਤ ਲੈਂਦੇ ਪੰਜਾਬ ਦੇ, ਜਾ ਕੇ ਵੇਖਿਓ ਬਈ ਹੈ, ਥੋੜੀ ਜਿਹੀ ਤਾਂ ਲਾਓ, ਫੜੋ ਦੋ ਚਮਚੇ, ਉਹ ਭਾਜੀ ਕੁਛ ਨੀ ਹੁੰਦਾ, ਤੁਸੀਂ ਕੀ ਕਰਨਾ ਤੇ ਮਤਲਬ ਛੱਡ ਗੱਲ ਲਓ। ਇਹ ਇਹ ਗੱਲ ਹੁਣ ਜਿਹਨਾਂ ਜਿਹਨਾਂ ਦਾ ਪਿਆਰ ਆ ਦੁਆਬੇ ਦੇ ਦੋਸਤਾਂ ਦੇ ਨਾਲ, ਜਿਹਨਾਂ ਦੀ ਜ਼ਿੰਦਗੀ ਦੇ ਵਿੱਚ, ਤੁਸੀਂ ਜਾ ਕੇ ਵੇਖਿਓ ਫਰਕ ਵੇਖਿਓ। ਮੇਰਾ ਬਹੁਤ ਨੇੜੇ ਦਾ ਜਿਹੜਾ ਸਾਰੇ ਭਾਈ ਜੀ ਨੇੜੇ ਨੇ, ਬਿਲਕੁਲ ਬਾਹਾਂ ਨੇ ਜਿਹੜੀਆਂ ਉਹ ਜ਼ਿਆਦਾਤਰ ਦੁਆਬੇ ਚੋਂ ਨੇ, ਤੁਹਾਨੂੰ ਪਤਾ ਲੱਗਦਾ ਕਹੇ ਭਾਈ ਜਾਣਾ ਨੀ ਯਾਰ, ਇਹ ਨੀ ਤੁਸੀਂ ਬੈਠੇ ਹੋ ਦਰਾਂ ਮੂਹਰੇ ਮੁੜ ਲੱਗੇ ਨਾ, ਕਹਿੰਦੇ ਦਰਾਂ ਚੋਂ ਨੀ ਮੁੜ, ਅੰਦਰ ਆਓ ਤੁਸੀਂ ਬਸ। ਔਰ ਇਹ ਤੁਹਾਡਾ ਘਰ ਚ ਵੀ ਕਹਿ ਰਿਹਾ ਹੋਣਾ ਚਾਹੀਦਾ ਬਈ, ਜਦ ਕੋਈ ਮੇਰਾ ਦੋਸਤ ਆ ਗਿਆ ਜਿਹਨੇ ਦੋ ਪੰਜ ਮਿੰਟ ਲਏ, ਚਾਹ ਦਾ ਕੱਪ ਬਣਿਆ ਹੋਣਾ ਚਾਹੀਦਾ, ਜਦ ਸਲਾਹ ਮੈਨੂੰ ਪਤਾ ਹੋਵੇ ਬੰਦਾ ਬਹਿ ਗਿਆ ਲਿਵਿੰਗ ਰੂਮ ਚ, ਤੇ ਇਹ ਨਾ ਹੋਵੇ ਆ ਕੇ ਮੇਰੇ ਵਰਗਾ ਦਰਾਂ ਮੂਹਰੇ ਖੜੀ ਜਾਂਦਾ, ਚਾਹ ਪੀ ਜਾਂਦੇ, ਬਹਿ ਜਾਓ ਆ ਜਾਓ, ਉਹ ਗਾਰ ਚ ਬੈਠਾ ਤੂੰ ਬਾਹਰ ਖੜਾ ਕਹੀ ਜਾਂਦਾ, ਤੇ ਉਹਨੂੰ ਕਹਿ ਬਾਈ ਜੀ ਬੈਠੋ ਆ ਕੇ ਦਰ ਚ, ਅੰਦਰ ਤਾਂ ਆਓ। ਚਾਹ ਦੇ ਦੋ ਕੱਪਾਂ ਨੂੰ ਯਾਰ ਕੀ ਲੱਗਦਾ, ਪੰਜ ਬੰਦੇ ਆ ਜਾਣ, ਸੱਤ ਬੰਦੇ ਆ ਜਾਣ, ਗੱਲ ਕਿਹੜੀ ਆ, ਚਾਹ ਕਿਉਂ ਨਾ, ਇੱਕ ਸਵਾਣੀ ਚਾਹ ਨੀ ਪੰਜ ਸੱਤ ਕੱਪ ਤੁਹਾਡੇ ਬਣਾ ਸਕਦੀ, ਕਿਉਂ ਬੰਦਾ ਚਾਹ ਤੋਂ ਬਿਨਾਂ ਜਾਵੇ, ਕਿਉਂ ਕਿ ਕਾਹਦੇ ਲਈ ਜਾਵੇ ਜੇ ਤੁਹਾਡੇ ਕੋਲ ਘਰੇ ਆ ਗਿਆ ਕੋਈ, ਮਤਲਬ ਕੀ ਹੈ। ਕੰਮ ਵਾਲੇ ਮੁੰਡੇ ਨੇ ਤੁਹਾਡੇ ਘਰ ਦੇ ਵਿੱਚ ਕੰਮ ਕਰਦੇ ਆ, ਘਰ ਤੁਹਾਡਾ ਬਣਾ ਰਿਹਾ, ਟ੍ਰੇਡਮੈਨ, ਉਹਨਾਂ ਦਾ ਚਾਹ ਤੋਂ ਬਿਨਾਂ ਉਹ ਕਿਉਂ ਘਰ ਚੋਂ ਜਾਣ ਬਈ, ਐਵਰੀ ਹਰ ਰੋਜ਼ ਕਿਉਂ ਨਾ ਹੱਥ ਨੇ ਉਹਨਾਂ ਨੂੰ ਚਾਹ ਦਾ ਕੱਪ ਮਿਲੇ, ਕਿਉਂ ਨਾ ਉਹਨਾਂ ਨੂੰ ਲੇਟ ਤੇ ਉਹਨਾਂ ਨੂੰ ਪੀਜ਼ਾ ਸਰਵ ਹੋਵੇ, ਜੇ ਉਹ ਘੁੱਟ ਲਾਉਂਦੇ ਆ ਕਿਉਂ ਨਾ ਉਹਨਾਂ ਨੂੰ ਲਵਾਈ ਜਾਵੇ, ਹਾਂ ਡਰਾਈਵਿੰਗ ਸੋਵਰ ਕਰਨ, ਉਹ ਘਰ ਤੇ ਤੁਸੀਂ ਲਾਉਂਦੇ ਹੋ 2 ਮਿਲੀਅਨ, 15 ਲੱਖ, 10 ਲੱਖ, ਤੇ ਤੁਸੀਂ ਦਵਾਨੀ ਜਾਂ ਦੋ ਕੱਪ ਤੇ ਚਾਹ, ਉਹ ਤੁਹਾਨੂੰ ਤੁਹਾਡੇ ਘਰੇ ਬਣ ਕੇ ਨੀ ਉਹਨਾਂ ਨੂੰ ਆਉਂਦੀ, ਚਲ ਘਰੋਂ ਨਾ ਆਵੇ, ਕੌਫੀ ਲਿਆਓ, ਕੁਛ ਕਰੋ, ਮਹਿਮਾਨ ਨਿਵਾਜ਼ੀ ਬਹੁਤ, ਤੁਸੀਂ ਕਰਕੇ ਵੇਖਿਓ ਪਲੀਜ਼। ਤੁਸੀਂ ਤੁਹਾਡਾ ਕੰਮ ਹੈ, ਸਾਂਝੇ ਕੰਮ ਤੇ ਜਾਂਦੇ ਹੋ, ਤੁਹਾਡਾ ਇੱਕ ਲੰਚ ਰੂਮ ਹੈ ਯਾਰ, ਉੱਥੇ ਕੁਛ ਨਾ ਕੁਛ ਤੁਸੀਂ ਲੈ ਕੇ ਜਾਓ, ਤਾਂ ਵੀ ਕਦੇ ਡੋਨਟਸ ਲੈ ਜਾਓ, ਕੁਛ ਕੁਛ ਲੈ ਜਾਓ, ਦੇਖੋ ਤਾਂ ਸਹੀ, ਤੁਹਾਡਾ ਪਿਆਰ ਸਰਵ ਕਰਕੇ ਬਹੁਤ ਮਨ ਨੂੰ ਸ਼ਾਂਤੀ ਮਿਲ। ਇਹ ਇਹ ਬਹੁਤ ਜ਼ਰੂਰੀ ਆ ਵੀ ਤੁਸੀਂ ਵਧੀਆ ਮਹਿਮਾਨ ਨਵਾਜ਼ੀ ਕਰੋ ਜਾਂ ਤੁਹਾਡੇ ਕੋਈ ਘਰੇ ਆਉਂਦਾ, ਔਰ ਉਹਨੇ ਸਾਲ ਚ ਮਸਾਂ ਦੋ ਵਾਰ ਆਉਣਾ, ਮਸਾਂ ਪਰਿਵਾਰ ਦੇ ਨਾਲ। ਹਾਂ, ਸਮਾਂ ਲੱਗਦਾ ਦੂਜੇ ਨੂੰ ਅਕੋਮੋਡੇਟ ਕਰਨ ਲਈ, ਆਦਤਾਂ ਦਾ ਪਤਾ ਲੱਗਦਾ, ਪਰ ਚੁਗਲੀ ਨਾ ਕਰੋ ਜਾਣ ਤੋਂ ਬਾਅਦ, ਬਸ ਇਹ ਉਹ ਬਹੁਤ ਭੈੜਾ ਲੱਗਦਾ ਜਦ ਤੁਸੀਂ ਚੁਗਲੀ ਕਰਦੇ ਹੋ, ਕਾਲ ਜਿਹਨੂੰ ਰੋਟੀ ਖਿਲਾਈ ਉਹ ਐ ਖੜਾ ਸੀ, ਉਹ ਐ ਕਰਦਾ ਸੀ, ਉਹ ਦਾਰੂ ਪੀ ਕੇ ਇੱਧਰ ਨੂੰ ਝਾਕੀ ਗਿਆ, ਉਹ ਦਾਰੂ ਪੀ ਕੇ ਉਹਨੇ ਮੁੱਛਾਂ ਲਵੇੜਨੀਆਂ, ਜੇ ਪੀਲੀਆਂ ਲਵੇੜਦੀਆਂ ਲਵੇੜਦੀਆਂ ਸਹੀ ਕੋਈ ਨਾ, ਫਿਰ ਕੀ ਕਰਨਾ, ਬੰਦਾ ਘਰੇ ਵੀ ਦਾਲ ਦੀ ਕੌਲੀ ਪਾ ਹੀ ਲੈਂਦਾ ਉੱਪਰ। ਮੇਰੇ ਕਹਿਣ ਦਾ ਮਤਲਬ ਕੁਛ ਵੀ ਹੋ ਗਿਆ, ਕਈ ਵਾਰ ਕਸ਼ੀਰ ਜੀ, ਕਈ ਵਾਰ ਮਹਿਮਾਨ ਨਵਾਜ਼ੀ ਚ ਭੱਜਦੇ ਨੱਠਦੇ ਤੁਸੀਂ ਨਾ ਕਿਚਨ ਦੇ ਵਿੱਚ ਕੁਰਲੋ ਕੁਰਲੋ ਕਰਨ ਲੱਗ ਜਾਂਦੇ ਹੋ, ਮੀਆਂ ਬੀਬੀ ਦੋਨੇ ਉੱਚੀ ਬੋਲਦੇ, ਆਹ ਹੋ ਗਿਆ, ਉਹ ਕਹਿੰਦੇ ਆਹ ਹੋ ਗਿਆ, ਬਾਹਰਲੇ ਬੰਨੇ ਸੁਣਦਾ, ਤੇ ਜਦ ਜਾ ਕੇ ਭਾਂਡਿਆਂ ਦਾ ਢੇਰ ਜਿਹੜਾ ਹੈ ਜਾ ਕੇ ਦਰਾਇਕ ਦੇ ਕੇ ਡਿੱਗਣਾ ਸਿੰਕ ਦੇ ਵਿੱਚ, ਉਹਦਾ ਵੀ ਖੜਕਾ ਬਾਹਰ ਆਉਂਦਾ। ਸਮੇਂ ਦੇ ਨਾਲ ਜਾਓ, ਤੇ ਸਮੇਂ ਦੇ ਵਿੱਚ ਇਹ ਨੀ ਹੈ ਵੀ ਚਾਹ ਵੀ ਪਿਲਾਉਣੀ ਆ, ਪਕੌੜੇ ਵੀ ਖਿਲਾਉਣੇ ਨੇ, ਚਾਟ ਵੀ ਖਿਲਾਉਣੀ ਆ, ਦਾਰੂ ਵੀ ਪਿਲਾਉਣੀ ਆ, ਰੋਟੀ ਵੀ ਖਿਲਾਉਣੀ ਆ, ਸਵੀਡਿਸ਼ ਵੀ ਖਿਲਾਉਣੀ ਆ, ਜਾਣ ਵੇਲੇ ਕਹਿੰਦਾ ਪਿੰਨੀਆਂ ਆਈਆਂ ਹੋਈਆਂ ਨਾ ਘਰੋਂ, ਪਿੰਨੀ ਵੀ ਖਾਓ ਇੱਕ, ਇਉਂ ਨੀ ਹੈ। ਮਹਿਮਾਨ ਨਵਾਜ਼ੀ ਦਾ ਇਹ ਨੀ ਵੀ ਤੂੜਨਾ ਅਗਲੇ ਨੂੰ, ਸਰਵ ਕਰੋ। ਜਿਹੜੀ ਇੱਕ ਇਸਤਰੀਆਂ ਦੇ ਕੋਲ ਆਲਟ ਆ ਨਾ ਸਰਵਿੰਗ ਦਾ ਯਾਰ, ਉਹ ਉਹ ਬਹੁਤ ਜ਼ਰੂਰੀ ਆ ਵੀ ਇਸਤਰੀ ਨੇ ਸਰਵ ਕਿਵੇਂ ਕਰਨਾ ਤੁਹਾਡੀ, ਉਹਦਾ ਡਾਇਨਿੰਗ ਟੇਬਲ ਉਹਨੇ ਕਿਵੇਂ ਸਜਾਉਣਾ, ਕਿਵੇਂ ਉਹਨੇ ਉੱਥੇ ਨੈਪਕਿਨਸ ਰੱਖਣੇ ਨੇ, ਕਿਵੇਂ ਉੱਥੇ ਕਟਲਰੀ ਉਹਨੇ ਰੱਖਣੀ ਆ, ਕਿਹੋ ਜਿਹੇ ਕਿਸਮੇ ਪਾਣੀ ਪਿਆ, ਕਿਸ ਤਰ੍ਹਾਂ ਚੀਜ਼ ਪਈ ਆ, ਕਿਵੇਂ ਕੋਈ ਗੁਲਦਸਤਾ ਪਿਆ ਤੇ ਕਿਹੋ ਜਿਹੀ ਫਰੇਗਰੈਂਸ ਉੱਥੋਂ ਆਉਂਦੀ ਆ, ਇਹ ਬਹੁਤ ਜ਼ਰੂਰੀ ਹੈ। ਤੇ ਕਿਵੇਂ ਕੋਈ ਖੜ ਕੇ ਤੁਹਾਨੂੰ ਖੜਾ ਰਿਹਾ, ਮੈਨੂੰ ਯਾਦ ਆ ਆਪਾਂ ਪਿੰਡਾਂ ਦੇ ਵਿੱਚ ਜਿੰਨੇ ਆਪਣੇ ਬ੍ਰਾਹਮਣ ਹੁੰਦੇ ਸੀ ਉਹਨਾਂ ਦਾ ਸਤਿਕਾਰ ਕਰਦੇ ਸੀ ਨਾ, ਸੱਦ ਕੇ ਘਰੇ ਰੋਟੀ ਪਾਣੀ ਖਿਲਾਉਂਦੇ, ਉਹਨਾਂ ਨੂੰ ਖੀਰ ਖਿਲਾਉਂਦੇ, ਸ਼ਰਾਧਾਂ ਦੀ ਗੱਲ ਹੁੰਦੀ, ਬਜ਼ੁਰਗਾਂ ਦੇ ਚਾਹੇ ਕੁਛ ਵੀ ਹੁੰਦੇ, ਮੈਂ ਉਹਨੂੰ ਉੱਧਰ ਨੂੰ ਨੀ ਲੱਗ ਜਾਂਦਾ, ਮੈਂ ਇੱਕ ਬੰਦੇ ਨੂੰ ਪਿੰਡ ਦੇ ਨੂੰ ਸਤਿਕਾਰ ਦੀ ਗੱਲ। ਮਾਵਾਂ ਕੋਲ ਕੀ ਹੁੰਦਾ ਸੀ ਘਰੇ, ਕਿਹੜਾ ਮਕਰਾਣੇ ਦਾ ਸੰਗਮਰਮਰ ਹੁੰਦਾ ਸੀ, ਦਿੰਦੀਆਂ ਸੀ ਨਾ ਤਲੀ ਤਾਜ਼ੀ, ਚੌੜੀ ਰੱਖ ਕੇ 3 ਫੁੱਟ ਦੀ ਤਾਲੀ ਤਲੀ ਤਾਜ਼ੀ ਦੇ ਕੇ, ਉੱਪਰ ਚਿੱਟਾ ਖੇਸ ਤੇ ਪੰਡਿਤ ਜੀ ਬੈਠੇ ਆ ਮੂਹਰੇ, ਲਿਆਓ ਹੱਥ ਧਵਾਓ, ਮੋਢੇ ਤੇ ਪਰਨਾ, ਹੱਥ ਦੇ ਵਿੱਚ ਡੋਲੂ ਹੈ, ਹੱਥ ਧੋਵੋ ਜੀ, ਉਹਦੇ ਬਾਅਦ ਪ੍ਰਸ਼ਾਦਾ ਛੱਕ ਕੇ ਉਹਨੇ ਕੁੰਡਲੀ ਕਰਕੇ ਜਾਂ ਹੱਥ ਜੋੜ ਕੇ ਤੁਹਾਡੇ ਚੜ੍ਹਦੀ ਕਲਾ ਦੀ ਗੱਲ ਕਰਨੀ, ਜਾਂ ਸਾਡੇ ਭਾਈ ਸਾਹਿਬ ਆਪਾਂ ਸੱਦਦੇ ਹਾਂ
ਸਾਡੇ ਕਹਿੰਦੇ ਨੇ ਪੰਜਾ ਪੰਜਾ ਸਿੰਘਾਂ ਨੂੰ ਛਕਾਉਣਾ। ਬਹੁਤ ਵੱਡੀ ਗੱਲ ਆ ਜੇ ਕਿਸਮਤ ਹੋਵੇ ਤੁਹਾਡੇ ਘਰੇ ਪੰਜ ਪਿਆਰੇ ਆ ਕੇ ਛਕਣ, ਸਤਿਕਾਰ ਦਿਓ ਪੂਰਾ। ਐ ਨਾ ਕਹੋ ਇਹਦਾ ਆਪਣੇ ਜੀ ਮੇਰੇ ਨਾਲ ਟਰੱਕ ਚਲਾਉਂਦਾ ਹੈ, ਤੂੰ ਤਾਂ ਬਾਈ ਬਾਅਦ ਚ ਖਾ ਲਈ, ਇਹ ਨਹੀਂ ਹੈ। ਉਸ ਸਮੇਂ ਉਹ ਇੱਕ ਸਤਿਕਾਰ ਦੀ ਹਸਤੀ ਚ ਆ, ਪੰਜ ਪਿਆਰਿਆਂ ਦੇ ਵਿੱਚ ਤੁਹਾਡੇ ਘਰੇ ਆਏ। ਇਸੇ ਤਰ੍ਹਾਂ ਹੀ ਮਹਿਮਾਨ ਤੁਹਾਡੇ ਘਰੇ ਜਦ ਕੋਈ ਆਉਂਦਾ, ਉਹਦੇ ਚ ਖਾਸ ਬੰਦੇ ਜਿਹੜੀ ਗਲਤੀ ਕਰਦੇ ਨੇ, ਮੈਂ ਵੀ ਤੁਹਾਡੇ ਚੋਂ ਆ, ਦੋਸਤ ਮਿੱਤਰ ਆ ਗਿਆ ਉਹ ਹਲੇ ਬੈਠਾ ਕੁਰਸੀ ਤੇ ਆਪਣੀ ਰੋਟੀ ਚੱਕ ਕੇ ਮੈਂ ਉੱਧਰ ਬਹਿ ਖਾਣਾ, ਇਹ ਕੀ ਕਹਾਣੀ ਹੈ ਯਾਰ। ਜਾਂ ਉੱਥੇ ਬੈਠੇ ਹੀ ਲੂਣ ਮਿਰਚ ਵੱਧ ਹੋ ਗਿਆ, ਘਰ ਵਾਲੇ ਕਹੋ ਇਹਨੂੰ ਐਂ ਤਾਂ ਬਣਾਉਣੀ ਨੀ ਆਉਂਦੀ, ਇਹ ਤਾਂ ਮੈਂ ਮੰਗਵਾਈ ਹੈ, ਇਹਨੂੰ ਕੀ ਬਣਾਉਣਾ ਆਉਂਦਾ। ਉਹ ਜੱਖਣਾ ਪੱਟਣੀਆਂ ਜਨਾਨੀ ਦੀ ਆਪਣੀ ਦੀ ਸਾਹਮਣੇ ਉਹਨਾਂ ਦੇ, ਬਸ ਫਿਰ ਇੱਕ ਮਹੀਨਾ ਸੂਹਣ ਖੜੀ ਰਹਿਣੀ। ਵਧੀਆ ਹੋਸਟ ਬਣ ਕੇ ਸਤਿਕਾਰ, ਜੇ ਤੁਹਾਡੇ ਚ ਸਰਵਿੰਗ ਵੇਲੇ ਪਿਆਰ ਹੈ ਨੀ, ਹਰ ਰੋਜ਼ ਦੇ ਖਾਣੇ ਚ ਵੀ ਜੇ ਤੁਹਾਡੀ ਇਸਤਰੀ ਤੁਹਾਡੇ ਖਾਣਾ ਬਣਾ ਕੇ, ਜਾਂ ਬੰਦੇ ਵੀ ਡਿਨਰ ਬਣਾਉਂਦੇ ਆ, ਜੇ ਤੁਸੀਂ ਪਿਆਰ ਨਾਲ ਸਰਵ ਨਹੀਂ ਕਰਨਾ ਉਹਦਾ ਨੀ ਫਾਇਦਾ ਹੈ। ਉਹਦਾ ਕੀ ਹੈ, ਢਿੱਡ ਤਾਂ ਜਾਨਵਰ ਵੀ ਭਰੇ ਲੈਂਦੇ ਆ ਵਿਚਾਰੇ। ਗੁੱਡ ਹੋਸਟ ਬਣਨਾ ਚਾਹੀਦਾ, ਇਹ ਮੈਂ ਮਹਿਸੂਸ ਕਰਦਾ। ਤੁਸੀਂ ਜ਼ਿੰਦਗੀ ਦੇ ਵਿੱਚ ਸਾਲ ਦੇ ਵਿੱਚ 4-5 ਵਾਰ ਇਕੱਠੇ ਹੋਣਾ ਵਧੀਆ ਖਾਣੇ, ਮਤਲਬ ਉਸ ਸਮੇਂ ਤਹਿ ਟੁੱਟੀ ਹੋਵੇ ਪੂਰੀ, ਬਈ ਅੱਜ ਕੋਈ ਆਇਆ ਅਸੀਂ ਸਰਵ ਕਰਨਾ ਬਸ। ਔਰ ਖੁਸ਼ੀ ਦੇਖੋ ਕਿੰਨੀ ਆਉਂਦੀ, ਵੱਧਾ ਰੁੱਧੀ ਨਾ ਕਰੋ, ਜਵਾਕਾਂ ਨੂੰ ਖਿੱਚੀ ਫਿਰਦਾ ਤੂੰ ਲਿਆ ਪਾਣੀ ਲਿਆਓ ਜੂਸ ਆਹ ਲਿਆ ਜੀ, ਇਹ ਸਮਾਂ ਇਕੱਠੇ ਸਪੈਂਡ ਕਰੋ, ਲੇਡੀਜ਼ ਬੰਦੇ ਇਕੱਠੇ ਬੈਠੋ ਘੰਟਾ ਖਾਣ। ਉਹਦੇ ਬਾਅਦ ਫਿਰ ਅੱਡ ਅੱਡ ਹੋ ਹੀ ਜਾਣਾ, ਬੰਦਿਆਂ ਨੇ ਇੱਧਰ ਨੂੰ ਤੁਰ ਜਾਣਾ, ਉਹਨੇ ਇੱਧਰ ਨੂੰ ਤੁਰ ਜਾਣਾ। ਤੇ ਫੋਨ, ਕਿਰਪਾ ਕਰੋ ਫੋਨ ਨਾ ਉੱਥੇ ਵਰਤੋ, ਕਿਸੇ ਦੇ ਬੈਠੇ ਗੱਲਾਂ ਕਰੀ ਜਾਣਾ ਸਵੇਰੇ ਤੁਰੂ ਮੈਂ ਤਾਂ, ਤਰਸ ਪੈ ਗਈ ਮੂਹਰੇ, ਚੇਨਾ ਪੈਂਦੀਆਂ ਨੇ, ਆਹੋ ਆਹੋ ਤੂੰ ਆਈ ਫੋਰਾ ਕਿੰਨੇ ਵਜੇ ਆਉਣਗੀਆਂ, ਨਾਲੇ ਫਰੇਮ ਨੂੰ ਕਹੀਂ ਸਾਜਰੇ ਆਵੇ ਕਿਤੇ ਬੈਠੇ, ਨਾਲੇ ਫਿਰ ਸੁਣਾਉਣਗੇ ਉਹ 10,000 ਫੁੱਟ ਘਰ ਆ, $2 million ਲੱਗਣਾ ਯਾਰ ਮੇਰਾ, ਤੂੰ ਵੀ ਦੂਜੇ ਦੇ ਉਹਦੇ ਹਾਲ ਪਵਾਉਂਦੇ ਨੇ ਵਿਚਾਰੇ ਦੇ ਮੂਹਰੇ ਬੈਠੇ। ਇਹ ਨੀ, ਹੁਣ ਤਾਂ ਸਿਆਣੇ ਬੰਦਿਆਂ ਨੇ ਟੋਕਰੀਆਂ ਲਾ ਦੀਆਂ ਵੀ ਬਾਈ ਜੀ ਫੋਨ ਆਫ ਕਰਕੇ ਵਿੱਚ ਪਾ ਦੋ, ਟੱਬਰ ਸਾਰਾ ਇਕੱਠਾ, ਕੋਈ ਐਮਰਜੈਂਸੀ ਨੀ ਹੈ, ਜਸਟ ਫੋਨ ਇੱਥੇ ਰੱਖੋ, ਬਿਲਕੁਲ ਫੋਨ ਨੂੰ ਹੱਥ ਨੀ ਲਾਉਣਾ, 4 ਘੰਟੇ ਜਿੱਦਣ ਹੈ ਸੀ ਫੋਨ ਉਦਣ ਵੀ ਸਰਦਾ ਹੀ ਸੀ, ਕਿਉਂਕਿ ਉੱਥੇ ਨੋਟੀਫਿਕੇਸ਼ਨ ਆ ਜਾਣਾ ਪੰਜਾਬ ਦੀ ਕੋਈ ਗੱਲ ਚੱਲ ਪੈਣੀ ਹੈ, ਇੱਕ ਧੜਾ ਠੰਡਾ ਇੱਕ ਧੜਾ ਗਰਮ ਹੈ, ਬਸ ਫਿਰ ਹਰ ਹਰ ਹੋ ਕੇ ਜਾਣਾ। ਔਰ ਕੋਈ ਸਮਾਜ ਦੀ ਕੋਈ ਧਰਮ ਦੀ ਗੱਲ ਉੱਥੇ ਨਹੀਂ ਕਰਨੀ, ਆਪਣੀਆਂ ਗੱਲਾਂ ਕਰੋ, ਆਪਣੀਆਂ ਯਾਦਾਂ ਸਾਂਝੀਆਂ ਕਰੋ, ਆਪਣੇ ਪਿੰਡ ਦੀ ਯਾਦ ਸਾਂਝੀ ਕਰੋ, ਪੰਜਾਬ ਦੀ ਯਾਦ ਸਾਂਝੀ ਕਰੋ, ਹਾਰਮਨੀ ਕਰੋ। ਇਹ ਤੁਹਾਡੇ 5-4 ਦੋਸਤ ਚਾਹੀਦੇ ਨੇ ਜਿਹਦੇ ਤੁਸੀਂ ਜਾਓ ਤੁਹਾਡੇ ਆਉਣ ਤਾਂ ਜ਼ਿੰਦਗੀ ਰਵਾ ਰਹਿੰਦੀ ਆ, ਨਹੀਂ ਕੁਛ ਨਹੀਂ ਹੈ। ਜਿਹੜੇ ਘਰ ਦੇ ਵਿੱਚ 5-7 ਜੋੜੇ ਨਹੀਂ ਖੁੱਲਦੇ ਮਹੀਨੇ ਬਾਅਦ, ਉਹ ਘਰ ਦਾ ਕੀ ਫਾਇਦਾ ਯਾਰ, ਤੁਹਾਡੇ ਘਰ ਦਾ ਤੁਹਾਨੂੰ ਹੀ ਫਾਇਦਾ, ਫਿਰ ਤੁਹਾਡੇ ਆਉਣ ਤਾਂ ਸਹੀ ਬੰਦੇ। ਔਰ ਇਹ ਸਿਰਫ ਤੇ ਸਿਰਫ ਉਸੇ ਘਰ ਚ ਬੰਦੇ ਆਉਂਦੇ ਨੇ ਜਿੱਥੇ ਸੁਆਣੀ ਹੋਸਟ, ਜਿੱਥੇ ਸੁਆਣੀ ਵਧੀਆ ਰੂਹ ਦੇ ਨਾਲ ਕਹਿੰਦੀ ਆ ਹਾਂਜੀ ਸੱਦੋ ਆਪਾਂ ਰੋਟੀ ਖਾਈਏ, ਤੇ ਸਵਾਣੀਆਂ ਆਪਣੇ ਇਸਤਰੀ ਸਵਾਣੀਆਂ ਆਪ ਵੀ ਆਪਣੀਆਂ ਕਾਲਜ ਦੀਆਂ ਸਹੇਲੀਆਂ ਨੂੰ ਸਕੂਲ ਦੀਆਂ ਸਹੇਲੀਆਂ ਨੂੰ ਸੱਦਣ। ਮੋਸਟਲੀ ਕੀ ਹੁੰਦਾ, ਮਰਦ ਪ੍ਰਧਾਨ ਸਮਾਜ ਚ ਬੰਦੇ ਹੀ ਸੱਦਦੇ, ਬੰਦੇ 3 ਇਕੱਠੇ ਆ ਗਏ ਜੀ ਹੁਣ ਕਾਲਰ, ਮੈਂ ਪਹਿਲਾਂ ਅੜੀਕੀ ਜਾਂਦਾ। ਸਰ ਜੋਗਾ ਸਿੰਘ ਜੀ ਲਾਈਨ ਨੰਬਰ 2, ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਇੱਥੇ ਤਾਂ ਕਹਿੰਦੇ ਹੁੰਦੇ ਆ ਮਾਨ ਨਾ ਮਾਨ, ਮੈਂ ਤੇਰਾ ਮਹਿਮਾਨ ਆ ਤੇ ਦੂਸਰਾ ਜਿਹੜਾ ਮਹਿਮਾਨ ਨਵਾਜੀ ਆ ਉਹ ਦਿਲੋਂ ਆ। ਤੇ ਦੂਸਰੀ ਗੱਲ ਆ, ਇੱਥੇ ਮਹਿਮਾਨ ਬਜਾਜੀ ਹੁੰਦੀ ਆ, ਮਹਿਮਾਨ ਦਖਲ ਅੰਦਾਜੀ ਹੁੰਦੀ ਆ, ਜਿਹੜੀ ਮਹਿਮਾਨ ਨਵਾਜੀ ਉਹਦਾ ਦਿਲੋਂ ਆ। ਮਤਲਬ ਇੱਥੇ ਮੈਂ ਕਹੂੰਗਾ ਵੀ ਸਾਡੇ ਕੈਨੇਡਾ ਦੇ ਵਿੱਚ ਤਾਂ ਨਹੀਂ, ਪਰ ਇੱਥੇ ਜਿੱਥੇ ਅਸੀਂ ਰਹਿੰਦੇ ਸਰੀ ਇੱਥੇ ਤਾਂ ਹੈ ਨਹੀਂ, ਹਾਂ ਅਮਰੀਕਾ ਲਜਾਈਏ ਉੱਥੇ ਹੁੰਦੀ ਆ। ਸਰੀ ਚ ਮੁੱਕ ਗਿਆ ਕੰਮ, ਅਰਬ ਦੀ ਗੱਲ ਕੀਤੀ ਆ, ਉਹ ਕਾਵਾ ਵੀ ਪੜਾਉਂਦੇ ਸੀਗੇ ਤਾਂ ਬਰਾਬਰ ਬੈਠ ਕੇ ਤੁਹਾਡੇ ਮਤਲਬ ਤੁਹਾਨੂੰ ਸਰਵ ਕਰਦੇ ਸੀਗੇ ਆਪਣੇ ਔਜਾਰ ਦੇ ਵਿੱਚੋਂ। ਬਿਲਕੁਲ ਧੰਨਵਾਦ ਜੋਗਾ ਸਿੰਘ ਜੀ, ਸਮਾਂ ਮੇਰੇ ਕੋਲ। ਗੁਰਪ੍ਰੀਤ ਸਿੰਘ ਜੀ ਲਾਈ। ਹਾਂਜੀ ਗਿੱਲ ਸਾਹਿਬ, ਮੈਂ ਵੀ ਦੁਆਬੇ ਨੂੰ ਬਿਲੋਂਗ ਕਰਦਾ, ਨਡਾਲਾ ਪਿੰਡ ਹੈ ਮੇਰਾ। ਮੈਂ ਤੁਹਾਨੂੰ ਦੱਸਦਾ, ਮੈਂ
ਮੇਰਾ ਫਰੈਂਡ ਹੈ ਜੀ ਕਰਨਾਲ ਵੱਲ ਬਹਾਦਰ ਸਿੰਘ, ਤੇ ਉਹਨਾਂ ਦੇ ਮੈਂ ਇੱਕ ਵਾਰੀ ਉਹ ਪਿੰਡ ਨੇ ਬਾਬਾ ਫੜਮੇ ਨੇ ਕਰਨਾਲ ਸ਼ਹਿਰ ਤੋਂ, ਤੇ ਉਹ ਬੜੀ ਮੁਸ਼ਕਿਲ ਲੱਭਿਆ ਸਾਲੂ ਦਿਨ ਸੀ ਤੇ ਮੇਰੇ ਨਾਲ ਮੇਰੇ ਮਿੱਤਰ ਸੀਗੇ ਦੋ ਤਿੰਨ, ਉਹ ਰਾਤ ਦੇ ਸਾਨੂੰ ਵੱਜ ਗਏ ਗਿੱਲ ਸਾਹਿਬ ਦੋ ਢਾਈ ਦੇ ਹਿਸਾਬ ਲਾ ਲਓ ਵੀ ਉਹ ਮਿੱਤਰ ਮਿਸਾਲ ਜਿਹੜਾ ਸੀਗਾ ਕੁਰਸੀ ਦੇ ਉੱਪਰ ਬੈਠੇ ਨੇ ਵਿਚਾਰੇ ਨੇ ਅੱਖਾਂ ਮੀਟੀਆਂ ਤੇ ਪੀਟਰ ਸਕੋਚ ਦੀ ਬੋਤਲ ਮੋਹਰੇ ਮੀਟ ਮੂਟ ਦੇ ਕੌਲੇ ਕਾਲੇ ਸਾਰਾ ਕੁਛ ਜਾ ਗਏ। ਮੈਂ ਕਿਹਾ ਤੂੰ ਸੌ ਜਾਂਦਾ ਕਹਿੰਦਾ ਨਹੀਂ ਮੁੜ ਗੁਰਿਆ ਮੈਨੂੰ ਪਤਾ ਸਾ ਤੂੰ ਆ ਜਾਣਾ ਅੱਜ, ਤੇ ਬੜਾ ਮਨ ਨੂੰ ਚਾਹ ਹੁੰਦਾ ਜਦੋਂ ਕੋਈ ਏਦਾਂ ਕੋਈ ਸੱਜਣ ਮਿੱਤਰ ਦੀਕ ਕਰਦਾ ਤੇ ਮੈਂ ਪਰਮਾਤਮਾ ਦੇ ਇੱਥੇ ਹੱਥ ਜੋੜਦਾ ਹੁੰਦਾ ਜਦੋਂ ਇੱਥੇ ਆਇਆ ਸੱਚੇ ਪਾਤਸ਼ਾਹ ਸਾਨੂੰ ਵੀ ਕਿਤੇ ਘਰ ਬਾਹਰ ਵਾਲਾ ਕਰਦੀ ਯਾਰ, ਲੋਕੀ ਕਿਤੇ ਪੁੱਛਦੇ ਪੱਛਦੇ ਨੀਗੇ। ਮੈਂ ਹੁਣ ਗਿੱਲ ਸਾਹਿਬ ਚਿਲਾ ਲੈ ਕੇ ਲਿਆ ਆ ਘਰ ਤੇ ਉੱਥੇ ਮੁੰਡੇ ਲਾ ਕੇ ਘਰ ਬਣਦੇ ਨੇ ਆਪਣੀ ਵੱਖੋ ਥੋੜੀ ਆ, ਤੇ ਮੈਂ ਜਿਹੜਾ ਕੋਈ ਆਉਂਦਾ ਘਰਦਿਆਂ ਨੂੰ ਦੱਸਿਆ ਹੋਇਆ ਕਿ ਚਾਹ ਪਾਣੀ ਵਾਜ ਮਾਰ ਕੇ ਪੁੱਛਣਾ ਮੁੰਡਿਆਂ ਨੂੰ। ਇੱਕ ਦਿਨ ਵੀ ਉਹ ਦੱਸਿਆ ਇੱਕ ਮੈਂ ਕਹਾਂ ਯਾਰ ਵੀ ਇਹਨੂੰ ਕੰਮ ਕੋਮ ਸਮਾਂ ਘੱਟ ਆ ਮੇਰੇ ਕੋਲ, ਲਾਓ ਛੇਤੀ ਕੋਈ ਨਹੀਂ ਜੀ, ਸਮਾਂ ਘੱਟ ਆ। ਠੀਕ ਹੈ ਜੀ, ਠੀਕ ਹੈ, ਸਮਾਂ ਘੱਟ ਆ। ਸਾਹਿਬ ਮਨਪ੍ਰੀਤ ਸਿੰਘ ਲਾਈਨ ਨੰਬਰ 4। ਹਾਂਜੀ ਗੱਲ ਸਾਹਿਬ ਸਤਿ ਸ੍ਰੀ ਅਕਾਲ ਜੀ, ਸਮਾਂ ਘੱਟ ਗਿਆ, ਕੋਈ ਗੱਲ ਨੀ ਥੋੜਾ ਖਿੱਚ ਕੇ ਰੱਖਦੇ ਆ ਬਾਈ ਜੀ। ਬਸ ਗੱਲ ਤੁਹਾਡੀ ਠੀਕ ਆ, ਅਸੀਂ ਮਾਲਵੇ ਵਾਲੇ ਸਾਡੇ ਸ਼ਬਦ ਥੋੜੇ ਜਿਹੇ ਕੈੜੇ ਹੁੰਦੇ ਨੇ ਪਰ ਸਾਡਾ ਮੋਢਾ ਬਹੁਤ ਤਗੜਾ। ਗੱਲ ਸਾਹਿਬ ਜੀ ਨੂੰ ਲਾ ਦੀਏ ਕਿਹੜਾ ਫਿਰ ਪਿੱਛੇ ਨੀ ਹਟਦੇ, ਸ਼ਬਦ ਜ਼ਰੂਰ ਸਾਡੇ ਕੈੜੇ ਨੇ। ਅਸੀਂ ਸਿੱਖਿਆ ਮਾਝੇ ਵਾਲਿਆਂ ਤੇ ਦੁਆਬੇ ਵਾਲਿਆਂ ਤੋਂ ਬਾਈ ਜੀ। ਆਪਾਂ ਤੁਸੀਂ ਜੁੱਬਾ ਸਿਟੀ ਦੀ ਗੱਲ ਕੀਤੀ ਆ, ਮੈਂ ਉੱਥੇ ਆਪਣੇ ਰਿਸ਼ਤੇਦਾਰ ਸਰਬਜੀਤ ਸਿੰਘ ਹੋਣੀ ਕਮਲ ਹੋਣੀ ਬਾਈ ਜੀ ਦੁਆਬੇ ਨੂੰ ਬਿਲੋਂਗ ਕਰਦੇ ਨੇ। ਮੈਂ ਕਹਿੰਦਾ ਏਦਾਂ ਦੇ ਦੋਸਤ ਰਿਸ਼ਤੇਦਾਰ ਸਭ ਨੂੰ ਮਿਲਣ ਔਰ ਬਹੁਤ ਬਹੁਤ ਸ਼ੁਕਰੀਆ ਬਾਈ ਜੀ। ਚਾਹੇ 100 ਬੰਦਾ ਹੋਵੇ 100 ਲਈ ਦਰਵਾਜ਼ੇ ਖੋਲੇ ਬਾਈ, ਸਤਿ ਸ੍ਰੀ ਅਕਾਲ। ਧੰਨਵਾਦ ਜੀ। ਨਹੀਂ ਨਹੀਂ ਇਹ ਯਾਰ ਇਹ ਜਿਗਰਾ ਚਾਹੀਦਾ ਬਾਈ ਜੀ, ਸਿੰਧੂਣੀ ਕਹਿੰਦਾ ਸਾਡਾ ਦੁਆਬਾ ਜਿੰਦਾਬਾਦ, ਇਉਂ ਨੀ ਹੈ। ਮੈਂ ਮਾਣ ਤੁਹਾਨੂੰ ਦਿੱਤਾ ਸੱਚ ਦਾ, ਇਹ ਨੀ ਹੈ ਵੀ ਮਲਵਈ ਤੇ ਮਾਝੇ ਵਾਲੇ ਡਾਊਨ ਨੇ, ਪਰ ਢੰਗ ਆ ਇੱਕ ਜਿਹੜਾ ਸਤਿਕਾਰ ਦਾ ਢੰਗ ਹੈ, ਢੰਗ ਦਾ ਫਰਕ ਜ਼ਰੂਰ ਹੈ। ਉਹ ਬੇਨਤੀ ਹੈ ਇਹਦੇ ਚ ਗੁੱਸਾ ਨਾ ਕੋਈ ਕਰਿਓ, ਵਧੀਆ ਮਹਿਮਾਨ ਨਿਵਾਜ਼ੀ ਕਰੋ, ਪਰਿਵਾਰ ਦੇ ਨਾਲ ਸੁਲਾ ਸੰਮਤੀ ਕਰਕੇ ਵਧੀਆ ਆਰਗੇਨਾਈਜ਼ ਕਰਿਓ। ਜੈ ਖੰਗੂੜਾ ਮੁੰਡਾ ਸਾਡਾ ਕਹਿੰਦਾ ਕਹਿੰਦਾ ਪੱਬਾਂ ਤੇ ਬਾਈ ਜੀ ਰਹੀ ਦਾ ਜਦ ਤੱਕ ਬੰਦਾ ਕਹੇ ਨਾ। ਕਹਿੰਦਾ ਸਾਡਾ ਨਾਨਾ ਇੱਕ ਵਾਰ ਜਾ ਵੜਿਆ ਕਿਤੇ, ਬੰਦੇ ਪੂਰੇ ਕਹਿੰਦਾ ਮੀਟ ਬਣਾ ਲਈਏ, ਫਿਰ ਮੀਟ ਲਿਆਈਏ, ਫਿਰ ਉਹ ਕਹਿੰਦਾ ਹੁਣ ਚੁੱਲ੍ਹੇ ਚ ਵੜ ਕੇ ਖਾਈਏ ਮੀਟ, ਲਿਆਓ ਜੇ ਬਣਾਇਆ ਹੋਇਆ ਕਹਾਈ ਕਾਹਨੂੰ ਜਾਂਦੇ ਹੋ। ਸੋ ਮੇਰੇ ਕਹਿਣ ਦਾ ਮਤਲਬ ਵਧੀਆ ਹੋਸਟ ਬਣੋ। ACL ਦਾ ਪ੍ਰੋਗਰਾਮ ਜੀ ਕੱਲ ਨੂੰ ਮਿਲਦੇ ਹਾਂ, ਫਿਰ ਕੱਲ ਨੂੰ ਮੰਗਲ ਗ੍ਰਹਿ ਦੀਆਂ ਗੱਲਾਂ ਬਾਤਾਂ ਕਰਾਂਗੇ, ਜਿਹੜਾ ਰੋਵਰ ਗਿਆ ਉੱਥੇ ਹਟੀ ਗੇੜਾ ਦੇਣ ਵਾਲਾ ਜਿਹੜਾ ਉਸ ਦੀ ਗੱਲਬਾਤ ਕਰਾਂਗੇ। ਰੱਬ ਰੱਖ।